ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਅਤੇ ਸਰੋਤੇ ਜਿਹੜੇ ਸਾਡੇ ਨਾਲ ਅਮਰੀਕਾ ਦੇ ਵਿੱਚੋਂ RCN ਅਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ Bell 5 ਕੇਬਲ ਨੈਟਵਰਕ ਰਾਹੀਂ ਅਤੇ ਵਰਲਡਵਾਈਡ ਗਲੋਬਲ CPN, ਜਾਦੂ TV, ਰੋਕੂ TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਔਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਅੱਜ ਮੈਂ ਅਮਰਵੀਰ ਸਿੰਘ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 20 ਦਸੰਬਰ 2017, ਦਿਨ ਬੁੱਧਵਾਰ, 6 ਪੋਹ ਨਾਨਕ ਸ਼ਾਹੀ ਸੰਮਤ 549 ਦਾ ਦਿਨ ਹੈ। ਸਾਰਿਆਂ ਤੋਂ ਪਹਿਲਾਂ ਪ੍ਰੋਗਰਾਮ ਦੇ ਸ਼ੁਰੂਆਤੀ ਦੌਰ ਦੇ ਵਿੱਚ ਮੈਂ ਦੱਸ ਦਿਆਂ ਕਿ ਨੋਰਮਲੀ ਨੀਲਮ ਕੌਰ ਜੀ ਇਸ ਪ੍ਰੋਗਰਾਮ ਨੂੰ ਕੰਡਕਟ ਕਰਦੇ ਨੇ, ਪਰ ਅੱਜ ਕਿਸੇ ਕਾਰਨ ਕਰਕੇ ਉਹ ਨਹੀਂ ਹਾਜ਼ਰ ਹੋ ਸਕੇ ਅਤੇ ਅੱਜ ਮੇਰੀ ਡਿਊਟੀ ਲੱਗੀ ਹੈ ਇਸ ਸ਼ੋਅ ਦੇ ਵਿੱਚ ਇਹਨੂੰ ਕੰਡਕਟ ਕਰਨ ਦੇ ਲਈ। ਸੋ ਅੱਜ ਅਸੀਂ ਡਾਕਟਰ ਸਾਹਿਬ ਨਾਲ, ਡਾਕਟਰ ਅਮਰਜੀਤ ਸਿੰਘ ਨਾਲ, ਜਿਹੜੇ ਕਿ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਨੇ, ਉਹਨਾਂ ਨਾਲ ਵੱਖ ਵੱਖ ਨੁਕਤਿਆਂ 'ਤੇ ਵਿਚਾਰ ਚਰਚਾ ਕਰਾਂਗੇ। ਥੋੜ੍ਹਾ ਜਿਹਾ ਜਿਹੜੀ ਇਹ ਅੱਜ ਦੀ ਡਿਸਕਸ਼ਨ ਹੈ, ਇਹ ਨੋਰਮਲ ਸ਼ੋਅ ਦੇ ਪੈਟਰਨ ਨਾਲੋਂ ਵੱਖਰੀ ਵੀ ਹੋਵੇਗੀ। ਖਾਸ ਤੌਰ 'ਤੇ ਜਦੋਂ ਅਸੀਂ ਦੁਨੀਆ ਦੇ ਵਿੱਚ ਮੀਡੀਏ ਦੇ ਰੋਲ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਸਿੱਖ ਮੀਡੀਏ ਦੀ ਕੀ ਅਹਿਮੀਅਤ ਹੈਗੀ ਹੈ, ਜਦੋਂ ਅਸੀਂ TV84 ਦੇ ਫੰਡਰੇਜ਼ਰ ਗਾਲਾ ਬਾਰੇ ਦੇਖਦੇ ਹਾਂ। 5 ਸਾਲ ਪੂਰੇ ਹੋ ਚੁੱਕੇ ਨੇ TV84 ਨੂੰ ਸ਼ੁਰੂ ਕੀਤਿਆਂ। ਸੋ ਅੱਜ ਅਸੀਂ TV84 ਦੇ ਇਸ ਸਫ਼ਰ ਬਾਰੇ ਵੀ ਵਿਚਾਰ ਚਰਚਾ ਕਰਾਂਗੇ ਅਤੇ ਉਸ ਦੇ ਨਾਲ ਰਿਲੇਟਡ ਵੱਖ ਵੱਖ ਪਹਿਲੂਆਂ 'ਤੇ ਵਿਚਾਰ ਚਰਚਾ ਕਰਾਂਗੇ, ਜਿਵੇਂ ਕਿ ਜਿਹੜਾ ਸਿੱਖ ਮੀਡੀਆ ਹੈਗਾ ਜਾਂ TV84 ਹੈ, ਇਹ ਬਾਕੀ ਚੈਨਲਸ ਨਾਲੋਂ ਕਿਵੇਂ ਵੱਖਰਾ। ਇੱਥੋਂ ਅੱਜ ਅਸੀਂ ਅੱਜ ਦੀ ਜਿਹੜੀ ਗੱਲਬਾਤ ਹੈ ਉਹਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਾਰਿਆਂ ਤੋਂ ਪਹਿਲਾਂ ਜਿਵੇਂ ਮੈਂ ਗਾਲਾ ਦੀ ਗੱਲ ਕੀਤੀ ਹੈ, ਫੰਡਰੇਜ਼ਿੰਗ ਗਾਲਾ ਦੀ, ਉੱਥੋਂ ਹੀ ਸ਼ੁਰੂਆਤ ਕਰੀਏ। ਜਦੋਂ ਅਸੀਂ TV84 ਦੇ ਸਫ਼ਰ ਦੀ ਗੱਲ ਕਰਦੇ ਹਾਂ, 5 ਸਾਲ ਪਹਿਲਾਂ ਇਸ ਚੈਨਲ ਦੀ ਸ਼ੁਰੂਆਤ ਹੁੰਦੀ ਹੈ, ਜੇ ਤੁਹਾਡੇ ਪਰਸਪੈਕਟਿਵ ਤੋਂ ਜਾਣਨਾ ਹੋਵੇ ਕੀ ਸੋਚ ਕੇ TV84 ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਜਿਹੜਾ 5 ਸਾਲਾਂ ਦਾ ਸਫ਼ਰ ਹੈ ਉਹਦੇ ਵਿੱਚ ਜਿੱਥੇ ਅੱਜ TV84 ਆ ਕੇ ਖਲੋਤਾ, ਉਸ ਮੋਟਿਵ ਨੂੰ ਕਿੰਨਾ ਕੁ ਸਫਲ ਮੰਨਦੇ ਹੋ ਕਿ ਜਿਹੜਾ ਪੈਂਡਾ ਤੈਅ ਕੀਤਾ ਗਿਆ ਉਹਦੇ ਵਿੱਚ ਕਿੰਨੀ ਕੁ ਸਫਲਤਾ ਹਾਸਲ ਕੀਤੀ ਹੈ TV84 ਨੇ, ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਜਿਸ ਵਿਸ਼ੇ ਨੂੰ ਤੁਸੀਂ ਛੋਇਆ, ਇਸ ਬਾਰੇ ਤਾਂ ਘੰਟਿਆਂ ਬਧੀ ਵੀ ਵਿਚਾਰ ਹੋ ਸਕਦੀ ਹੈ, ਕਿਉਂਕਿ ਅਲਟੀਮੇਟਲੀ ਜਦੋਂ ਅਸੀਂ ਦੁਨੀਆਂ ਦੇ ਵਿੱਚ ਰਹਿੰਦੇ ਹਾਂ, ਇਨਸਾਨੀ ਜ਼ਿੰਦਗੀ ਦੇ ਸਫ਼ਰ ਦੀ ਗੱਲ ਕਰੀਏ ਜਾਂ ਮਨੁੱਖੀ ਤਹਿਜ਼ੀਬ, ਜਿਹਨੂੰ ਕਿ 7-8 ਹਜ਼ਾਰ ਸਾਲ ਦਾ ਸਮਾਂ ਜੇ ਕੁੱਲ ਮਿਲਾ ਕੇ ਦੇਖਣਾ ਹੋਏ ਤੇ ਉਸ ਦਾ ਬਣਦਾ। ਸੋ ਉਸ ਦੇ ਵਿੱਚ ਜ਼ਾਹਰ ਹੈ ਵੀ ਦੁਨੀਆਂ ਦੇ ਵਿੱਚ ਰਹਿੰਦੇ ਹਾਂ, ਤੁਹਾਡਾ ਹਰ ਚੀਜ਼ ਨੂੰ ਸਮਝਣਾ, ਸਮਝ ਕੇ ਕਿਵੇਂ ਦੂਸਰਿਆਂ ਤੱਕ ਪਹੁੰਚਾਉਣਾ ਔਰ ਫਿਰ ਉਹਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਨਾ, 8 ਹਜ਼ਾਰ ਸਾਲ ਦਾ ਸਫ਼ਰ ਇਹੀ ਸੀ। ਔਰ ਉਹਦੇ 'ਚ ਜ਼ਾਹਰ ਹੈ ਕਿ ਆਪਣੀ ਗੱਲ ਕਹਿਣ ਤੋਂ ਪਹਿਲਾਂ ਕਿਸੇ ਗੱਲ ਬਾਰੇ ਗਿਆਨਵਾਨ ਹੋਣਾ, ਉਸਨੂੰ ਸਮਝਣਾ। ਇਸ ਲਈ ਜਦੋਂ ਅਸੀਂ ਰੂਹਾਨੀਅਤ ਦੀ ਦੁਨੀਆਂ ਦੇ ਸਫ਼ਰ ਦੀ ਗੱਲ ਕਰਦੇ ਹਾਂ ਤਾਂ ਜਿੰਨੇ ਦੁਨੀਆਂ ਦੇ ਪ੍ਰੋਫਿਟ, ਅਵਤਾਰ, ਗੁਰੂ, ਰਿਸ਼ੀ, ਮੁਨੀ, ਜੋ ਵੀ ਜਿਸ ਖਿੱਤੇ 'ਚ ਵੀ ਜੋ ਵੀ ਨਾਂ ਰੱਖਿਆ ਗਿਆ, ਉਹਨਾਂ ਨੇ ਪਹਿਲਾਂ ਆਪਣੇ ਆਪ ਨੂੰ ਜਿਹੜਾ ਉਹ ਸਾਧਿਆ ਜਾਂ ਪ੍ਰਥਮ ਹੈ, ਮਨ ਪ੍ਰਬੋਧ ਹੈ, ਆਪਣਾ ਪੱਛ ਹੈ, ਅਵਰ ਰਿਝਾਵੇ, ਅਤੇ ਫਿਰ ਉਹਨਾਂ ਨੇ ਇੱਕ ਟਿਕਾਣਾ ਬਣਾ ਲਿਆ, ਥਾਂ ਬਣਾ ਲਈ, ਲੋਕ ਉਹਨਾਂ ਤੱਕ ਪਹੁੰਚਦੇ ਸੀ, ਉਹਨਾਂ ਨੇ ਕੀ ਜਾਣਿਆ, ਉਹਨਾਂ ਦੇ ਕੋਲ ਐਸਾ ਕੀ ਹੈ ਜਿਹੜਾ ਬਾਕੀਆਂ ਦੇ ਕੋਲ ਨਹੀਂ ਹੈ, ਉਸ ਨੂੰ ਸਮਝਣ ਦੇ ਲਈ। ਔਰ ਇਸ ਸਾਰੇ 'ਚੋਂ ਫਿਰ ਅਸੀਂ ਸਮਝਣ ਦੇ ਅੰਦਾਜ਼ 'ਚ ਜਾਂ ਸਮਝਾਉਣ ਦੇ ਅੰਦਾਜ਼ 'ਚ, ਜਿਵੇਂ ਸੁਕਰਾਤ ਦਾ ਸਟਾਈਲ, 2500 ਸਾਲ ਪਹਿਲਾਂ ਘੁੰਮਣਾ, ਘੁੰਮ ਕੇ ਜਾ ਕੇ ਜਿੱਥੇ ਜਿੱਥੇ ਵੀ ਯੰਗਸਟਰਸ, ਜਦੋਂ ਅਗਲੀ ਪੀੜ੍ਹੀ ਦੀ ਗੱਲ ਨੂੰ ਤੋਰਨ ਦੀ ਗੱਲ ਹੈ, ਉਹਨਾਂ ਦੇ ਨਾਲ ਜਿਹੜਾ ਗੱਲਬਾਤ ਦਾ ਅੰਦਾਜ਼, ਉਹਨਾਂ ਨੂੰ ਸ਼ੁਰੂਆਤ ਕਰਨੀ, ਫਿਰ ਆਪਣੀ ਗੱਲ ਕਹਿਣੀ। ਅਤੇ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਨਾਲ ਇਸ ਵਿਚਾਰ ਨੂੰ ਦੇਖਦੇ ਹਾਂ ਕਿ ਕਮਿਊਨੀਕੇਸ਼ਨ ਜਾਂ ਆਪਣੀ ਗੱਲ ਕਹਿਣ ਦੇ ਕੀ ਤਰੀਕੇ ਨੇ, ਪਹਿਲੀ ਗੱਲ ਤਾਂ ਜ਼ਾਹਰ ਸੀ ਕਿ ਗੁਰੂ ਨਾਨਕ ਸਾਹਿਬ ਨੇ, ਭਾਵੇਂ ਅੱਜ ਦੁਨੀਆਂ ਨੂੰ ਇੱਕ ਗਲੋਬਲ ਵਿਲੇਜ ਦੇ ਤੌਰ 'ਤੇ ਦੇਖਿਆ ਜਾਂਦਾ, ਪਰ ਗੁਰੂ ਨਾਨਕ ਸਾਹਿਬ ਦਾ ਸਿੱਖੀ ਦਾ ਕਾਨਸੈਪਟ ਹੀ ਸੰਸਾਰ ਨੂੰ, ਸਾਰੀ ਇਨਸਾਨੀਅਤ ਨੂੰ, ਮਨੁੱਖਤਾ ਨੂੰ ਇੱਕ ਪਲੇਟਫਾਰਮ ਦੇ ਉੱਤੇ ਦੇਖਣ ਦਾ ਸੀ।
ਔਰ ਉਸ ਦੇ ਨਾਲ ਕਮਿਊਨੀਕੇਸ਼ਨ ਡਾਇਲੋਗ ਔਰ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਇਹ ਕੋਟ ਬੜੀ ਰੈਲੇਵੈਂਟ ਹੈ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ। ਹੁਣ ਕਹਿਣ ਤੋਂ ਪਹਿਲਾਂ ਸੁਣਨ ਦੀ ਗੱਲ ਹੈ, ਸੋ ਜ਼ਾਹਿਰ ਹੈ ਕਿ ਡਾਇਲੋਗ ਜਿਹੜਾ ਉਹ ਇੱਕ ਬੜੀ ਅਹਿਮੀਅਤ ਵਾਲੀ ਗੱਲ ਹੈ ਸੁਣਨ ਦੀ ਔਰ ਕਹਿਣ ਦੀ। ਔਰ ਉਸ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਦਾ ਅੰਦਾਜ਼, ਬੇਸ਼ੱਕ ਦੂਸਰੇ ਜਿਹੜੇ ਅਬਰਾਹਮੈਨਿਕ ਰੈਲੀਜਨਸ ਨੇ ਉਹਨਾਂ ਦਾ ਬੇਸ ਮਿਡਲ ਈਸਟ ਸੀ, ਜਿਹਨਾਂ ਦੇ ਵਿੱਚ ਜਿਹੜੇ ਨੇ ਹਜ਼ਰਤ ਮੁਹੰਮਦ ਸਾਹਿਬ ਉਹ ਲੇਟੈਸਟ ਇਸਲਾਮ 'ਚ ਆਏ, ਉਸ ਤੋਂ ਪਹਿਲਾਂ ਜੀਸਸ ਆਏ, ਉਸ ਤੋਂ ਪਹਿਲਾਂ ਮੌਜ਼ਿਜ਼ ਔਰ ਦੂਸਰਿਆਂ ਦੀ ਗੱਲ ਅਸੀਂ ਕਰਦੇ। ਸੋ ਇਸ ਸਾਰੇ ਨੂੰ ਅਸੀਂ ਇਹ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਸ਼ਾਇਦ ਸਭ ਤੋਂ ਜ਼ਿਆਦਾ ਟਰੈਵਲਡ ਉਹ ਨੇ ਸਤਿਗੁਰੂ ਜਿਹਨਾਂ ਨੇ ਉਹਨਾਂ ਟਿਕਾਣਿਆਂ 'ਤੇ ਪਹੁੰਚ ਕੇ ਸਿੱਧਾਂ ਦੇ, ਯੋਗੀਆਂ ਦੇ, ਹਾਜੀਆਂ ਦੇ ਨਾਲ ਜੀ ਔਰ ਉਹਨਾਂ ਸੈਂਟਰਸ 'ਤੇ ਜਾ ਕੇ ਗੱਲ ਕੀਤੀ ਔਰ ਗੱਲ ਡਾਇਲੋਗ ਸੀ ਕਿ ਗੱਲ ਉਹਨਾਂ ਨੂੰ ਸਮਝਾਉਣੀ ਔਰ ਉਹਦੇ 'ਚ ਇੱਕ ਡਰਾਮੈਟਿਕ ਅੰਦਾਜ਼ ਵੀ ਸੀ। ਉਹ ਭਾਵੇਂ ਹਰਿਦੁਆਰ 'ਚ ਸੀ ਗੰਗਾ ਦੇ ਕੰਢੇ, ਜਾਂ ਉਹ ਕੁਰੂਕਸ਼ੇਤਰ 'ਚ ਸੀ, ਜਾਂ ਉਹ ਸੂਫੀਆਂ ਦੇ ਟਿਕਾਣਿਆਂ 'ਤੇ ਸੀ, ਉਸ ਦਾ ਇੱਕ ਵੱਖਰਾ ਅੰਦਾਜ਼ ਸੀ ਉਹਨਾਂ ਨੂੰ ਇੰਗੇਜ ਕਰਨ ਦਾ। ਹੌਲੀ 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 ਜਦੋਂ ਮਨੁੱਖਤਾ ਨੇ, ਜਦੋਂ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਉਦੋਂ ਤੱਕ ਕਾਗਜ਼ ਦੀ ਕਾਢ ਵੀ ਸੀ, ਪ੍ਰਿੰਟਡ ਵਰਡ ਵੀ ਸੀ, ਸ਼ਬਦ ਆਲੇ ਦੁਆਲੇ ਜਿਹੜੇ ਨੇ ਉਹ ਘੁਮਾਏ ਵੀ ਜਾਂਦੇ ਸੀ, ਹੱਥ ਲਿਖਤਾਂ ਵੀ ਸੀ, ਪਰ ਜ਼ਬਰਦਸਤ ਜਿਹੜੀ ਤਬਦੀਲੀ ਇੰਡਸਟਰੀਅਲ ਰੈਵੋਲਿਊਸ਼ਨ ਦੇ ਨਾਲ 18ਵੀਂ ਸਦੀ ਤੋਂ ਵੀ ਪਹਿਲਾਂ ਲਗਭਗ 17ਵੀਂ ਸਦੀ ਦੇ ਐਂਡ ਤੱਕ ਹੀ ਅਸੀਂ ਪਹੁੰਚਦੇ ਹਾਂ, 18ਵੀਂ ਤੱਕ ਪਹੁੰਚਦੇ ਹਾਂ, ਕੰਪਲੀਟ ਆਉਂਦੀ ਹੈ, ਉਹਦੇ ਥੱਲੇ ਦੁਨੀਆਂ ਦੇ ਵਿੱਚ ਕਮਿਊਨੀਕੇਸ਼ਨ ਦੇ ਜਿਹੜੇ ਤਰੀਕੇ ਨੇ ਉਹ ਬੜੀ ਤੇਜ਼ੀ ਦੇ ਨਾਲ ਬਦਲੇ ਔਰ ਉਸ ਦੇ ਵਿੱਚ ਪ੍ਰਿੰਟਿੰਗ ਪ੍ਰੈਸ ਦੀ ਕਾਢ ਜਿਹੜੀ ਹੈ ਉਹ ਬਹੁਤ ਵੱਡੀ ਗੱਲ ਸੀ ਜਿਹੜੀ ਉਹਨਾਂ ਸਦੀਆਂ ਦੇ ਵਿੱਚ ਵਾਪਰੀ। ਸਾਡੇ ਇੱਥੇ ਪਹੁੰਚਦੇ ਹਾਂ ਤਾਂ 19ਵੀਂ ਸਦੀ ਤੱਕ ਪਹੁੰਚਦੇ ਹਾਂ, ਜਿਹੜਾ ਉਹ ਪਹਿਲਾ ਵਜ਼ੀਰ ਹਿੰਦ ਪ੍ਰੈਸ ਔਰ ਦੂਜੇ 19ਵੀਂ ਸਦੀ ਦੇ ਦੂਸਰੇ ਅੱਧ 'ਚ ਜਾ ਕੇ ਲੱਗੇ ਸਾਡੇ ਪੰਜਾਬ ਦੇ ਵਿੱਚ। ਲੇਕਿਨ ਆਲਰੇਡੀ ਜਿਹੜਾ ਜਦੋਂ ਅਸੀਂ ਅਪਰ ਹੈਂਡ ਦੇਖਦੇ ਹਾਂ ਵੈਸਟਰਨ ਸਿਵਲਾਈਜੇਸ਼ਨਸ ਦਾ, ਤਾਂ ਇਹ ਸਾਰੀਆਂ ਚੀਜ਼ਾਂ ਉਸ ਦੇ ਲਈ ਅਹਿਮੀਅਤ ਵਾਲੀਆਂ ਸਨ ਕਿ ਉਹਨਾਂ ਨੇ ਕਮਿਊਨੀਕੇਸ਼ਨ ਔਰ ਉਸ ਕਮਿਊਨੀਕੇਸ਼ਨ 'ਚ ਇਹ ਨਹੀਂ ਸੀ ਕਿਉਂਕਿ ਉਹਨਾਂ ਦਾ ਆਪਣਾ ਨੈਰੇਟਿਵ, ਕਿਉਂਕਿ ਜਦੋਂ ਤੁਹਾਡੇ ਲਈ ਕੋਈ ਗੱਲ ਕਹਿਣ ਦਾ ਸਾਧਨ ਤੁਸੀਂ ਹੋ ਅਤੇ ਜਿਹੜੀ ਤੁਹਾਡੀ ਕਈ ਗੱਲ ਹੈ ਉਹੀ ਦੁਨੀਆਂ ਤੱਕ ਪਹੁੰਚਣੀ ਹੈ। ਔਰ 20ਵੀਂ ਸਦੀ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਉਹ ਜਰਮਨ ਹੋਏ, ਫਰੈਂਚ ਹੋਣ, ਬ੍ਰਿਟਿਸ਼ ਹੋਣ, ਦੂਜੇ ਕਲੋਨੀਅਲਸ ਹੋਣ, ਔਰ ਇਸ ਸਾਰੇ ਦੇ ਵਿੱਚ ਪ੍ਰਿੰਟ ਮੀਡੀਆ ਜਿਹੜਾ ਉਹ ਅਖਬਾਰ ਦਾ ਜਿਹੜਾ ਰੋਲ ਸੀ ਉਹਨਾਂ ਦੇ ਵਿੱਚ, ਪਹਿਲਾਂ ਜਿਹੜੇ ਮੰਥਲੀ, ਫਿਰ ਵੀਕਲੀ ਔਰ ਡੇਲੀ ਸ਼ੁਰੂ ਹੋਏ, ਉਹ ਓਪੀਨੀਅਨ ਮੇਕਰ ਸਨ। ਔਰ ਇਹ ਐਵੇਂ ਨਹੀਂ 20ਵੀਂ ਸਦੀ ਦੇ ਬਿਗਨਿੰਗ 'ਚ ਇਹ ਕੋਟ ਕਿਸੇ ਨੇ ਕਹੀ, ਇੱਕ ਨੇ ਉੱਥੋਂ ਦੇ ਉਰਦੂ ਸ਼ਾਇਰ ਨੇ, ਕਿ ਵੀ ਖਿੰਚੋ ਨਾ ਕਮਾਨੋ ਕੋ ਨਾ ਤਲਵਾਰ ਨਿਕਾਲੋ, ਜਬ ਤੋਪ ਮੁਕਾਬਲ ਹੋ ਤੋ ਅਖਬਾਰ ਨਿਕਾਲੋ। ਸੋ ਜ਼ਾਹਿਰ ਹੈ ਵੀ ਉਹਨੂੰ ਲੱਗਿਆ ਕਿ ਵੀ ਇਹ ਤੀਰ ਕਮਾਨ ਜਾਂ ਤਲਵਾਰ ਜਾਂ ਤੋਪਾਂ ਨਾਲੋਂ ਵੀ ਜਿਹੜਾ ਪਾਵਰਫੁੱਲ ਹੈ ਉਹ ਨਿਊਜ਼ਪੇਪਰ ਹੈ, ਅਖਬਾਰ ਹੈ। ਔਰ ਉਸ ਨੇ ਫਸਟ ਵਰਲਡ ਵਾਰ ਦੇ ਵਿੱਚ ਜਿਹੜਾ ਬਹੁਤ ਸਾਰਾ ਨੈਰੇਟਿਵ, ਹਾਲਾਂ ਉਹਦੇ ਨਾਲ ਅਸੀਂ ਇਮੇਜਿੰਗ ਦੀ ਗੱਲ ਕੱਲ੍ਹ ਵੀ ਕੀਤੀ ਸੀ ਇਸ ਪ੍ਰੋਗਰਾਮ ਦੇ ਵਿੱਚ, ਕਿ 1830ਵਿਆਂ ਦੇ ਵਿੱਚ ਪਿੰਨ ਹੋਲ ਕੈਮਰੇ ਨੇ ਇਮੇਜ ਵੀ ਨਾਲ ਜੋੜਿਆ, ਅਤੇ ਫਿਰ ਇਮੇਜ ਦੇ ਨਾਲ ਤੁਸੀਂ ਕਿਸ ਦੇ ਨਾਲ ਕੀ ਨੈਰੇਟਿਵ ਦਿੱਤਾ, ਫੋਟੋ ਕਿਤੋਂ ਦੀ ਹੈ, ਉਹਦੀ ਕੈਪਸ਼ਨ ਕਿਤੇ ਹੈ, ਜਿਹੜਾ ਅੱਜ ਵੀ ਕੀਤਾ ਜਾਂਦਾ। ਹੁਣ ਸੋਸ਼ਲ ਮੀਡੀਆ ਨੇ ਤਾਂ ਉਹਨੂੰ ਇੰਨਾ ਕੁ ਹੋਰ ਬਣਾ ਦਿੱਤਾ, ਉਹਦੇ ਨਾਲ ਤੁਸੀਂ ਪੂਰਾ ਕੰਪਿਊਟਰਾਈਜ਼ ਤਰੀਕੇ ਦੇ ਨਾਲ ਸਾਰੀ ਫੋਟੋ ਹੀ ਛੇੜਛਾੜ ਨਾਲ ਬਣਾ ਲੈਂਦੇ ਹੋ ਔਰ ਉਹਨੂੰ ਤੁਸੀਂ। ਲੇਕਿਨ ਗੱਲ ਜਿੱਥੋਂ ਕਮਿਊਨੀਕੇਸ਼ਨ ਤੋਂ ਚੱਲੀ ਸੀ ਕਿ ਵੀ ਅਲਟੀਮੇਟਲੀ ਲੋਕਾਂ ਨੇ ਇੱਕ ਤੁਹਾਡਾ ਅੰਦਰ ਆਪਣੇ ਆਪ ਨੂੰ ਦੇਖਣਾ, ਦੂਸਰਾ ਸਥਿਤੀਆਂ ਬਾਰੇ ਗਿਆਨ ਕਿੱਥੋਂ ਲੈਣਾ ਉਹਨਾਂ ਨੇ, ਜਿਹੜੀ ਵੀ ਉਹਨਾਂ ਦੇ ਸਾਹਮਣੇ ਇਨਫੋਰਮੇਸ਼ਨ ਹੈ, ਜਾਣਕਾਰੀ ਹੈ। ਔਰ ਬੇਸ਼ੱਕ ਕਹਿਣ ਨੂੰ ਬਹੁਤ ਵਾਰ ਮੈਂ ਇਹ ਕਹਿੰਦਾ ਜੀ, ਸਾਡੇ ਵੀ ਕਈ ਲੋਕ ਕਹਿਣਗੇ ਕਿ ਜੀ ਇਹ ਤਾਂ ਜੀ ਸੈਲਰਸ ਮਾਰਕੀਟ ਹੈ ਨਾ ਬਾਇਰਸ ਮਾਰਕੀਟ ਹੈ। ਉਹ ਜਿਹੜੇ ਸਿਆਣੇ ਨੇ ਤੁਸੀਂ ਕਿਸੇ ਨੂੰ ਉਹ ਕਹਿਣਗੇ ਜੀ ਇਟਸ ਆਲਵੇਜ਼ ਦਾ ਸੈਲਰਸ ਮਾਰਕੀਟ, ਕਿਉਂਕਿ ਉਹਨਾਂ ਨੇ ਆਪਣਾ ਵਿਊ ਪੁਆਇੰਟ ਉਸੇ ਅੰਦਾਜ਼ 'ਚ ਹੀ ਵੇਚਣਾ ਜਿਵੇਂ ਉਹ ਵੇਚਣਾ ਚਾਹੁੰਦੇ ਨੇ। ਔਰ ਖਰੀਦਦਾਰ ਨੂੰ ਲੱਗਦਾ ਹੁੰਦਾ ਕਿ ਵੀ ਉਹ ਆਪਣੀ ਮਰਜ਼ੀ ਨਾਲ ਜਿਹੜਾ ਉਹ ਬਾਇਰ ਦੀ ਮਾਰਕੀਟ ਹੈ ਉਹ ਕਰ ਰਿਹਾ, ਪਰ ਹੁੰਦੀ ਨਹੀਂ ਹੈ, ਉਹਨੂੰ ਪਰੋਸਿਆ ਹੀ ਇਸ ਤਰੀਕੇ ਨਾਲ ਜਾਂਦਾ ਉਸੇ ਹੀ ਲੈਵਲ ਦੇ ਉੱਤੇ, ਤੁਹਾਡੇ ਆਈ ਕੰਟੈਕਟ ਦੇ ਲੈਵਲ 'ਤੇ ਸਟੋਰਾਂ 'ਚੋਂ ਚੀਜ਼ ਰੱਖੀ ਹੋਏਗੀ, ਉਹਨੂੰ ਪ੍ਰੋਪੇਗੇਟ ਰੀਸਰਚ ਦੇ ਨਾਂ ਥੱਲੇ, ਉਸ ਦੇ ਉੱਤੇ ਆਰਟੀਕਲ, ਉਸ ਦੇ ਰਿਵਿਊ ਅਸੀਂ ਦੇਖਦੇ ਹਾਂ ਕਿ ਇਸ ਸਾਰੇ 'ਤੇ ਅੱਜ ਜਿੰਨੇ ਕੁ ਗਾਣੇ ਜਾਂ ਦੂਜੇ ਉਹਨਾਂ ਦੇ ਥੱਲੇ ਹੁੰਦਾ ਜੀ 2 ਮਿਲੀਅਨ ਹਿੱਟਸ, ਜੀ 4 ਮਿਲੀਅਨ। ਹੁਣ ਮੈਨੂੰ ਉਹ ਦੱਸ ਰਹੇ ਸੀ ਸੱਜਣ ਕਿ ਵੀ ਇਹ ਲੱਗਦੇ ਨੇ ਇੰਨੇ ਇੰਨੇ $100
ਤੁਸੀਂ ਜਿੰਨੀਆਂ ਮਰਜ਼ੀ ਹਿੱਟਸ ਕਰਾ ਲਓ ਵੀ ਸਭ ਜਾਲੀ ਕੰਮ ਕਰ ਦਿੱਤਾ, ਪਰ ਕਿਉਂਕਿ ਪਰਸੈਪਸ਼ਨ ਇਹ ਹੈ ਵੀ ਜਿਹੜੇ ਜਿਹਨੂੰ 2 ਮਿਲੀਅਨ ਹਿੱਟਸ ਮਿਲ ਗਈਆਂ ਮਹੀਨੇ 'ਚ ਉਹਦਾ ਹੋ ਜੇ, ਇਹ ਤਾਂ ਬਹੁਤ ਪਾਪੂਲਰ ਹੈ, ਵਾਇਰਲ ਹੋ ਗਿਆ ਜੀ ਇਹ ਚੀਜ਼ ਵਾ। ਔਰ ਇਹੀ ਕਾਰਨ ਹੈ ਕਿ ਅੱਜ ਦੀ ਸਾਰੀ ਪੋਲੀਟੀਕਲ ਗੇਮ ਵੀ ਜੇ ਭਾਰਤ ਦੇ ਵਿੱਚ ਅਸੀਂ ਦੇਖੀਏ, ਮੋਦੀ ਐਂਡ ਕੰਪਨੀ ਕੀ ਕਰਦੇ, ਉਹਨਾਂ ਨੇ ਸੈਂਕੜਿਆਂ ਲੋਕ ਇਸ ਕਿਸਮ ਦੇ ਆਈਟੀ ਸੈਕਟਰ ਦੇ ਲਿਆ ਕੇ ਬਿਠਾ ਦਿੱਤੇ। ਔਰ ਇਸ ਸਾਰੇ 'ਚੋਂ ਜਦੋਂ ਅਸੀਂ ਸਿੱਖ ਪਰਸਪੈਕਟਿਵ ਦੀ ਗੱਲ ਕਰਦੇ, ਅਸੀਂ ਹਮੇਸ਼ਾ ਪਛੜੇ ਰਹੇ। ਜੇ ਪਹਿਲੀ ਬਾਈਬਲ ਪ੍ਰਿੰਟ ਫਾਰਮ 'ਚ 1860 ਦੇ ਨੇੜੇ ਤੇੜੇ ਲੁਧਿਆਣੇ 'ਚ ਇਹਨਾਂ ਦੀ ਪ੍ਰੈਸ ਨੇ ਛਾਪੀ, ਅਸੀਂ ਤਾਂ ਮੱਚ ਲੇਟਰ ਜਾ ਕੇ, ਉਦੋਂ ਅਸੀਂ ਅਜੇ ਪਹਿਲੀ ਸਾਡਾ ਆਜ਼ਾਦ ਹੋਇਆ ਜੀ, ਪੱਥਰ ਦੇ ਛਾਪੇ ਜੀ ਉਹਨਾਂ ਦੇ ਉੱਤੇ ਪ੍ਰਿੰਟਿੰਗ ਸੀ। ਔਰ ਸਾਡੀਆਂ ਅਖਬਾਰਾਂ ਦੀ ਜੇ ਗੱਲ ਕਰੀਏ ਤਾਂ ਕਿੰਨੀਆਂ ਕੁਛ ਸੈਂਕੜਿਆਂ ਛਪਦੀਆਂ ਸੀ, ਉਹ ਵੀ ਵੀਕਲੀ, ਜਦੋਂ ਤੱਕ ਅਸੀਂ ਡੇਲੀ ਅਖਬਾਰ ਤੱਕ ਆਏ ਲਾਹੌਰ ਤੋਂ, ਉਹ ਉਰਦੂ ਦੇ ਵਿੱਚ ਹੁੰਦੀ ਸੀ, ਅਜੀਤ ਜਿਹੜੀ ਅੱਜ ਪੰਜਾਬੀ ਦੀ ਹੈ, ਕਿੰਨੇ ਕੁ ਲੋਕ। ਸੋ ਅਸੀਂ ਹਮੇਸ਼ਾ ਹੀ, ਔਰ ਮੈਂ ਸਮਝਦਾ ਵੀ ਸ਼ਾਇਦ ਜੇ ਅਸੀਂ ਪੋਲੀਟੀਕਲੀ ਨਾਈਵ ਵੀ ਹੈ, ਜਿਵੇਂ ਕਾਇਦੇ ਆਜ਼ਮ ਨੇ ਇਹ ਗੱਲ ਇੰਗਲੈਂਡ ਦੀ ਯੂਨੀਵਰਸਿਟੀ 'ਚ ਬੋਲਦਿਆਂ ਕਹੀ ਸੀ ਕਿ ਵੀ ਸਿੱਖਸ ਆਰ ਪੋਲੀਟੀਕਲੀ ਨਾਈਵ, ਔਰ ਅੱਗੇ ਉਹਨਾਂ ਦੀ ਲੰਬੀ ਕੋਟ ਹੈ, ਅਤੇ ਸਰ ਕਪੂਰ ਸਿੰਘ ਉੱਠ ਕੇ ਜਿਹੜੇ ਸਟੂਡੈਂਟ ਸਨ ਉੱਥੇ ਆਕਸਫੋਰਡ ਦੇ, ਉੱਠ ਕੇ ਚਲੇ ਗਏ ਸੀ। ਫਿਰ ਜਦੋਂ ਉਸੇ ਸ਼ਾਮ ਜਾਂ ਅਗਲੀ ਸ਼ਾਮ ਉਹਨਾਂ ਨੂੰ ਮਿਲੇ, ਉਹਨਾਂ ਨੇ ਕਿਹਾ ਨੌਜਵਾਨ ਮੇਰੀ ਗੱਲ ਧਿਆਨ ਨਾਲ ਸੁਣ, ਹੁਣ ਤਾਂ ਤੁਹਾਨੂੰ ਮੇਰੀ ਗੱਲ ਦਾ ਗੁੱਸਾ ਲੱਗਿਆ, ਪਰ ਜੇ ਕੁਛ ਕਰ ਸਕਦਾ ਹੈ ਤਾਂ ਕਰ ਆਪਣੀ ਕੌਮ ਲਈ, ਨਹੀਂ ਤਾਂ ਕਦੇ ਮੇਰੀ ਗੱਲ ਇਹ ਤੁਹਾਨੂੰ ਯਾਦ ਆਏਗੀ ਕਿ ਮੈਂ ਜੋ ਕਿਹਾ ਇਹਦਾ ਕੀ ਮਤਲਬ ਹੈ। ਹੁਣ ਇੱਕ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਟ੍ਰੇਨਿੰਗ ਉਹ ਲੰਡਨ ਦੀ, ਵਕੀਲਾਂ ਦੀ, ਐਜੂਕੇਸ਼ਨ ਦੀ, ਵੇਲੇ ਨਾਲ ਹੋਣ ਦੀ, ਦੁਨੀਆਂ 'ਚ ਕੀ ਹੋ ਰਿਹਾ, ਇੱਕ ਤੁਸੀਂ ਨੋ ਮੈਟਰ ਕਿੰਨੇ ਇਮਾਨਦਾਰ ਹੋ, ਮਸਤਾਰਾ ਸਿੰਘ ਨਿੱਜੀ ਜੀਵਨ 'ਚ ਬਹੁਤ ਵਧੀਆ ਸਿੱਖ ਹੋਣਗੇ, ਲੇਕਿਨ ਜਦੋਂ ਤੁਸੀਂ ਉਸ ਸਾਰੇ ਪਾਰਟ ਦੀ ਫੇਲਿਓਰ ਦੇਖਦੇ ਹੋ ਤੇ ਅਲਟੀਮੇਟਲੀ ਇਹ ਹੈ ਵੀ ਸਮੇਂ ਦੇ ਹਾਣ ਦਾ ਹੋਣਾ। ਜੇ ਤੁਸੀਂ ਸਮੇਂ ਦੇ ਹਾਣ ਦੇ ਨਹੀਂ, ਤੁਹਾਡੇ ਲੋਕ ਵੀ ਉਸੇ ਹੀ ਜਿਹੜਾ ਉਹ ਧੱਕਿਆਂ ਨੂੰ ਉਸੀ ਜੇ ਕਿਸਮ ਦੇ ਜੋ ਉਹਨਾਂ ਨੂੰ ਸੌਦਾ ਵੇਚਿਆ ਜਾ ਰਿਹਾ ਉਸੇ ਦੇ ਨਾਲ ਉਹ ਜੁੜੇ ਹੋਏ ਲੋਕ ਹੁੰਦੇ ਨੇ। ਸੋ ਇਸ ਸਾਰੇ 'ਚ ਮੈਂ ਇਹਨੂੰ ਇਸ ਲਈ ਵੱਡਾ ਪਰਸਪੈਕਟਿਵ ਦਿੱਤਾ ਕਿ ਕਿਉਂਕਿ ਅਸੀਂ ਐਨੂਅਲ ਗਾਲਾ ਬਾਰੇ ਗੱਲ ਕੀਤੀ ਵੀ ਹੈ ਪਿਛਲੇ 2 ਦਿਨਾਂ ਦੇ ਵਿੱਚ, ਔਰ ਪ੍ਰੋਗਰਾਮ ਵੀ ਬਹੁਤੇ ਸਾਡੇ ਦਰਸ਼ਕਾਂ ਨੇ ਉਹਨੂੰ ਲਾਈਵ ਵੀ ਦੇਖਿਆ ਔਰ ਉਸ ਤੋਂ ਬਾਅਦ ਵੀ ਦੇਖਿਆ, ਪਰ ਮੈਂ ਇਹ ਸਮਝਦਾ ਵੀ ਇਹ ਗੱਲਾਂ, ਇਹ ਗੱਲ ਜਿਹੜੀ ਸਾਡੇ ਲਈ ਅਹਿਮੀਅਤ ਵਾਲੀ ਹੈ ਕਿ ਅਸੀਂ ਇਸ ਚੈਲੇਂਜ ਨੂੰ ਸਮਝੀਏ। ਅੱਜ ਬੇਸ਼ੱਕ ਕਹਿਣ ਨੂੰ ਦੁਨੀਆਂ ਦਾ ਸਭ ਤੋਂ ਪਾਵਰਫੁਲ ਹਥਿਆਰ ਨਿਊਕਲੀਅਰ ਹੈ, ਔਰ ਜਦੋਂ ਹੁੰਦਾ ਜੀ ਨਿਊਕਲੀਅਰ ਕਲੱਬ, 5 ਵੀਟੋ ਵੀਲਡਿੰਗ ਮੈਂਬਰਸ, 8-10, ਪਰ ਨਿਊਕਲੀਅਰ ਸਵਾਏ ਅਮਰੀਕਾ ਦੇ ਕਿੰਨੇ ਵਰਤਿਆ ਜਾਂ ਕਦੋਂ ਵਰਤਿਆ ਜਾਣਾ ਜਾਂ ਕਿੰਨੇ ਕੁ ਵਰਤ, ਔਰ ਜਿਹੜਾ ਵਰਤੇਗਾ ਵੀ ਉਹਨੂੰ ਪਤਾ ਵੀ ਜਿਸ ਦੇਸ਼ ਦੀਆਂ ਹੱਦਾਂ ਦੇ ਖਿਲਾਫ ਇਹ ਵਰਤਿਆ ਜਾਣਾ, ਇਹ ਉੱਥੋਂ ਤੱਕ ਨਹੀਂ ਸਾਰੀ ਦੁਨੀਆਂ ਇਫੈਕਟਿਡ ਹੋਏਗੀ। ਸੋ ਉਹਦਾ ਖੌਫ ਹੈ, ਪਾਵਰਫੁਲ ਹਥਿਆਰ ਨਹੀਂ ਹੈ। ਸਭ ਤੋਂ ਪਾਵਰਫੁਲ ਹਥਿਆਰ ਜੇ ਅੱਜ ਦੀ ਦੁਨੀਆਂ 'ਚ ਹੈ ਤਾਂ ਉਹ ਮੀਡੀਆ। ਮੀਡੀਆ ਦੇ ਥੱਲੇ ਤੁਸੀਂ ਹਾਰੇ ਨੂੰ ਜਿਤਾ ਦਿੰਦੇ ਹੋ, ਜਿੱਤੇ ਨੂੰ ਹਰਾ ਦਿੰਦੇ ਹੋ, ਚੰਗੇ ਭਲੇ ਨੂੰ ਬਦਨਾਮ ਕਰ ਦਿੰਦੇ ਹੋ। ਬਦਨਾਮ ਬਦਮਾਸ਼ ਜਿਹੜੇ ਦੁਨੀਆਂ ਦੇ ਵਿੱਚ ਉਹ ਰੋਲ ਕਰ ਰਹੇ ਨੇ ਜਿਸ ਕਿਸਮ ਦਾ, ਦੂਜਿਆਂ ਦੇ ਹੱਕਾਂ 'ਤੇ ਛਾਪਾ ਮਾਰਨ ਦਾ, ਉਹ ਲਾਰਜੈਸਟ ਡੈਮੋਕਰੇਸੀ ਬਣ ਕੇ ਦੁਨੀਆਂ ਦੇ ਵਿੱਚ ਜਿਹੜੇ ਨੇ ਆਪਣਾ ਸੌਦਾ ਵੇਚਦੇ ਨੇ। ਜਿਹੜੀ ਸਭ ਤੋਂ ਜ਼ਿਆਦਾ ਵਾਇਲੈਂਟ ਸੁਸਾਇਟੀ ਹੈ ਉਹ ਯੋਗਾ ਅਤੇ ਹਿੰਸਾ ਦੇ ਨਾਂ ਥੱਲੇ ਆਪਣਾ ਸੌਦਾ ਵੇਚ ਰਹੀ ਹੈ। ਸੋ ਮੈਂ ਇਹ ਮਹਿਸੂਸ ਕੀਤਾ, ਔਰ ਜੇ ਮੈਂ ਜ਼ਿਆਦਾ ਪਿੱਛੇ ਨਾ ਵੀ ਜਾਵਾਂ, ਪਿਛਲੇ 33-34 ਸਾਲ ਦੇ ਵਿੱਚ ਅਸੀਂ ਉੱਥੇ ਹਾਰੇ ਨਹੀਂ ਹੈ। ਜੰਗ ਦੇ ਮੈਦਾਨ 'ਚ ਸਾਡੇ ਯੋਧਿਆਂ ਦੀਆਂ ਕੁਰਬਾਨੀਆਂ, ਉਹਨਾਂ ਦੇ ਰੋਲ ਔਰ ਹਕੂਮਤ ਦਾ ਜਿਹੜਾ ਜ਼ਬਰ, ਲੇਕਿਨ ਅਸੀਂ ਹਾਰੇ ਅਤੇ ਮੀਡੀਆ 'ਚ ਹਾਰੇ ਕਿਉਂਕਿ ਸਾਡੇ ਕੋਲ ਆਪਣੀ ਗੱਲ ਕਹਿਣ ਦਾ ਕੋਈ ਪਲੇਟਫਾਰਮ ਨਹੀਂ ਸੀ। ਹਕੂਮਤ ਨੇ ਉੱਥੇ ਉਹਨਾਂ ਦਾ ਰੇਡੀਓ 'ਤੇ ਕੰਟਰੋਲ, ਮੇਨ ਸਟ੍ਰੀਮ ਮੀਡੀਆ, ਦੂਰਦਰਸ਼ਨ ਆ ਗਿਆ, ਔਰ ਅੱਜ ਵੀ ਜਦੋਂ ਕਿ ਇੰਨੇ ਪ੍ਰਾਈਵੇਟ ਚੈਨਲ ਔਰ ਇੰਨੇ ਦੂਜੇ ਤੀਜੇ ਨੇ, ਤੁਹਾਡਾ ਪਰਸਪੈਕਟਿਵ ਕਿੱਥੇ? ਹੁਣ ਤੁਸੀਂ ਇੱਕੋ ਹੀ, ਜੇ ਤੁਸੀਂ ਲੇਟੈਸਟ ਉਹਨੂੰ ਜਿਹੜਾ ਟੈਕਸਟ ਬੁੱਕ ਕੇਸ ਕਹਿਣਾ ਹੋਏ ਤਾਂ ਜਗਤਾਰ ਸਿੰਘ ਜੱਗੀ ਦੇ ਕਿਵੇਂ 4 ਨਵੰਬਰ ਤੋਂ ਫੜਿਆ, ਕਿਸ ਹਾਲਤ 'ਚੋਂ ਗੁਜ਼ਰ ਰਿਹਾ ਜੀ, ਔਰ ਜਦੋਂ ਦੁਨੀਆਂ ਭਰ 'ਚ ਆਇਆ ਕਿ ਵੀ ਇਹ ਤਾਂ ਬਿਲਕੁਲ ਇਨੋਸੈਂਟ ਬੰਦਾ, ਉਹਨੂੰ ਤੁਸੀਂ ਫੜ ਕੇ ਇੱਕ ਤੋਂ ਬਾਅਦ ਇੱਕ ਪੁਲਿਸ ਰਿਮਾਂਡ ਟੋਰਚਰ ਕਰ ਰਹੇ ਹੋ। ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਏਗਾ ਟਾਈਮਸ ਨਾਓ ਜਿਹੜਾ ਇਹਨਾਂ ਦਾ ਚੈਨਲ ਹੈ, ਉਹਦੇ 'ਚ ਉਹਨਾਂ ਨੇ ਉਹਦੀ ਟੇਲਰਡ ਵੀਡੀਓ ਜਿਹੜੀ ਹੈ ਕਿ ਜੀ ਉਹਨੇ ਇਹ ਵੀ ਕਨਫੈਸ ਕੀਤਾ, ਇਹ ਵੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀਆਂ ਕਨਫੈਸ਼ਨਲ ਸਟੇਟਮੈਂਟਸ ਜਾਂ ਵੀਡੀਓ ਰਿਕਾਰਡਿੰਗ ਆ, ਉਹ ਵੀ ਕੌਨਫੀਡੈਂਸ਼ੀਅਲ ਹੈ। ਬਿਲਕੁਲ, ਅਜੇ ਟ੍ਰਾਇਲ 'ਚ ਚਲਾਨ ਫਾਇਲ ਨਹੀਂ ਹੋਇਆ, ਟ੍ਰਾਇਲ 'ਚ ਉਹਨੇ ਕੇਸ ਨੇ ਜਾਣਾ, ਪਰ ਇਹ ਉਹਨਾਂ ਨੇ ਦੇਖਿਆ ਕਿ ਲੋਕਾਂ 'ਚ ਇਹ ਪਰਸੈਪਸ਼ਨ ਬਣ ਗਈ ਆ, ਆਮ ਲੋਕਾਂ 'ਚ ਵੀ ਜਿਹੜੇ ਹਮਦਰਦੀ ਨਹੀਂ ਵੀ ਰੱਖਦੇ ਮੂਵਮੈਂਟ ਨਾਲ, ਕਿ ਇਹ ਬੰਦੇ ਨੂੰ ਸਬੂਤ ਤਾਂ ਕੋਈ ਦਿੱਤਾ ਨਹੀਂ,
ਔਰ ਇਹੀ ਕਿਹਾ ਜਾ ਰਿਹਾ ਸੀ ਕਿ ਬਿਨਾਂ ਸਬੂਤਾਂ ਤੋਂ ਤੁਸੀਂ ਕਰ ਰਹੇ ਹੋ। ਸੋ ਉਹਨਾਂ ਨੇ ਅਗੇਨ ਆਪਣੀ ਉਸ ਮੀਡੀਆ ਪਾਵਰ ਨੂੰ ਕਿਵੇਂ ਉਹ ਯੂਜ਼ ਕੀਤਾ ਔਰ ਉਸ ਦੇ ਨਾਲ ਹੁਣ ਤੁਸੀਂ ਆਰਗੂ ਕਰੀ ਜਾਓ, ਕਹਿਣਗੇ ਜੀ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕੁਛ ਤਾਂ ਹੈ। ਸੋ ਹਾਲਾਂਕਿ ਜਦੋਂ ਤੱਕ ਉਹਨਾਂ ਦਾ ਚਲਾਨ ਪੇਸ਼ ਹੋਣਾ ਕਨਵਿਕਸ਼ਨ ਤੱਕ ਤਾਂ ਗੱਲ ਪਹੁੰਚਣੀ ਨਹੀਂ ਹੈ, ਐਕਵਿਟਲ ਹੋਏਗੀ। ਲੇਕਿਨ ਆਲਰੇਡੀ ਉਹਨਾਂ ਨੇ ਮੀਡੀਆ ਟਰਾਇਲ ਕਰਕੇ ਪਹਿਲਾਂ ਡੇਢ ਮਹੀਨਾ ਅਦਰਵੇ ਟਰਾਇਲ ਕੀਤਾ ਡਾਇਸਪੋਰਾ ਸਿੱਖਾਂ ਦਾ, ਹੁਣ ਉਹਨੂੰ ਦੋਸ਼ੀ ਬਣ। ਸੋ ਇਹ ਹੈ ਕਿ ਇਸ ਸਾਰੇ ਪੀਰੀਅਡ 'ਚ ਇਹੀ ਕਹਾਣੀ ਕਸ਼ਮੀਰ 'ਚ ਰਿਪੀਟ ਹੋ ਰਹੀ ਹੈ ਵੀ ਤੁਸੀਂ 1 ਲੱਖ ਤੋਂ ਜ਼ਿਆਦਾ ਇਨੋਸੈਂਟ ਕਸ਼ਮੀਰੀ ਮਾਰੇ ਨੇ, ਹੰਡਰਡਸ ਜਿਹੜੇ ਨੇ ਉਹ ਪੈਲਟ ਗੰਸ ਦੇ ਨਾਲ ਅੰਨੇ ਬਣਾ ਦਿੱਤੇ ਨੇ। ਲੇਕਿਨ ਉੱਥੇ ਮੀਡੀਆ ਪਰਸਪੈਕਟਿਵ ਕੀ ਹੈ ਜੀ, ਇਹ ਤਾਂ ਪਾਕਿਸਤਾਨ ਦੀ ਸਾਜਿਸ਼ ਔਰ ਭਾਰਤੀ ਫੌਜ ਬਹਾਦਰ ਔਰ ਇਹ ਉਹ ਮਰ ਜਾਏ ਤਾਂ ਸ਼ਹੀਦ ਹੈ, ਕਸ਼ਮੀਰੀਆਂ ਨੂੰ ਇਹ ਮਾਰ ਦੇਣ ਤਾਂ ਆਤੰਕਵਾਦੀ ਪਾਕਿਸਤਾਨ ਤੋਂ ਆਇਆ ਮਾਰ ਦਿੱਤਾ, ਇਵੇਂ ਸਾਡੀ ਉਹਨਾਂ ਨੇ ਇੱਕ ਪੂਰੀ ਨਸਲ ਮੁਕਾ ਦਿੱਤੀ। ਸੋ ਇਹਨਾਂ ਸਾਰਿਆਂ ਹਾਲਾਤਾਂ 'ਚ ਪ੍ਰਿੰਟ ਮੀਡੀਆ ਦੀ ਗੱਲ ਅਸੀਂ 1992-93 ਤੋਂ ਮੇਰੀ ਇਨਵੋਲਵਮੈਂਟ ਰਹੀ ਰੇਡੀਓ ਟਾਕ ਸ਼ੋਅਜ਼ ਦੇ ਨਾਲ, ਜਿਵੇਂ ਅੱਜ ਦੀ ਆਵਾਜ਼ ਦੇ ਅੱਜ ਦੇ ਇੰਟਰਵਿਊ 'ਚ ਵੀ ਇਹ ਗੱਲ ਚੱਲ ਰਹੀ ਸੀ ਕਿ ਭਾਈ 22-23 ਸਾਲ ਤੋਂ ਇੱਕ ਆਵਾਜ਼ ਬਣੀ। ਲੇਕਿਨ ਇਹ ਇੱਕ ਇੰਪੋਰਟੈਂਟ, ਜਿੰਨੀ ਤੇਜ਼ੀ ਨਾਲ ਫਿਰ ਜਿਹੜੇ ਝੂਠ ਬੋਲਣ ਵਾਲੇ ਨੇ ਉਹਨਾਂ ਨੂੰ ਇਹ ਹੁੰਦਾ ਕਿ ਹੁਣ ਕਿਵੇਂ ਗੁਜਰਾਤ ਦਾ ਵਿਕਾਸ ਮਾਡਲ ਕਿਵੇਂ ਵੇਚਿਆ ਉਹਨਾਂ ਨੇ, ਬੜਾ ਵਿਕਾਸ ਹੋਇਆ। 2014 ਦੀ ਬੀਜੇਪੀ ਦੀ ਵਿਕਟਰੀ ਇਸ ਗੱਲ 'ਚੋਂ ਕੱਢੀ ਗਈ ਕਿ ਗੁਜਰਾਤ ਦੇ ਵਿੱਚ ਵਿਕਾਸ ਕੀਤਾ। ਲੇਕਿਨ ਜਦੋਂ ਹਕੀਕਤ ਇਹ ਸੀ ਕਿ ਵਿਕਾਸ ਤਾਂ ਹੋਇਆ ਨਹੀਂ ਸੀ ਰੂਰਲ ਸੈਕਟਰ 'ਚ, ਗੁਜਰਾਤ 'ਚ ਵੀ ਫਾਰਮਰ ਉਵੇਂ ਹੀ ਸੁਆਸਾਈਡ ਕਰ ਰਹੇ ਨੇ ਜਿਵੇਂ ਮਹਾਰਾਸ਼ਟਰਾ ਦੇ ਕਰਦੇ ਨੇ, ਪੰਜਾਬ ਦੇ ਕਰਦੇ ਨੇ, ਵਿਦਰਭਾ ਰੀਜਨ ਦੇ ਕਰਦੇ ਨੇ, ਕੇਰਲਾ ਦੇ ਕਰਦੇ ਨੇ। ਲੇਕਿਨ ਉਹਦਾ ਇੰਨਾ ਉੱਚੀ ਸ਼ੋਰ ਪਾਇਆ ਕਿ ਬਾਕੀਆਂ ਨੂੰ ਲੱਗਿਆ ਜੀ ਦੇਖੋ ਮੋਦੀ ਨੇ ਵਿਕਾਸ ਕਰਕੇ ਉਹਨੂੰ ਕੀ ਬਣਾ ਦਿੱਤਾ। ਹੁਣ ਜਦੋਂ ਤੱਕ ਉਹ ਝੂਠ ਉਹਨਾਂ ਦਾ ਐਕਸਪੋਜ਼ ਹੋਇਆ ਐਤਕੀ ਦੀਆਂ ਚੋਣਾਂ 'ਚ, ਔਰ ਉਹਦਾ ਦੂਜਿਆਂ ਨੇ ਵੀ ਓਪੋਨੈਂਟ ਉਹੀ ਵਿਰੋਧੀ ਲਾਈਨ ਲੈ ਲਈ, ਵਿਕਾਸ ਪਾਗਲ ਹੋ ਗਿਆ ਉਹਦਾ ਹੈਸ਼ਟੈਗ ਸ਼ੁਰੂ ਹੋ ਗਏ। ਹੁਣ ਇਸ ਵਾਰ ਇਹਨਾਂ ਨੇ ਵਿਕਾਸ ਦੀ ਗੱਲ ਹੀ ਨਹੀਂ ਕੀਤੀ, ਐਨ ਮੌਕੇ ਦੇ ਉੱਤੇ ਆ ਕੇ ਪਾਕਿਸਤਾਨ ਮੀਟਿੰਗ, ਮਨੀ ਸ਼ੰਕਰ ਆਇਰ ਫਲਾਣਾ ਔਰ ਮਨਮੋਹਨ ਸਿੰਘ ਅਤੇ ਯੇ ਵੋ ਸਭ ਪਾਕਿਸਤਾਨ ਦੀ ਸਾਜਿਸ਼, ਉਹ ਤਾਂ ਅਹਿਮਦ ਪਟੇਲ ਨੂੰ ਚੀਫ ਮਿਨਿਸਟਰ ਬਣਾਉਣਾ ਚਾਹੁੰਦੇ ਨੇ ਯੇ ਵੋ, ਔਰ ਉਹਨੂੰ ਉਹਨਾਂ ਨੇ ਇੰਨੀ ਤੇਜ਼ੀ ਦੇ ਨਾਲ ਵੇਚਿਆ ਕਿ ਬਈ ਅਲਟੀਮੇਟਲੀ ਵਿਦ ਇਨ ਫਿਊ ਡੇਜ਼, 2-3-4 ਦਿਨ ਪਹਿਲਾਂ ਇਹ ਸ਼ੁਰੂ ਹੋਇਆ, ਉਹਨੇ 5-7% ਜਿਹੜੀ ਵੋਟ ਹੈ ਜਿਹੜੀ ਡਿਸਾਈਡਿੰਗ ਵੋਟ ਹੁੰਦੀ ਉਹ ਟਰਨ ਅਰਾਊਂਡ ਕਰ। ਸੋ ਮਤਲਬ ਇਹ ਮੈਂ ਉਦਾਹਰਣਾਂ ਰਿਪੀਟਡਲੀ ਇਸ ਲਈ ਦੇ ਰਿਹਾ ਕਿ ਵੀ ਸਾਡਾ ਇੱਕ ਵੱਡਾ ਤਬਕਾ ਜਿਹੜਾ ਇਹ ਮੰਨ ਕੇ ਤੁਰਦਾ ਜੀ ਕੂੜ ਨਖੁੱਟੇ ਨਾਨਕਾ ਓੜਕ ਸੱਚ, ਇੱਦਾਂ ਸੱਚ ਨਹੀਂ ਜਿੱਤਦਾ ਕਦੇ ਵੀ, ਉਹ ਰੱਬ ਦੇ ਦਰਬਾਰ 'ਚ ਜਿੱਤਦਾ। ਇੱਥੇ ਝੂਠ ਜਿੱਤਦਾ, ਜੇ ਝੂਠ ਵੇਚਿਆ ਜਾਂਦਾ ਪਰੋਸਿਆ ਜਾਂਦਾ ਉਸ ਦੇ ਖਰੀਦਦਾਰ ਹੁੰਦੇ ਨੇ ਅਤੇ ਝੂਠ ਵਿਕਦਾ। ਸੋ ਇਸ ਲਈ ਸਭ ਤੋਂ ਇੰਪੋਰਟੈਂਟ ਪਾਰਟ, ਤੁਸੀਂ ਜੇ ਅੱਜ ਦੀ ਦੁਨੀਆਂ 'ਚ ਦੁਸ਼ਮਣ ਦੇ ਨਾਲ ਜੇ ਤੁਸੀਂ ਟੱਕਰ ਲੈਣੀ ਹੈ ਤਾਂ ਤੁਹਾਨੂੰ ਬਰਾਬਰ ਅਤੇ ਆਪਣਾ ਨੈਰੇਟਿਵ, ਹਾਂ ਇਹ ਠੀਕ ਹੈ ਕਿਉਂਕਿ ਸਾਡਾ ਨੈਰੇਟਿਵ ਸੱਚ 'ਤੇ ਆਧਾਰਿਤ ਹੈ, ਟਰੂਥ 'ਤੇ ਆਧਾਰਿਤ ਹੈ, ਉਸ ਦੇ ਪੈਰ ਹੋਣਗੇ, ਝੂਠ ਦੇ ਪੈਰ ਨਹੀਂ ਹੁੰਦੇ। ਇਸ ਲਈ ਜੇ ਅਸੀਂ ਇਸ 1 ਘੰਟੇ ਦੇ ਪ੍ਰੋਗਰਾਮ 'ਚ ਰੋਜ਼ਾਨਾ ਉਹਨਾਂ ਦੇ ਝੂਠ ਦਾ ਕੋਈ ਨਾ ਕੋਈ ਜਿਹੜਾ ਵੱਡਾ ਗੁਬਾਰਾ ਉਸ 'ਚ ਇੱਕ ਪੈਨ ਮਾਰਦੇ, ਸਾਡੇ ਕੋਲ ਕੁਛ ਨਹੀਂ ਹੈ। ਲੇਕਿਨ ਇਹ ਗੱਲ ਆਪਣੇ ਆਪ ਦੇ ਵਿੱਚ ਔਰ ਇਹ ਇਸ ਗੱਲ ਦੀ ਖੁਸ਼ੀ ਔਰ ਫਖਰ ਮਹਿਸੂਸ ਹੁੰਦਾ ਜਦੋਂ ਕੋਈ ਪੰਜਾਬ 'ਚ ਆਉਣ ਵਾਲੇ, ਜਾਂ ਸਾਡੇ ਮਿੱਤਰ ਪਰਸੋਂ ਵੀ ਇੱਕ ਸੱਜਣ ਇੱਥੇ ਕਹਿ ਰਹੇ ਸੀ ਜੀ ਕਿ ਉਹਨਾਂ ਦਾ ਇੱਕ ਹਾਇਰ ਆਫੀਸ਼ੀਅਲ ਉਹਨਾਂ ਨੂੰ ਮਿਲਿਆ, ਉਹ ਕਹਿੰਦੇ ਜੀ TV 84 ਦੀ ਚਰਚਾ, ਸਾਰੇ ਉੱਥੇ ਜਿਹੜੇ ਨੇ ਉਹਨੂੰ ਦੇਖਦੇ ਨੇ, ਉਸ ਬਾਰੇ ਚਰਚਾ ਵੀ ਹੁੰਦੀ ਹੈ ਔਰ ਇਹੀ ਗੱਲ ਮੀਡੀਆ ਦਾ ਹੋਰ ਲੋਕ ਵੀ ਕਹਿੰਦੇ ਨੇ। ਸੋ ਮਤਲਬ ਇਹ ਨਹੀਂ ਹੈ ਸਾਡੇ ਕੋਲ ਕੁਛ ਨਹੀਂ ਹੈ ਕਹਿਣ ਨੂੰ, ਅਸੀਂ ਉਹੀ ਗੱਲਾਂ ਹੁੰਦੀਆਂ ਨੇ, ਉਹੀ ਇਨਫੋਰਮੇਸ਼ਨ ਹੈ। ਲੇਕਿਨ ਕਿਉਂਕਿ ਇਹ ਇੱਕ ਤਰੀਕਾ ਹੈ ਜਿਹਦੇ 'ਚ ਕਿ ਤੁਸੀਂ ਦੁਨੀਆਂ ਦੇ ਸਾਹਮਣੇ ਆਪਣਾ ਕੇਸ ਰੱਖਦੇ ਹੋ, ਸੋ ਮੈਂ ਸਮਝਦਾ ਵੀ ਇਸ 5 ਸਾਲ ਦੇ ਪੀਰੀਅਡ 'ਚ ਜਿਸ ਦੀ ਸ਼ੁਰੂਆਤ ਅਸੀਂ ਜਿਹੜੀ 15-16 ਦਸੰਬਰ 2012 'ਚ ਸੰਗਤ ਦੇ ਸਹਿਯੋਗ ਨਾਲ ਕੀਤੀ, ਸੀਮਤ ਸਾਧਨਾਂ ਦੇ ਨਾਲ ਘੱਟੋ ਘੱਟ ਅਸੀਂ ਇੱਕ ਸਿੱਖ ਵਰਜਨ, ਇੱਕ ਸਿੱਖ ਨੈਰੇਸ਼ਨ, ਸਿੱਖ ਪਰਸਪੈਕਟਿਵ, ਸਿੱਖ ਨੁਕਤਾ ਨਿਗਾਹ ਤੋਂ ਕਿਸੇ ਵੀ ਦੁਨੀਆਂ 'ਚ ਕੀ ਵਾਪਰਦਾ, ਕਿੱਥੇ ਵਾਪਰਦਾ, ਉਹਨਾਂ ਦਾ ਸਿੱਖਾਂ 'ਤੇ ਕੀ ਇਫੈਕਟ ਹੋਏਗਾ, ਸਾਡੇ ਹੋਮਲੈਂਡ ਪੰਜਾਬ 'ਤੇ ਕੀ ਇਫੈਕਟ ਹੋਏਗਾ, ਸਾਡੇ ਗੁਆਂਢ, ਸਾਡਾ ਹਮਸਾਇਆ ਮੁਲਕ ਪਾਕਿਸਤਾਨ ਔਰ ਸਾਡਾ ਜਿਹੜਾ ਦੁਸ਼ਮਣ ਜਮਨਾ ਪਾਰ ਜਿਹਨੇ ਭਾਰਤ ਦੀਆਂ ਘੱਟ ਗਿਣਤੀਆਂ ਦਾ ਔਰ ਅਕਲੀਅਤਾਂ ਔਰ ਦੂਸਰਿਆਂ ਦਾ ਗਲਾ ਘੁੱਟਿਆ ਹੋਇਆ, ਉਹਨਾਂ ਨੂੰ ਅਸੀਂ ਕਿਵੇਂ ਜਿਹੜੀ ਹੈ ਉਹਨਾਂ ਦੀ ਪਿੱਠ ਲਾ ਸਕਦੇ। ਇਹ ਕਿਉਂਕਿ ਸੈਂਟਰਲ ਨੁਕਤਾ ਹੁੰਦਾ ਜਿਸ ਤੋਂ ਮੈਂ ਇਸ ਸਾਰੇ ਨੂੰ ਦੇਖਦਾ। ਸੋ ਮੈਂ ਸਮਝਦਾ ਵੀ ਅਸੀਂ ਇਸ ਗੱਲ ਦੇ ਲਈ
ਆਪਣੇ ਉਹਨਾਂ ਸਮੂਹ ਦਰਸ਼ਕਾਂ ਦਾ, ਸਿੱਖ ਸੰਗਤਾਂ ਦਾ, ਜਿਨ੍ਹਾਂ ਨੇ ਸਾਰੇ ਪੀਰੀਅਡ ਦੇ ਵਿੱਚ ਸਹਿਯੋਗ ਦਿੱਤਾ, ਸਾਡੇ ਜਿਹੜੇ ਨੇ ਉਹ ਪੂਰੀ ਇੱਕ ਸਪੋਰਟ ਬਣ ਕੇ ਪਿੱਛੇ ਖਲੋਤੇ ਨੇ, ਅਦਰਵਾਈਜ਼ ਇਹ ਸਫ਼ਰ ਤੈਅ ਨਹੀਂ ਸੀ ਹੋ ਸਕਦਾ। ਔਰ ਇਹ ਗੱਲ ਮੈਂ ਐਮਫੈਟਿਕਲੀ ਫਿਰ ਕਹਿਣਾ ਚਾਹੁੰਦਾ ਕਿ ਬਈ ਅਸੀਂ ਇਹ ਸਮਝਦੇ ਹਾਂ ਕਿ ਸਿੱਖ ਕੌਮ ਦਾ ਕੇਸ ਸੱਚ, ਹੱਕ, ਇਨਸਾਫ਼ 'ਤੇ ਆਧਾਰਿਤ ਹੈ। ਦੁਨੀਆਂ ਦੇ ਵਿੱਚ ਦੇਸ਼ ਬਣਾਉਣ ਦੇ ਲਈ ਜਿੰਨੇ ਕੁ ਮੁੱਢਲੇ ਕ੍ਰਾਈਟੇਰੀਏ ਚਾਹੀਦੇ ਹੁੰਦੇ ਨੇ, ਪੈਮਾਨੇ ਚਾਹੀਦੇ ਹੁੰਦੇ ਨੇ, ਅਸੀਂ ਉਹਨੂੰ ਫੁਲਫਿਲ ਕਰਦੇ ਹਾਂ। ਔਰ ਜਿਵੇਂ ਡਾਕਟਰ ਚੀਮਾ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਕਿ ਕੋਈ ਸਾਡਾ ਕੇਸ ਜੂਨ 84 ਤੋਂ ਸ਼ੁਰੂ ਨਹੀਂ ਹੋਇਆ, ਸਾਡਾ ਤਾਂ 3 ਸਦੀਆਂ ਪਹਿਲਾਂ ਤੋਂ ਹੀ, ਜਦੋਂ ਖਾਲਸੇ ਦਾ, ਆਜ਼ਾਦੀ ਦਾ ਕਾਨਸੈਪਟ ਰਾਜ ਕਰੇਗਾ, ਖਾਲਸਾ ਦਾ ਕਾਨਸੈਪਟ ਹੈ। ਸੋ ਜੇ ਅਸੀਂ ਇਸ ਸਭ ਦੇ ਬਾਵਜੂਦ ਕਿਸੇ ਕੰਢੇ ਆਪਣੇ ਆਪ ਨੂੰ ਨਾ ਲਾ ਸਕੀਏ ਤਾਂ ਫਿਰ ਜ਼ਰੂਰ ਇਹ ਸਾਨੂੰ ਦੇਖਣਾ ਪਏਗਾ ਵੀ ਕਿਹੜੇ ਕਿਹੜੇ ਸਾਡੇ ਨੁਕਤੇ ਨੇ, ਕਿੱਥੇ ਸਾਡੇ ਕਿਲੇ ਨੇ ਜਿਹਨਾਂ ਕਿਲਿਆਂ ਨੂੰ ਸਾਨੂੰ ਮਜ਼ਬੂਤ ਕਰਨ ਦੀ ਲੋੜ ਹੈ। ਔਰ ਉਹਨਾਂ ਕਿਲਿਆਂ 'ਚ ਸਭ ਤੋਂ ਪਾਵਰਫੁਲ ਇਹ ਕਿਲਾ ਵੀ ਹੈ, ਹਥਿਆਰ ਵੀ ਹੈ, ਅਲਟੀਮੇਟਲੀ ਤੁਹਾਨੂੰ ਮੰਜ਼ਿਲ ਤੱਕ ਲਿਜਾਣ ਦਾ ਵਹੀਕਲ ਵੀ ਹੈ। ਅਤੇ ਦੁਨੀਆਂ 'ਚ ਨੂੰ ਜੇ ਤੁਸੀਂ ਆਪਣਿਆਂ ਨੂੰ ਹੀ ਨਹੀਂ, ਦੁਨੀਆਂ ਨੂੰ ਵੀ ਕੋਈ ਗੱਲ ਸੁਣਾਉਣੀ ਹੈ ਤਾਂ ਤੁਹਾਡਾ ਇਹੀ ਨੈਰੇਟਿਵ ਜਿਹੜਾ ਅਲਟੀਮੇਟਲੀ ਤੁਹਾਡੇ ਕੌਮੀ ਕੌਜ਼ ਨੂੰ ਜਿਹੜਾ ਉਹ ਸਾਰਿਆਂ ਤੱਕ ਪਹੁੰਚਾਉਂਦਾ ਹੈ। ਸੋ ਇਸ ਮਾਮਲੇ 'ਚ ਕਿੰਨਾ ਕੁ ਅਸੀਂ ਅੱਗੇ ਵਧੇ ਇਹ ਤਾਂ ਸਾਡੇ ਦਰਸ਼ਕ ਹੀ ਦੱਸ ਸਕਦੇ ਨੇ, ਪਰ ਘੱਟੋ ਘੱਟ ਅਸੀਂ ਆਪਣੀ ਗਰਾਊਂਡ ਜਿਹੜੀ ਹੈ ਉਹ ਜ਼ਰੂਰ ਹੋਲਡ ਕੀਤੀ ਹੈ। ਜੀ ਬਿਲਕੁਲ, ਜਿਵੇਂ ਡਾਕਟਰ ਸਾਹਿਬ ਤੁਸੀਂ ਦੱਸਿਆ ਵੀ ਜਿਹੜੀ ਗਰਾਊਂਡ ਹੈਗੀ ਆ ਉਹਦੇ 'ਤੇ ਸਿੱਖ ਜਿਹੜੀ ਨਰੇਸ਼ਨ ਹੈ ਉਹਨੂੰ ਅੱਗੇ ਤੋਰਨ ਦੀ ਗੱਲ ਇਹ ਇੱਕ ਪਲੈਟਫਾਰਮ ਪ੍ਰੋਵਾਈਡ ਕਰ ਰਿਹਾ ਸਾਡੀ ਵਿਚਾਰ ਚਰਚਾ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਜਿਹੜੇ ਦਰਸ਼ਕ ਸਾਡੇ ਨਾਲ ਵੱਖ ਵੱਖ ਮਾਧਿਅਮਾਂ ਰਾਹੀਂ ਜੁੜੇ ਹੋਏ ਨੇ, ਮੈਂ ਇੱਕ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦਾ ਵੀ ਜੇ ਤੁਸੀਂ ਇਸ ਸ਼ੋਅ ਦੇ ਵਿੱਚ ਇਸ ਡਿਸਕਸ਼ਨ ਦੇ ਦੌਰਾਨ ਕਿਸੇ ਕੋਈ ਸਵਾਲ ਡਾਕਟਰ ਸਾਹਿਬ ਤੋਂ ਪੁੱਛਣਾ ਚਾਹੁੰਦੇ ਹੋ, ਕਿਸੇ ਚੀਜ਼ ਨਾਲ ਸਹਿਮਤ ਹੋ ਜਾਂ ਅਸਹਿਮਤ ਹੋ, ਤੁਸੀਂ ਉਹ ਸਾਨੂੰ ਸਾਡਾ ਜਿਹੜਾ ਫੇਸਬੁੱਕ 'ਤੇ ਇਸ ਵਕਤ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ ਉੱਥੇ ਜਾ ਕੇ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਆਪਣਾ ਸਵਾਲ ਪੁੱਛ ਸਕਦੇ ਹੋ ਅਤੇ ਇਸ ਸ਼ੋਅ ਦੇ ਅੰਤ ਦੇ ਵਿੱਚ ਜ਼ਰੂਰ ਉਹ ਸਵਾਲ ਜਿਹੜਾ ਹੈਗਾ ਉਹ ਇਨਕਲੂਡ ਕੀਤਾ ਜਾਵੇਗਾ। ਡਾਕਟਰ ਸਾਹਿਬ ਇਸੇ ਗੱਲ ਨੂੰ ਅੱਗੇ ਤੋਰੀਏ, ਜਿਵੇਂ ਤੁਸੀਂ ਕੁਝ ਐਗਜ਼ਾਮਪਲਸ ਦਿੱਤੀਆਂ ਨੇ ਕਿ ਜਿਹੜਾ TV84 ਦਾ ਨੈਰੇਟਿਵ ਹੈਗਾ ਉਹ ਬਾਕੀ ਮੀਡੀਏ ਨਾਲੋਂ ਕਿਵੇਂ ਵੱਖਰਾ, ਜਦੋਂ ਅਸੀਂ ਉੱਥੇ ਉਹਦੇ ਵਿੱਚ ਇੱਕ ਹੋਰ ਐਗਜ਼ਾਮਪਲ ਮੈਂ ਐਡ ਕਰਨੀ ਚਾਹੂੰਗਾ ਕਿ ਜਿਵੇਂ ਪਾਕਿਸਤਾਨ ਦੇ ਵਿੱਚ ਰੀਸੈਂਟਲੀ ਇੱਕ ਕੇਸ ਹੋਇਆ ਕਿ ਉੱਥੇ ਸਿੱਖਾਂ ਨੂੰ ਜਿਹੜਾ ਹੈਗਾ ਧਰਮ ਤਬਦੀਲ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ, ਇੱਦਾਂ ਦੀ ਗੱਲ ਬਾਹਰ ਆਉਂਦਿਆਂ ਹੀ ਕਿਵੇਂ ਇੰਡੀਆ ਦੇ ਵਿੱਚ ਇੰਡੀਅਨ ਮੀਡੀਏ ਵੱਲੋਂ ਉਸ ਨੂੰ ਪ੍ਰਮੋਟ ਕੀਤਾ ਗਿਆ, ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਆਪਣੇ ਨੈਰੇਟਿਵ ਤੋਂ ਪਾਕਿਸਤਾਨ ਨੂੰ, ਜਿਵੇਂ ਹਮੇਸ਼ਾ ਪਾਕਿਸਤਾਨ ਦਾ ਥੱਲਾ ਲਾਉਣ ਦੀ ਗੱਲ ਹੁੰਦੀ ਹੈ ਉਹਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ, ਹਾਲਾਂਕਿ ਰਾਈਟ ਵੇ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਨੇ ਐਕਟ ਕੀਤਾ, ਜਿਹੜਾ ਉਹ ਅਧਿਕਾਰੀ ਸੀ ਉਹਨੂੰ ਸਸਪੈਂਡ ਵੀ ਕੀਤਾ, ਉਹਦੇ 'ਤੇ ਰਾਈਟ ਵੇ ਉਹਨਾਂ ਨੇ ਐਕਸ਼ਨ ਲੈ ਕੇ ਉਹਨੂੰ ਉੱਥੇ ਜਿਹੜੀ ਗੱਲ ਹੈ ਉਹ ਖਤਮ ਕਰ ਦਿੱਤੀ ਹੈ। ਸੋ ਜਿਹੜਾ ਇਹ ਸਾਡੇ ਪਰਸਪੈਕਟਿਵ ਦਾ ਸਟਰੋਂਗ ਉਨਾ ਸਟਰੋਂਗ ਨਾ ਹੋਣਾ ਸਾਡੇ ਲਈ ਕਿੰਨਾ ਕੁ ਘਾਤਕ ਹੈ, ਜਾਂ ਇਹ ਕਹਿ ਲਈਏ ਵੀ ਜੇ ਅੱਜ TV84 ਜਾਂ ਜਿਹੜਾ ਸਿੱਖ ਮੀਡੀਆ ਹੈਗਾ ਉਹ ਇੰਨਾ ਕੁ ਸਟਰੋਂਗ ਹੋਵੇ ਵੀ ਉਸ ਨੈਰੇਟਿਵ ਦੇ ਅੱਗੇ ਜਿਹੜਾ ਇੰਡੀਅਨ ਮੀਡੀਆ ਦਾ ਨੈਰੇਟਿਵ ਹੈ ਉਹਦੇ ਬਰਾਬਰ ਤੁਸੀਂ ਆਪਣਾ ਨੈਰੇਟਿਵ ਖੜਾ ਕਰ ਸਕੋ, ਤਾਂ ਕਿੱਦਾਂ ਦੀ ਸਿਚੁਏਸ਼ਨ ਅੱਜ ਹੋਣੀ ਸੀ। ਰੈਦਰ ਦੈਨ ਟਾਕਿੰਗ ਕਿ ਅਸੀਂ ਪਿਛਲੇ ਦੀ ਗੱਲ ਕਰੀਏ ਅਸੀਂ ਕਿੱਥੇ ਕਾ ਕੇ ਖਲੋਤੇ ਹਾਂ, ਜੇ ਫਿਊਚਰ ਦੀ ਥੋੜ੍ਹੀ ਜਿਹੀ ਗੱਲ ਕਰਨੀ ਹੋਵੇ ਵੀ ਇਹਨੂੰ ਹੋਰ ਕਿਸ ਹਿਸਾਬ ਨਾਲ ਬਿਲਡ ਕੀਤਾ ਜਾ ਸਕਦਾ, ਕਿੱਥੇ ਕੁ ਕਮੀਆਂ ਹੈਗੀਆਂ ਨੇ ਇਸ ਪਾਰਟ ਨੂੰ, ਜਦੋਂ ਅਸੀਂ ਗੱਲ ਕਰਦੇ ਹਾਂ ਵੀ ਜੇ ਇਹੀ ਪਰਸਪੈਕਟਿਵ ਸਾਡਾ ਪਰਸਪੈਕਟਿਵ ਇੰਨਾ ਕੁ ਸਟਰੋਂਗ ਹੋਵੇ ਤਾਂ ਜਿਵੇਂ ਜਗਜੀਤ ਆਪਣੇ ਜਗਤਾਰ ਸਿੰਘ ਜੌਹਲ ਦੇ ਮਾਮਲੇ ਦੇ ਵਿੱਚ ਸਿੱਖ ਖਲੋਤੇ ਆ, ਉਹ ਹਰ ਇੱਕ ਛੋਟੇ ਛੋਟੇ ਕੇਸ ਦੇ ਉੱਪਰ TV84 ਜਾਂ ਜਿਹੜਾ ਪੰਥਕ ਮੀਡੀਆ ਹੈਗਾ ਉਹਨੂੰ ਦੇਖਦਿਆਂ ਹੋਇਆਂ ਉਹਦੇ ਤੋਂ ਸੇਧ ਲੈਂਦਿਆਂ ਉਹ ਉਵੇਂ ਖਲੋ ਸਕਦੇ ਨੇ। ਸੋ ਇਹਨੂੰ ਫਿਊਚਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਦਾ ਕੀ ਰੋਲ ਦੇਖਦੇ ਹੋ? ਦੇਖੋ, ਤੁਸੀਂ ਇੱਕ ਬੜਾ ਇੰਪੋਰਟੈਂਟ ਜਿਹਨੂੰ ਅਗੇਨ ਟੈਕਸਟ ਬੁੱਕ ਕੇਸ ਜਾਂ ਕਲਾਸਿਕ ਕੇਸ ਮੈਂ ਕਹਿ ਸਕਦਾ ਕਿ ਸਾਹਮਣੇ ਲਿਆਂਦਾ ਕਿ ਕਿਵੇਂ ਖੈਬਰ ਪਖਤੂਨਵਾ ਦੇ ਡਿਸਟ੍ਰਿਕਟ ਹੰਗੂ ਦੇ ਵਿੱਚ ਇੱਕ ਘਟਨਾ ਕਿ ਸਿੱਖ ਡੈਲੀਗੇਸ਼ਨ ਮਿਲਦਾ ਉਹਨਾਂ ਦੇ ਅਧਿਕਾਰੀਆਂ ਨੂੰ ਜਿਹੜਾ ਵੀ ਉੱਥੇ ਉਹਨਾਂ ਨੂੰ ਡੀਲ ਕਰਦੇ ਨੇ, ਔਰ ਉਹ ਯਾਕੂਬ ਖਾਨ ਨਾਂ ਦਾ ਬੰਦਾ ਜਿਹੜਾ ਉਸ ਡੈਲੀਗੇਸ਼ਨ ਨਾਲ ਗੱਲ ਜਦੋਂ ਉਹ ਮਸਲੇ ਦੱਸਦੇ ਨੇ ਅਤੇ ਉਹ ਅੱਗੋਂ ਕਹਿੰਦਾ ਜੀ ਇਹਦਾ ਇੱਕੋ ਇੱਕ ਹੱਲ ਹੈ ਕਿ ਤੁਸੀਂ ਇਸਲਾਮ ਕਬੂਲ ਕਰ ਲਓ ਔਰ ਉਹਦੇ ਨਾਲ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ। ਹੁਣ ਜ਼ਾਹਰ ਹੈ ਕਿ ਵੀ ਇਹ ਗੱਲ ਬੜੀ ਅਫੈਂਡਿੰਗ ਹੈ, ਸਿੱਖ ਡੈਲੀਗੇਸ਼ਨ ਵਾਕ ਆਊਟ ਕਰ ਜਾਂਦਾ
ਔਰ ਬਾਹਰ ਆ ਕੇ ਉਹ ਇਸ ਦੇ ਬਾਰੇ ਜਿਹੜੇ ਨੇ ਰਿਪੋਰਟ ਦਰਜ ਕਰਵਾਉਂਦੇ ਨੇ, ਉਹਨਾਂ ਤੋਂ ਜਿਹੜਾ ਹਾਇਰ ਆਫੀਸ਼ੀਅਲ ਹੈ ਉਹ ਤਾਂ ਐਡੀਸ਼ਨਲ ਅਸਿਸਟੈਂਟ ਸੈਕਟਰੀ ਸੀ, ਉਹਦੇ ਤੱਕ ਗੱਲ ਪਹੁੰਚਦੀ ਹੈ, ਫੌਰਨ ਐਡਮਿਨਿਸਟ੍ਰੇਸ਼ਨ ਹਰਕਤ 'ਚ ਆਉਂਦਾ ਹੈ, ਉਸ ਆਫੀਸਰ ਨੂੰ ਜਿਹੜਾ ਉਹ ਸਸਪੈਂਡ ਕੀਤਾ ਜਾਂਦਾ, ਉਹਨੂੰ ਉਹ ਆ ਕੇ ਮਾਫ਼ੀ ਮੰਗਦਾ, ਉਹਨਾਂ ਦਾ ਜਿਰਗਾ ਆਉਂਦਾ, ਉਹ ਪੂਰਾ ਇੱਕ ਚਾਰਟਰ ਬਣਾ ਕੇ ਜਿਹੜਾ ਉਹ ਸਿੱਖਾਂ ਦੇ ਨਾਲ ਖਲੋਣ ਦਾ ਕਰਦਾ, ਔਰ ਪਾਕਿਸਤਾਨ ਦੇ ਮੇਜਰ ਅਖਬਾਰ ਜਿਹਨਾਂ ਦੇ ਵਿੱਚ ਡੇਲੀ ਪਾਕਿਸਤਾਨ ਵੀ ਸ਼ਾਮਲ ਹੈ, ਇਹ ਸਾਰੇ ਨੂੰ ਮੁੱਖ ਤੌਰ ਦੇ ਉੱਤੇ ਨਿਊਜ਼ ਬਣਾ ਕੇ ਉਹਨਾਂ ਦੇ ਥੱਲੇ ਜੇ 400 ਕਮੈਂਟ ਨੇ ਤਾਂ ਸਾਰੇ ਦੇ ਸਾਰੇ ਸਿੱਖਾਂ ਨਾਲ ਹਮਦਰਦੀ ਦੇ ਨੇ ਜੀ। ਹੁਣ ਇਹ ਇੱਕ ਖਬਰ ਜਿਸ ਦੇ ਬਾਹਰ ਆਉਂਦਿਆਂ ਹੀ ਫੌਰਨ ਐਡਮਿਨਿਸਟ੍ਰੇਸ਼ਨ ਵੀ, ਮੀਡੀਆ ਵੀ, ਔਰ ਉਹਨਾਂ ਦੇ ਮੈਜੋਰਿਟੀ ਲੋਕ ਵੀ ਜਿਹੜੇ ਨੇ ਉਹਦੇ, ਇਹ ਬਿਊਟੀ ਹੈ ਕਿ ਇਸਲਾਮਿਕ ਕੰਟਰੀ 'ਚ ਹੁੰਦਿਆਂ ਵੀ ਕਿਵੇਂ ਸਾਰੀਆਂ ਹੀ ਬ੍ਰਾਂਚਿਸ ਸਟੇਟ ਦੀਆਂ ਉਹ ਇੱਕ ਘੱਟ ਗਿਣਤੀ ਦੇ ਰੈਸਕਿਊ 'ਤੇ ਆਉਂਦੀਆਂ। ਹਾਲਾਂ ਕੋਈ ਇਹ ਕਹਿਣਾ ਕਿ ਜੇ ਉਹਨਾਂ ਨੂੰ ਮਜਬੂਰ ਕੀਤਾ ਗਿਆ ਉਹ ਇਸਲਾਮ ਕਬੂਲ ਕਰ ਲੈਣ, ਉਹ ਇੱਕ ਆਫੀਸ਼ੀਅਲ ਦੀ ਮੈਂਟਲ ਜਿਹੜੀ ਹੈ ਉਸ ਕਿਸਮ ਦੀ ਸਿਚੁਏਸ਼ਨ ਹੈ, ਔਰ ਉਹਦੇ ਉੱਤੇ ਐਕਟ ਕੀਤਾ ਜਾਂਦਾ। ਹੁਣ ਦੂਸਰਾ ਪੱਖ ਅਸੀਂ ਦੇਖਦੇ ਹਾਂ ਕਿ ਇੱਧਰ ਇਸੇ ਹੀ 24-48 ਘੰਟੇ ਦੇ ਪੀਰੀਅਡ 'ਚ ਤਿੰਨ ਖਬਰਾਂ ਮੇਜਰ, ਕੱਲ੍ਹ ਵੀ ਮੈਂ ਇਹਨੂੰ ਡਿਸਕਸ ਕੀਤਾ ਸੀ, ਮੋਹਨ ਭਾਗਵਤ। ਹੁਣ ਮੋਹਨ ਭਾਗਵਤ ਦਿੱਲੀ 'ਚ ਖਲੋ ਕੇ ਕਹਿੰਦਾ, ਦੋ ਦਿਨ ਪਹਿਲਾਂ ਦੀ ਉਹਦੀ ਖਬਰ, ਕਿ ਭਾਰਤ 'ਚ ਰਹਿਣ ਵਾਲਾ ਹਰ ਇੱਕ ਹਿੰਦੂ ਹੈ। ਹੁਣ ਜ਼ਾਹਰ ਹੈ ਕਿ ਵੀ ਇਹ ਜਿਹੜੀ ਹੈ ਇਹ ਇਨਸਲਟ ਹੈ 200 ਮਿਲੀਅਨ ਮੁਸਲਮਾਨਾਂ ਦੀ, 30 ਮਿਲੀਅਨ ਸਿੱਖਾਂ ਦੀ ਜਿਹੜੇ ਭਾਰਤ ਦੇ ਨਕਸ਼ੇ ਦੇ ਵਿੱਚ ਨੇ, ਔਰ 30 ਮਿਲੀਅਨ ਈਸਾਈਆਂ ਦੀ। ਹੁਣ ਇਹੀ ਬਾਦਲ ਪਿਓ ਪੁੱਤਰ, ਇਹੀ ਰਾਮੂਵਾਲੀਆ UP ਅਸੈਂਬਲੀ 'ਚ ਬੈਠਾ, ਉਹੀ ਦਿੱਲੀ ਕਮੇਟੀ ਦਾ GK, ਉਹ ਸਾਰੀ ਅਕਾਲੀ ਲੀਡਰਸ਼ਿਪ, ਸਾਰੀ ਦੂਜੇ, ਕਿਸੇ ਦਾ ਮੂੰਹ ਨਹੀਂ ਫੁੱਟਿਆ ਹੈ ਕਿ ਉਹ ਮੋਹਨ ਭਾਗਵਤ ਨੂੰ ਕਹਿਣ ਵੀ ਤੈਨੂੰ ਕੀ ਹੱਕ ਹੈ, ਤੂੰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਸ ਪੰਥ ਦੀ ਇਨਸਲਟ ਕੀਤੀ ਹੈ, ਵੀ ਅਸੀਂ ਹਿੰਦੂ, ਸਾਡੀ ਲੜਾਈ ਕੀ ਸੀ 18ਵੀਂ ਸਦੀ 'ਚ, ਕੀ ਲੜਾਈ ਸੀ? ਜੇ ਲੜਾਈ ਸੀ ਤੇ ਇਹੀ ਕਿ ਭਾਈ ਤੂੰ ਤਾਂ ਚਾਹੁੰਦਾ 2 ਤੋਂ 1 ਕਰਨਾ, ਮੈਂ ਤਾਂ 3 ਬਣਾਵਣੇ ਚਾਹੁੰਦਾ। ਲੜਾਈ ਤਾਂ ਇਹੀ ਸੀ ਕਿ ਭਾਈ ਛਾਏ ਜਾਤੀ ਏਕਤਾ ਅਨੇਕਤਾ ਵਿਲੋਏ ਜਾਤੀ, ਕਿ ਏਕਤਾ ਹੋ ਜਾਣੀ ਸੀ, ਅਨੇਕਤਾ ਖਤਮ ਹੋ ਜਾਣੀ ਸੀ, ਜਿਹਦੇ ਲਈ ਸਾਡਾ ਸਾਰਾ ਇਤਿਹਾਸ, ਸਾਡੀਆਂ ਕੁਰਬਾਨੀਆਂ, ਸਾਡੀ ਹੋਂਦ ਹੈ। ਇਹਨਾਂ ਦੇ ਮੂੰਹ 'ਚੋਂ ਇੱਕ ਅੱਖਰ ਨਹੀਂ ਨਿਕਲਦਾ। ਕਿਹਨੇ ਖਲੋ ਕੇ ਚੈਲੰਜ ਕੀਤਾ ਮੋਹਨ ਭਾਗਵਤ ਨੂੰ ਕਿ ਤੂੰ ਝੂਠਾ ਬੰਦਾ, ਅਸੀਂ ਸਿੱਖ ਹੈ, ਅਸੀਂ ਹਿੰਦੂ ਨਹੀਂ? ਲੇਕਿਨ ਇਸ ਦੇ ਉਲਟ ਤੁਸੀਂ ਦੇਖੋ ਗੁਲਾਮ ਜ਼ਹਿਨੀਅਤ ਕੀ ਹੁੰਦੀ ਹੈ ਜਾਂ ਗੁਲਾਮੀ ਕੀ ਹੁੰਦੀ ਹੈ। ਇਹ ਹੁਣ ਕਿਉਂਕਿ ਮੋਦੀ, ਔਰ ਇਹ ਵਧਾਈ ਦੇਣ 'ਤੇ ਤਾਂ ਲੱਗੇ ਹੋਏ ਨੇ ਦੋਨੋਂ ਪਿਓ ਪੁੱਤਰ, ਹੁਣ ਕਿਉਂਕਿ ਮੋਦੀ ਨੇ ਆਲਰੇਡੀ ਐਂਟਾਈ ਪਾਕਿਸਤਾਨ ਲਾਈਨ ਯੂਜ਼ ਕਰਕੇ ਉਸ ਮੀਟਿੰਗ ਦੀ ਗੁਜਰਾਤ ਦੀਆਂ ਚੋਣਾਂ ਜਿੱਤੀਆਂ ਨੇ, ਔਰ ਇਹ ਜਿਹੜੇ ਨੇ ਇਹ ਉਸ ਪਾਸੇ ਉਹਦੀ ਖੁਸ਼ਾਮਦ 'ਤੇ ਲੱਗੇ ਹੋਏ ਨੇ। ਇਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਹੈ ਕਿ ਵੀ ਇਹ ਜਿਹੜੇ ਪਾਰਟ ਹੈ ਇਹ ਕਿੰਨਾ ਵੱਡਾ ਗੁਨਾਹ ਮੋਹਨ ਭਾਗਵਤ ਨੇ ਕੀਤਾ। ਫਿਰ ਨਾਲ ਅਸੀਂ ਖਬਰਾਂ ਦੇਖਦੇ ਹਾਂ ਕਿ ਭਾਈ ਕਰਨਾਟਕਾ 'ਚ, ਬੰਗਲਾਰੂ 'ਚ ਨਸੀਮਾ ਬਾਨੋ 22 ਸਾਲਾਂ ਦੀ ਬੱਚੀ ਜਿਹੜੀ ਉਹ ਆਪਣੇ ਹਸਬੈਂਡ ਦੇ ਨਾਲ ਜਾਂ ਦੂਜੇ ਜਾਂਦੀ ਹੈ ਟਬੈਕਟਮੀ ਲਈ, ਉਸ ਆਪਰੇਸ਼ਨ ਲਈ ਨਾਲਬੰਦੀ ਦੇ, ਉਹਨੂੰ ਉਹ ਡਾਕਟਰ ਉੱਥੇ ਜਿੰਨੇ ਹੋਰ ਵੀ ਮਰੀਜ਼ ਉਹਨਾਂ ਨੂੰ ਕ੍ਰਿਸ਼ਨਾ ਕ੍ਰਿਸ਼ਨਾ ਗਵਾ ਰਹੇ ਨੇ, ਉਹ ਕਹਿੰਦੇ ਮੈਂ ਤਾਂ ਅੱਲਾ ਅੱਲਾ ਕਹਿਣਾ, ਉਹਦਾ ਆਪਰੇਸ਼ਨ ਕਰਨ ਤੋਂ ਨਾ ਕਰਦੇ ਨੇ, ਉਹਨੂੰ ਮਜਬੂਰ ਕਰਦੇ ਨੇ, ਉਹ ਕਹਿੰਦੀ ਹੈ ਕਿਉਂਕਿ ਉਹ ਅਦਰਵਾਈਜ਼ ਉਹਦੀ ਸਰਜਰੀ ਨਹੀਂ ਹੁੰਦੀ। ਫਿਰ ਅਸੀਂ ਦੇਖਦੇ ਹਾਂ ਵੀ ਅਲੀਗੜ੍ਹ ਦੀ ਹਿੰਦੂ ਜਾਗਰਤੀ ਮੰਚ ਜਿਹੜਾ ਉਹ ਕ੍ਰਿਸਚਨ ਸਕੂਲਾਂ ਨੂੰ, ਸਾਰੇ ਅੰਗਰੇਜ਼ੀ ਸਕੂਲਾਂ ਨੂੰ ਕਹਿੰਦਾ ਕਿ ਬਈ ਤੁਸੀਂ ਕ੍ਰਿਸਮਸ ਨਹੀਂ ਮਨਾਉਣੀ। ਹੁਣ ਜਿਹੜੀਆਂ ਇਹ ਤਿੰਨੋਂ ਹੀ ਘਟਨਾਵਾਂ ਨੇ, ਇਹ ਇੰਨੀ ਵੱਡੀ ਗੱਲ ਹੈ ਕਿ ਦੁਨੀਆਂ 'ਚ ਜੇ ਸਾਡੇ ਕੋਲ ਪਾਵਰਫੁੱਲ ਮੀਡੀਆ ਹੁੰਦਾ ਹੋਏ ਜਾਂ ਅਸੀਂ ਮੀਡੀਆ ਦੀ ਇੰਪੋਰਟੈਂਸ ਸਮਝਦੇ ਹੋਈਏ, ਇਹਨਾਂ ਦੀਆਂ ਧੱਜੀਆਂ ਉਡਾਈਆਂ ਹੁੰਦੀਆਂ ਕਿ ਵੀ ਤੁਸੀਂ ਇਹ ਕਿਹੜੀ ਸੈਕੂਲਰ ਕੰਟਰੀ ਹੋ ਤੁਸੀਂ ਜੀ, ਤੁਸੀਂ, ਔਰ ਤਿੰਨੋਂ ਘਟਨਾਵਾਂ ਦੇ ਵਿੱਚ ਤਿੰਨੋਂ ਹੀ ਫਿਰਕੇ ਇਨਵੋਲਵ ਹੋ ਜਾਂਦੇ ਨੇ ਮੁੱਖ ਅਕਲੀਅਤਾਂ। ਇੱਕ ਪਾਸੇ 400 ਮਿਲੀਅਨ ਜਿਹੜੇ ਲੋਕ ਨੇ ਸਿੱਖ, ਮੁਸਲਮਾਨ, ਈਸਾਈ ਔਰ ਟ੍ਰਾਈਬਲਸ, ਉਹਨਾਂ ਦਾ ਧਰਮ ਡਿਨਾਈ ਕੀਤਾ ਜਾ ਰਿਹਾ, ਕੰਸਟੀਟਿਊਸ਼ਨਲੀ ਪਹਿਲਾਂ ਹੀ ਕੀਤਾ ਹੋਇਆ, ਇੰਡੀਅਨ ਕੰਸਟੀਟਿਊਸ਼ਨ ਨੇ, ਆਰਟੀਕਲ 25B ਨੇ ਜੀ। ਲੇਕਿਨ ਇੱਕ ਪਾਸੇ ਇੱਕ ਘਟਨਾ ਜਿਹਦਾ ਫੌਰਨ ਨੋਟਿਸ ਲਿਆ ਜਾਂਦਾ, ਉਹਨੂੰ ਕਿਵੇਂ ਬਣਾਇਆ ਜਾਂਦਾ ਵੀ ਸਿੱਖਾਂ ਦੇ ਗਰੁੱਪਾਂ 'ਚ ਵੀ ਚਰਚਾ ਹੈ ਕਿ ਜੀ ਅੱਛਾ ਇਹ ਹੋ ਰਿਹਾ ਜੀ, ਇਹ ਉਹ ਹੋ ਇਹ ਮੀਡੀਆ ਦੀ ਤਾਕਤ ਜਾਂ ਜਿਸ ਅੰਦਾਜ਼ ਦੇ ਵਿੱਚ ਮੀਡੀਆ ਨੂੰ ਇਸਤੇਮਾਲ ਕੀਤਾ ਜਾਂਦਾ। ਔਰ ਉਹ ਗੱਲ ਸਿਰਫ ਇੱਕ ਪਾਸੇ ਤੱਕ ਮਹਿਦੂਦ ਨਹੀਂ ਹੈ, ਜੇ ਅਸੀਂ ਜਿਉਂ ਜਿਉਂ ਇਸ ਗੱਲਬਾਤ ਨੂੰ ਅੱਗੇ ਤੋਰਾਂਗੇ, ਜਿਹੜੀਆਂ ਜਿਵੇਂ ਇਹ ਹੁਣ ਇਸਤੇਮਾਲ ਕਰ ਰਹੇ ਨੇ ਬਾਕੀ ਇਸ਼ੂਜ਼ ਨੂੰ, ਸੋਸ਼ਲ ਮੀਡੀਆ ਤਾਂ ਯੂਜ਼ ਕਰ ਹੀ ਰਹੇ ਸੀ, ਹੁਣ ਇਹਨਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਕੀ ਤੌਰ ਤਰੀਕਾ ਲਿਆਂਦਾ, ਉਹ ਅਸੀਂ ਫਿਰ ਅੱਗੋਂ ਡਿਸਕਸ ਕਰਦੇ ਹਾਂ, ਕਿਉਂਕਿ
ਮੈਂ ਇੱਕੋ ਟੌਪਿਕ ਦੇ ਉੱਤੇ ਜ਼ਿਆਦਾ ਵਕਤ ਨਹੀਂ ਲੈਣਾ ਚਾਹੁੰਦਾ, ਪਰ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਇਹ ਘਟਨਾ ਕ੍ਰਮ ਤਿੰਨ ਖਬਰਾਂ ਇੱਕ ਪਾਸੇ ਦੀਆਂ ਔਰ ਇੱਧਰ ਜਿਹੜਾ ਕਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਨੂੰ ਉੱਥੇ ਹਾਈ ਕਮਿਸ਼ਨ ਨੂੰ ਮੈਮੋਰੈਂਡਮ ਦੇਣ ਪਹੁੰਚ ਗਏ, ਹੁਣ ਬਾਹਰ ਵੀ ਇਹਨਾਂ ਦੇ ਜਿੰਨੇ ਟੁੱਚੇ ਨੇ ਉਹ ਇਹ ਕੰਮ ਸ਼ੁਰੂ ਕਰ ਦੇਣਗੇ, ਇਹ ਦੱਸਣ ਲਈ ਕਿ ਜਿਵੇਂ ਜਿਹੜਾ ਕਿਉਂਕਿ ਇਹ ਹਿੰਦੂਤਵੀ ਨੈਰੇਸ਼ਨ 'ਚ ਫਿੱਟ ਬਹਿੰਦੀ ਹੈ ਗੱਲ, ਕਿਉਂਕਿ ਉਹਨਾਂ ਨੇ ਪਾਕਿਸਤਾਨ ਨੂੰ ਇੱਕ ਇਸਲਾਮਿਕ ਔਰ ਇਨਟੋਲਰੈਂਟ ਔਰ ਜਿਹਾਦੀ ਔਰ ਪਤਾ ਨਹੀਂ ਕੀ ਜਿਹੜੇ ਆ ਇਹਨਾਂ ਨੇ ਉਹ ਸਾਰਾ ਵੈਸਟਰਨ ਨੈਰੇਟਿਵ 'ਚ ਵੀ ਫਿੱਟ ਬਹਿੰਦਾ, ਇਹਨਾਂ ਦਾ ਆਪਸੀ ਕਲਿੱਕ ਵੀ ਫਿੱਟ ਬਹਿੰਦਾ, ਔਰ ਦੂਜੇ ਪਾਸੇ ਜੋ ਹੋ ਰਿਹਾ ਕਿਉਂਕਿ ਸਾਡੇ ਕੋਲ ਉਹਨਾਂ ਨੂੰ ਐਕਸਪੋਜ਼ ਕਰਨ ਦਾ ਨਹੀਂ ਹੈ, ਉਹਨਾਂ ਦਾ ਆਪਣਾ ਮੀਡੀਆ ਉਹਨੂੰ ਸਟੋਰੀ ਨੂੰ ਕਿਲ ਕਰਦਾ ਔਰ ਉਹ ਜਿਹੜਾ ਉਹ ਸੈਕੂਲਰਿਜ਼ਮ ਦੇ ਨਾਂ ਥੱਲੇ ਵਿਕਦੇ ਨੇ। ਜੀ ਡਾਕਟਰ ਸਾਹਿਬ ਬਿਲਕੁਲ, ਇਸੇ ਦੇ ਵਿੱਚ ਸਾਨੂੰ ਖਾਸ ਤੌਰ 'ਤੇ ਪੰਜਾਬੀਆਂ ਨੂੰ ਸਿੱਖਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈਗੀ ਹੈ ਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਾਡੀ ਈਸਟ ਪੰਜਾਬ ਅਤੇ ਵੈਸਟ ਪੰਜਾਬ ਦੀ ਜਦੋਂ ਸਾਂਝ ਦੀ ਗੱਲ ਆਉਂਦੀ ਹੈ, ਇੱਕ ਬੋਲੀ ਵੀ ਸਾਡੀ ਸਾਂਝੀ ਹੈ, ਤਹਿਜ਼ੀਬ ਵੀ ਸਾਂਝੀ ਹੈ, ਪਰ ਸਾਨੂੰ ਕਿਸ ਹਿਸਾਬ ਨਾਲ ਵਰਤਿਆ ਜਾ ਰਿਹਾ ਹੈ ਜਾਂ ਕਿਵੇਂ ਪਾਕਿਸਤਾਨ ਦੇ ਖਿਲਾਫ਼ ਜਾਂ ਜਿਹੜੇ ਸਾਡੀ ਤਹਿਜ਼ੀਬ ਦੇ ਨਾਲ ਸੰਬੰਧਿਤ ਲੋਕ ਹੈਗੇ ਨੇ ਉਹਨਾਂ ਦੇ ਖਿਲਾਫ਼ ਸਾਨੂੰ ਕਿਵੇਂ ਖੜਾ ਕੀਤਾ ਜਾ ਰਿਹਾ, ਇਸ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਸਿੱਖ ਮੀਡੀਆ ਦੀ ਜਾਂ TV 84 ਦੀ ਜਿਹੜੀ ਇੰਪੋਰਟੈਂਸ ਹੈ ਉਹ ਸਾਨੂੰ ਦੇਖਣ ਨੂੰ ਮਿਲਦੀ ਹੈ। ਇੱਕ ਹੋਰ ਜਿਹੜੀ ਇੱਕ ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਸਾਡੇ ਕੋਲ ਇੱਕ ਖਬਰ ਆਈ ਹੈ ਕਿ ਇੱਥੇ ਜਿੱਥੇ ਅਸੀਂ ਬੈਠੇ ਹਾਂ ਨਿਊਯਾਰਕ ਦੇ ਵਿੱਚ, ਨਿਊਯਾਰਕ ਸਿਟੀ ਦੇ ਵਿੱਚ ਫਰੀ ਬਲੋਚਿਸਤਾਨ ਕੈਂਪੇਨ ਦੇ ਨਾਮ ਥੱਲੇ ਜਿਹੜੀਆਂ ਟੈਕਸੀਜ਼ ਨੇ ਨਿਊਯਾਰਕ ਸਿਟੀ ਦੇ ਵਿੱਚ ਉਹ ਚੱਲ ਰਹੀਆਂ ਨੇ, ਉਹਦੇ ਉੱਪਰ ਇੱਕ ਐਡ ਤਿਆਰ ਕਰਕੇ ਜਿਹੜੀ ਹੈ ਸ਼ੁਰੂ ਕਰਨ ਦੀ ਇੱਕ ਲਾਈਨ ਹੈਗੀ ਹੈ ਟੈਕਸੀ ਕੈਂਪੇਨ ਦੇ ਨਾਂ ਥੱਲੇ। ਇੱਦਾਂ ਦੀ ਹੀ ਕੈਂਪੇਨ ਇੰਗਲੈਂਡ ਦੇ ਵਿੱਚ, ਲੰਡਨ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ। ਸੋ ਇਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ, ਜਿਹੜੀ ਖਾਸ ਤੌਰ 'ਤੇ ਇਹ ਇੱਕ ਡਿਵੈਲਪਮੈਂਟ ਹੈਗੀ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ, ਸਿੱਖ ਨੁਕਤਾ ਨਿਗਾਹ ਤੋਂ ਕਿਵੇਂ ਦੇਖਦੇ ਹੋ, ਅਤੇ ਇੱਥੇ ਲੰਡਨ ਦੇ ਵਿੱਚ ਹੋਵੇ ਜਾਂ ਨਿਊਯਾਰਕ ਦੇ ਵਿੱਚ ਇੱਦਾਂ ਦੀ ਕੈਂਪੇਨ ਸਾਹਮਣੇ ਆਉਣ ਦੀ ਕੀ ਅਹਿਮੀਅਤ ਹੈ? ਦੇਖੋ ਗੱਲ ਇਹ ਹੈ ਵੀ ਇਹ ਸ਼ਾਇਦ ਨੈਪੋਲੀਅਨ ਦੀ ਕੋਟ ਹੀ ਹੈ, ਬੜੇ ਪੁਰਾਣੀ ਅਜੇ ਵੀ ਕੋਟ ਹੁੰਦੀ ਹੈ ਕਿ ਬੈਸਟ ਫਾਰਮ ਆਫ ਡਿਫੈਂਸ ਇਜ਼ ਓਫੈਂਸ ਅਟੈਕ। ਜ਼ਾਹਰ ਹੈ ਕਿ ਵੀ ਪਾਕਿਸਤਾਨ ਦੇ ਜਿਹੜੇ ਪੋਲਿਸੀ ਮੇਕਰ ਨੇ, ਉਹਨਾਂ ਦੇ ਓਪੀਨੀਅਨ ਮੇਕਰ ਔਰ ਡਿਸੀਜਨ ਮੇਕਰ ਨੇ, ਉਹ ਹੁਣ ਤੱਕ ਇੰਡੀਆ ਦੇ ਖਿਲਾਫ਼ ਜਿਹੜੀ ਡਿਪਲੋਮੈਟਿਕ ਵਰਲਡ ਦੇ ਵਿੱਚ ਵੀ ਔਰ ਮੀਡੀਆ ਦੇ ਵਰਲਡ ਦੇ ਵਿੱਚ ਵੀ ਉਹ ਡਿਫੈਂਸਿਵ ਬੈਟਲ ਖੇਲ ਰਹੇ ਨੇ। ਕੋਈ ਉਹਨਾਂ ਨੇ ਇਹ ਸਿੱਖਿਆ ਨਹੀਂ ਹੈ ਕਿ ਵੀ ਇਹ ਜਿਹੜਾ ਹੈ ਉਹ ਘੱਟੋ ਘੱਟ ਇੰਡੀਆ ਦਾ ਜਿਹੜਾ ਕਰੂਪ ਚਿਹਰਾ ਹੈ, ਜਿਹੜਾ ਉਹਨਾਂ ਦਾ ਬਦਸ਼ਕਲ ਉਹਨਾਂ ਦਾ ਸਾਰਾ ਵਰਤਾਰਾ ਹੈ ਉਹਨੂੰ ਐਕਸਪੋਜ਼ ਕਰਨ। ਔਰ ਅਸੀਂ ਦੇਖਦੇ ਹਾਂ ਕਿ ਪਿਛਲੇ 15 ਅਗਸਤ ਦੇ ਮੌਕੇ 'ਤੇ ਇਹਨੇ ਮੋਦੀ ਨੇ ਲਾਲ ਕਿਲ੍ਹੇ ਤੋਂ ਬਲੋਚਿਸਤਾਨ ਦੀ ਗੱਲ, ਆਜ਼ਾਦ ਕਸ਼ਮੀਰ ਨੂੰ ਪਾਕਿਸਤਾਨ ਓਕੂਪਾਈਡ ਕਸ਼ਮੀਰ ਕਹਿ ਕੇ, ਗਿਲਗਤ ਦੀ ਗੱਲ, ਇਹ ਉਹਨੇ ਪਬਲਿਕਲੀ ਪਹਿਲੀ ਵਾਰ ਸੀ ਕਿ ਉਹਨੇ ਉਹਨਾਂ ਦੇ ਹੱਕਾਂ ਦੀ ਗੱਲ ਕੀਤੀ, ਉਹਨਾਂ ਦੇ ਕੁਚਲੇ ਜਾਣ ਦੀ ਗੱਲ ਕੀਤੀ। ਹੁਣ ਉਸ ਤੋਂ ਬਾਅਦ ਜਦੋਂ ਕੋਈ ਇਸ ਲੈਵਲ 'ਤੇ ਪ੍ਰਾਈਮ ਮਿਨਿਸਟਰ ਗੱਲ ਕਰਦਾ ਹੈ, ਇਹਦਾ ਮਤਲਬ ਇਹ ਹੁੰਦਾ ਵੀ ਆਲਰੇਡੀ ਉਹਨਾਂ ਨੇ ਪੋਲਿਸੀ ਫਰੇਮ ਕਰ ਲਈ ਹੋਈ ਹੈ ਜਿਹਦੇ ਥੱਲੇ ਕਿ ਉਹਨਾਂ ਨੇ ਦੁਨੀਆ ਦੇ ਵਿੱਚ ਉਸ ਕਿਸਮ ਦੀ ਲਾਈਨ ਨੂੰ ਉਹਨਾਂ ਨੇ ਪ੍ਰਮੋਟ ਕਰਨਾ। ਸੋ ਜ਼ਾਹਰ ਹੈ ਵੀ ਉਹਨਾਂ ਦੀ ਪੋਲਿਸੀ ਇਨ ਪਲੇਸ ਸੀ, ਉਹਦੇ 'ਚ ਉਹਨਾਂ ਨੇ ਗਲੋਬਲੀ, ਪਹਿਲਾਂ ਅਸੀਂ ਦੇਖਦੇ ਹਾਂ ਕਿ ਲੰਡਨ ਹੋਏ, ਵਾਸ਼ਿੰਗਟਨ ਹੋਏ ਔਰ ਯੂਰਪ ਦੇ ਦੂਸਰੇ ਸ਼ਹਿਰਾਂ 'ਚ, ਦੋਨੋਂ ਤਿੰਨੋਂ ਮੌਕਿਆਂ ਦੇ ਉੱਤੇ, ਪਾਕਿਸਤਾਨ ਡੇ ਦੇ ਮੌਕੇ 'ਤੇ ਵੀ, ਇੱਥੇ ਵੀ UN ਦੇ ਬਾਹਰ ਨਿਊਯਾਰਕ 'ਚ 14 ਅਗਸਤ ਨੂੰ ਉਹਨਾਂ ਨੇ ਜਿਹੜਾ ਪ੍ਰੋਟੈਸਟ ਕਰਵਾਇਆ ਬਲੋਚੀਆਂ ਤੋਂ, ਲੰਡਨ ਦੇ ਵਿੱਚ ਵੀ ਪ੍ਰੋਟੈਸਟ ਹੋਇਆ, ਦੂਸਰੇ ਪਾਸੇ ਵੀ ਜਿਹੜਾ ਪ੍ਰੋਟੈਸਟ ਹੋਏ। ਸੋ ਜ਼ਾਹਰ ਹੈ ਵੀ ਉਹਦੇ 'ਚ ਉਹਨਾਂ 'ਚ ਬਹੁਤ ਸਾਰੇ ਉਹਨਾਂ ਦੇ ਆਪਣੇ ਬੰਦੇ ਪੇਡ ਔਰ ਉਹਨਾਂ ਨੂੰ ਕੀਤਾ, ਔਰ ਫਿਰ ਉਹਨਾਂ ਨੂੰ ਲੱਗਾ ਕਿ ਵੀ ਇਹ 1 ਡੇ ਦੇ ਥੱਲੇ ਨਹੀਂ ਹੈ, ਇਹਨੂੰ ਤੁਸੀਂ ਪਰਮਾਨੈਂਟਲੀ ਕਿ ਇਸ ਕਿਸਮ ਦੀ ਡਾਇਸਪੋਰਾ ਕਮਿਊਨਿਟੀ, ਕਿਉਂਕਿ ਕਸ਼ਮੀਰ ਦੇ ਵਿੱਚ ਇਹ ਜੋ ਜ਼ੁਲਮ ਕਰ ਰਹੇ ਨੇ ਉਹਨੂੰ ਕਾਊਂਟਰ ਕਰਨ ਦੇ, ਉਹਨੂੰ ਉਹ ਡਿਫੈਂਡ ਨਹੀਂ ਕਰ ਸਕਦੇ, ਉਹਦੇ 'ਚ ਉਹਨਾਂ UN ਦੇ ਓਬਜ਼ਰਵਰਸ ਨੂੰ ਉੱਥੇ ਅਲਾਓ ਕਰਦੇ ਨੇ। ਜੇ ਇੱਕ ਫਰੈਂਚ ਜਰਨਲਿਸਟ ਗਿਆ, ਉਹ ਫਿਲਮ ਬਣਾ ਰਿਹਾ ਸੀ ਜਿਹੜੇ ਪੈਰਟ ਗੰਸ ਨਾਲ ਹਰਟ ਬੱਚੇ ਨੇ, ਉਹਨੂੰ ਕਿਹਾ ਜੀ ਤੂੰ ਵੀਜ਼ਾ ਨੋਰਮ ਵਾਇਲੇਟ ਕੀਤਾ, ਉਹਨੂੰ ਤੋੜ ਦਿੱਤਾ ਅੱਗੇ। ਸੋ ਇਸ ਸਾਰੇ ਦੇ ਥੱਲੇ ਉਹਨਾਂ ਨੇ ਇਹ ਜਿਹੜਾ ਫਰੀ ਬਲੋਚਿਸਤਾਨ ਦੇ ਨਾਂ ਥੱਲੇ ਕੈਂਪੇਨ ਹੈ, ਇਸ ਨੂੰ ਉਹਨਾਂ ਨੇ ਟੈਕਸੀ ਲੈਵਲ 'ਤੇ, ਸਭ ਤੋਂ ਪਹਿਲਾਂ ਲੰਡਨ ਦੇ ਵਿੱਚ ਕੁਛ ਹਫ਼ਤੇ ਪਹਿਲਾਂ ਇਹ ਆਇਆ ਕਿ ਜੀ ਉੱਥੇ ਜਿਹੜੀਆਂ ਟੈਕਸੀਆਂ ਨੇ ਉਹਨਾਂ ਦੇ ਉੱਤੇ, ਔਰ ਉਹ ਸਾਰੇ ਇਹਨਾਂ ਦੇ ਪੇਡ ਏਜੰਟ ਇਹਨਾਂ ਦੇ ਰੱਖੇ ਹੋਏ ਨੇ,
ਲੇਕਿਨ ਉੱਥੇ ਪਾਕਿਸਤਾਨੀ ਕਮਿਊਨਿਟੀ ਨੇ ਜਾਂ ਉਹਨਾਂ ਦੀ ਐਮਬੈਸੀ ਔਰ ਉਹਨਾਂ ਦੇ ਦੂਸਰਿਆਂ ਨੇ ਇਸ ਦੇ ਉੱਤੇ ਪ੍ਰੋਟੈਸਟ ਕੀਤਾ ਔਰ ਜ਼ਾਹਰ ਹੈ ਵੀ ਉਹ ਗੱਲ ਉੱਥੇ ਮੁੱਕ ਗਈ। ਹੁਣ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਇਹ ਟਾਈਮ ਸਕੇਅਰ ਨਿਊਯਾਰਕ ਦੇ ਵਿੱਚ ਇਹ ਕਦੋਂ ਦੀ ਹੈ, ਅੱਜ ਇਹਦੀ ਹੈ, ਕੱਲ੍ਹ ਦੀ ਹੈ, ਪਰ ਅੱਜ ਹੀ ਸਾਨੂੰ ਜਿਹੜੇ ਇੱਕ ਸੱਜਣ ਜਿਹੜੇ ਕਿ ਇਸ ਲਾਈਨ 'ਚ ਨੇ ਉਹਨਾਂ ਨੇ ਜਿਹੜਾ ਉਹ ਸਾਡੇ ਨੋਟਿਸ 'ਚ ਇਹ ਗੱਲ ਲਿਆਂਦੀ ਔਰ ਅਸੀਂ ਇਹ ਗੱਲ ਦੱਸਣਾ ਚਾਹੁੰਦੇ ਹਾਂ। ਇੱਕ ਪਾਸੇ ਤਾਂ ਇਹ ਗੱਲ ਸਾਬਤ ਕਰਦੀ ਹੈ ਕਿ ਉਹਨਾਂ ਦੀ ਕਿਸ ਹੱਦ ਤੱਕ ਹੁਣ ਇੰਟਰਫੇਰੈਂਸ ਹੈ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਔਰ ਇਸ ਦਾ ਜਵਾਬ ਪਾਕਿਸਤਾਨ, ਅਸੀਂ ਜਦੋਂ ਵਾਰ ਵਾਰ ਇਸ ਪਲੇਟਫਾਰਮ ਤੋਂ ਕਹਿੰਦੇ ਹਾਂ ਕਿ ਭਾਈ ਅਸੀਂ ਪਾਕਿਸਤਾਨ ਦੇ ਓਪੀਨੀਅਨ ਮੇਕਰਸ, ਲਾਅ ਮੇਕਰ, ਡਿਸੀਜਨ ਮੇਕਰਸ ਤੋਂ ਕੋਈ ਅਸੀਂ ਫੌਜੀ ਮਦਦ ਨਹੀਂ ਮੰਗਦੇ, ਕੋਈ ਸਾਡਾ ਆਰਥਿਕ ਸਾਨੂੰ ਨਹੀਂ ਚਾਹੀਦੀ ਮਦਦ, ਸਾਨੂੰ ਐਟਲੀਸਟ ਡਿਪਲੋਮੈਟਿਕ ਮਦਦ ਜਿਹੜੀ ਹੈ ਖਾਲਿਸਤਾਨ ਦੇ ਕੌਜ਼ ਦੇ ਲਈ ਉਹ ਦੇਣ, ਅਤੇ ਫਿਰ ਅਸੀਂ ਇਸ ਦਾ ਇਹਨਾਂ ਨੂੰ ਦੱਸ ਸਕਦੇ ਹਾਂ ਕਿ ਭਾਈ ਅਸੀਂ ਗੱਲ ਨੂੰ ਕਿੱਥੋਂ ਤੱਕ, ਕਿਸ ਮੁਕਾਮ ਤੱਕ ਪਹੁੰਚਾ ਸਕਦੇ। ਪਰ ਜੇ ਉੱਥੇ ਉਹੀ ਸੁੱਤੇ ਰਹਿਣ ਦੀ ਗੱਲ ਹੈ ਤਾਂ ਇੱਥੇ ਤਾਂ ਫਿਰ ਉਹ ਦੌੜੋ ਜ਼ਮਾਨਾ ਚਾਲ ਕਿਆਮਤ ਕੀ ਚੱਲ ਗਿਆ। ਔਰ ਇਸ ਗੱਲ ਨੂੰ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੇ ਨੀਤੀ ਕਾਰਡ ਗੰਭੀਰਤਾ ਨਾਲ ਲੈਣਗੇ ਸੀਰੀਅਸਲੀ। ਹਾਂ, ਇੱਕ ਅਸੀਂ ਵਾਰਨਿੰਗ ਇਹਦੇ ਨਾਲ ਜਾਂ ਆਪਣੀ ਸਿੱਖ ਵੀਰ ਭੈਣਾਂ ਜਿਹੜੇ ਟੈਕਸੀ ਲਾਈਨ ਦੇ ਵਿੱਚ ਨੇ ਉਹਨਾਂ ਨੂੰ ਅਸੀਂ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਭਾਈ ਹੋ ਸਕਦਾ ਹੈ ਇਸ ਕਿਸਮ ਦੀ ਜਿਹੜੀ ਐਡ ਲਾਉਣ ਦੇ ਉਹ ਬਹੁਤ ਜ਼ਿਆਦਾ ਪੈਸੇ ਦਿੰਦੇ ਹੋਣ ਔਰ ਬਹੁਤ ਸਾਰਿਆਂ ਨੂੰ ਪਤਾ ਵੀ ਨਾ ਹੋਏ ਕਿ ਵੀ ਇਹ ਸਾਰਾ ਖੇਡ ਕੀ ਹੈ ਔਰ ਉਹਦੇ ਪਿੱਛੇ ਕੌਣ ਹੈ। ਉਹ ਸਮਝਦੇ ਹੋਣ ਜੀ ਕੋਈ ਨਿਊਟਰਲ ਆਰਗੇਨਾਈਜੇਸ਼ਨਾਂ ਕਰ ਰਹੀ ਹੈ। ਸੋ ਬਿਲਕੁਲ ਪੈਸੇ ਦੇ ਲਾਲਚ ਜਾਂ ਅਦਰਵਾਈਜ਼ ਐਵੇਂ ਅਨਅਵੇਅਰਨੈਸ, ਇਸ ਕਿਸਮ ਦੀ ਕੋਈ ਚੀਜ਼ ਆਪਣੀ ਟੈਕਸੀ ਦੇ ਉੱਤੇ ਕੈਰੀ ਨਾ ਕਰੋ, ਉਹਨੂੰ ਫਰਮਲੀ ਜਿਹੜਾ ਔਰ ਉਹਨਾਂ ਨੂੰ ਫਟਕਾਰ ਦਿਓ ਜਿਹੜੇ ਲੋਕ ਇਸ ਕਿਸਮ ਦੀ ਪੈਸੇ ਦੀ ਗਰੀਡ ਪਿੱਛੇ ਇਸ ਕਿਸਮ ਦੀ ਗੱਲ ਕਰਦੇ ਨੇ। ਔਰ ਜੇ ਇਸ ਸਾਰੇ ਪੀਰੀਅਡ ਨੂੰ ਅੱਬਲ ਤਾਂ ਇਹ ਵਾਇਓਲੇਸ਼ਨ ਹੈ, ਯੈਲੋ ਕੈਬ ਹੈ, ਇਹ ਕਰ ਨਹੀਂ ਸਕਦੇ। ਅਦਰਵਾਈਜ਼ ਫਿਰ ਅਸੀਂ ਇੱਕ ਫੁੱਲ ਫਲੈਜਡ ਕੈਂਪੇਨ ਜਿਹੜੀ ਹੈ ਫਰੀ ਖਾਲਿਸਤਾਨ ਫਰੀ ਕਸ਼ਮੀਰ ਇਸ ਦੇ ਥੱਲੇ ਅਸੀਂ ਵੀ ਕਾਊਂਟਰ ਮੂਵਮੈਂਟ ਖੜੀ ਵੀ ਕਰਾਂਗੇ। ਲੇਕਿਨ ਇਸ ਸਟੇਜ 'ਤੇ ਜਦੋਂ ਤੱਕ ਇਹ ਸਾਰੇ ਦੇ ਸਾਨੂੰ ਹੋਰ ਡਿਟੇਲਸ ਪਤਾ ਨਹੀਂ ਲੱਗਦੀਆਂ, ਅਸੀਂ ਇਹ ਜ਼ਰੂਰ ਆਪਣੇ ਵੀਰਾਂ ਭੈਣਾਂ ਦੇ ਨੋਟਿਸ 'ਚ ਅਮਰੀਕਾ 'ਚ ਹੋਣ, ਕੈਨੇਡਾ 'ਚ ਹੋਣ ਜਾਂ ਨਿਊਯਾਰਕ ਸ਼ੁਰੂ ਹੋਇਆ, ਇਹੀ ਗੱਲ ਸੈਨ ਫਰਾਂਸਿਸਕੋ, ਸੀਐਟਲ, ਡਿਟਰੋਇਟ, ਦੂਸਰੇ ਜਿਹੜੇ ਇਹਨਾਂ ਦੇ ਮੇਨ ਜਿੱਥੇ ਜਿੱਥੇ ਏਅਰਪੋਰਟ ਨੇ ਉੱਥੇ ਉੱਥੇ ਇਹ ਜ਼ਰੂਰ ਕਰਨਗੇ। ਕਿਉਂਕਿ ਇਹ ਉਸੇ ਹੀ ਜਿਹੜੀ ਮੋਦੀ ਨੇ 15 ਅਗਸਤ ਨੂੰ ਗੱਲ ਬਲੋਚਿਸਤਾਨ ਦੇ ਕੰਟੈਕਸਟ 'ਚ ਕੀਤੀ, ਇਹ ਉਹਦੀ ਕੰਟੀਨਿਊਟੀ ਹੈ। ਪਰ ਕਿਉਂਕਿ ਡਿਸਕਸ਼ਨ ਅੱਜ ਦੀ ਸਾਡੀ ਮੀਡੀਆ ਫੋਕਸਡ ਹੈ, ਸੋ ਮੀਡੀਆ ਦੇ ਥੱਲੇ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਉਹਨਾਂ ਨੇ ਈਵਨ ਇਲੈਕਟ੍ਰੋਨਿਕ ਮੀਡੀਆ, ਟੀਵੀ ਦੂਜੇ ਤੀਜੇ 'ਚ ਤਾਂ ਆਪਣਾ ਧਾਕ ਜਮਾਈ ਸੀ ਝੂਠ ਬੋਲਣ ਦੀ ਔਰ ਬੁਲਾਉਣ ਦੀ। ਸੋਸ਼ਲ ਮੀਡੀਆ 'ਚ ਉਹਨਾਂ ਨੇ ਕਿਵੇਂ ਆਪਣੇ ਸੈੱਲ ਖੜ੍ਹੇ ਕੀਤੇ ਔਰ ਦੂਸਰੇ ਜਿਹੜੇ ਕਾਊਂਟਰ ਕਰਨ ਵਾਲੇ ਸੀ ਉਹਨਾਂ ਦੀ ਕਿਵੇਂ ਹਰਾਸਮੈਂਟ ਕੀਤੀ। ਭਾਰਤ ਦੇ ਵਿੱਚ ਜਿਹੜੇ ਕੋਈ ਕਮੈਂਟ ਲਿਖਦੇ ਨੇ ਜਾਂ ਦੂਸਰੇ ਕਰਦੇ ਨੇ ਉਹਨਾਂ ਦੇ ਉੱਤੇ ਕੋਈ ਨਾ ਕੋਈ ਜਾ ਕੇ ਕੇਸ ਬਣਾਏ ਹੁੰਦੇ ਨੇ। ਔਰ ਹੁਣ ਇਹਨਾਂ ਨੇ ਜੇ ਅਸੀਂ ਸਮਝਦੇ ਹਾਂ ਕਿ ਨਿਊਜ਼ ਪੇਪਰਸ ਐਡਸ ਜਾਂ ਜਿਵੇਂ ਨਵੰਬਰ 84 ਦੇ ਪੀਰੀਅਡ ਦੇ ਵਿੱਚ ਬਿੱਲ ਬੋਰਡਸ ਥਾਓ ਥਾਈ ਲੱਗੇ ਅਤੇ ਇਹਨਾਂ ਨੇ ਅੱਗੇ ਇੱਕ ਕਦਮ ਜਾਂਦੇ ਆ। ਹੁਣ ਟੈਕਸੀਆਂ ਦਾ ਹਜ਼ਾਰਾਂ ਟੈਕਸੀਆਂ ਯੈਲੋ ਕੈਬਸ ਨੇ ਰੋਜ਼ਾਨਾ ਨਿਊਯਾਰਕ 'ਚ ਔਰ ਕੌਣ ਅਫੋਰਡ ਕਰ ਸਕਦਾ ਇਸ ਕਿਸਮ ਦੀ ਐਕਸਪੈਂਸਿਵ ਪੂਰੀ ਜਿਹੜੀ ਹੈ ਉਹਨਾਂ ਦੀ ਦੇਣ ਦੀ ਐਡ। ਸੋ ਉਹਨਾਂ ਨੇ ਸਾਰੇ ਇੰਡੀਅਨ ਗਵਰਨਮੈਂਟ ਫੰਡਿਡ ਹੈ ਔਰ ਇੱਕ ਪਾਸੇ ਜਿੱਥੇ ਇੰਡੀਅਨ ਗਵਰਨਮੈਂਟ ਸਿੱਧੇ ਤੌਰ 'ਤੇ ਅਮਰੀਕਨ ਸ਼ਹਿਰੀਆਂ ਦੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ, ਉੱਥੇ ਉਹ ਇਸ ਕਿਸਮ ਦੀ ਨਫ਼ਰਤ ਵੀ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹਦੇ 'ਚੋਂ ਵਾਇਲੈਂਸ ਵੀ ਹੋਏਗੀ। ਕਿਉਂਕਿ ਜੇ ਤੁਸੀਂ ਕਿਸੇ ਵੀ ਮੁਲਕ ਨੂੰ ਤੋੜਨ ਦੀ ਗੱਲ ਕਰਦੇ ਹੋ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਜਿਹੜਾ ਪਾਰਟ ਹੈ ਅਤੇ ਜਿਹੜੇ ਫਿਰ ਉਸ ਦੇ ਸ਼ਹਿਰੀ ਨੇ, ਜ਼ਾਹਰ ਹੈ ਕਿ ਵੀ ਕੋਈ ਬਲੋਚਿਸਤਾਨ ਦੀ ਜਿਹੜੀ ਗੱਲ ਵੀ ਕੀਤੀ ਜਾ ਰਹੀ ਹੈ, ਸਿਰਫ ਇਹਨਾਂ ਦੇ ਕੋਈ ਉੱਥੇ ਆਨ ਦਾ ਗਰਾਊਂਡ ਕੋਈ ਮੂਵਮੈਂਟ ਨਹੀਂ ਹੈ, ਇਹ ਇਹਨਾਂ ਦੇ ਜਿਹੜੇ ਪੇਡ ਏਜੰਟ ਨੇ ਇੱਥੇ, ਇਹ ਸਿਰਫ ਅਤੇ ਸਿਰਫ ਖਾਲਿਸਤਾਨ ਦੀ ਮੂਵਮੈਂਟ ਨੂੰ ਕਾਊਂਟਰ ਕਰਨ ਲਈ, ਕਸ਼ਮੀਰ ਦੀ ਮੂਵਮੈਂਟ ਨੂੰ ਕਾਊਂਟਰ ਕਰਨ ਲਈ ਔਰ ਪਾਕਿਸਤਾਨ ਨੂੰ ਜਿਹੜਾ ਉਹ ਡਿਫੈਂਸ 'ਤੇ ਡਿਫੈਂਸਿਵ 'ਤੇ ਰੱਖਣ ਦੇ ਲਈ ਇਹ ਕਰ ਰਹੇ ਨੇ। ਔਰ ਫਿਰ ਵੀ ਮੈਂ ਇਹ ਯਾਦ ਕਰਵਾ ਦਿਆਂ ਆਪਣੇ ਪਾਕਿਸਤਾਨੀ ਜਿਹੜੇ ਪੋਲਿਸੀ ਮੇਕਰ ਨੇ ਕਿ ਦਾ ਬੈਸਟ ਫਾਰਮ ਆਫ ਡਿਫੈਂਸ ਇਜ਼ ਅਟੈਕ, ਅਟੈਕ ਐਂਡ ਅਟੈਕ। ਜੀ ਬਿਲਕੁਲ ਡਾਕਟਰ ਸਾਹਿਬ, ਜਿਵੇਂ ਅਸੀਂ ਅੱਜ ਸਾਰੇ ਪ੍ਰੋਗਰਾਮ ਦੇ ਵਿੱਚ ਮੀਡੀਏ ਦੇ ਰੋਲ ਬਾਰੇ, ਖਾਸ ਤੌਰ 'ਤੇ ਸਿੱਖ ਮੀਡੀਏ ਦੀ ਜਾਂ TV84 ਦੀ ਇੰਪੋਰਟੈਂਸ ਬਾਰੇ ਗੱਲ ਕੀਤੀ ਹੈ, ਪਿੱਛੇ ਜਿਹੜੀਆਂ ਭਾਰਤ ਦੇ ਵਿੱਚ ਡਿਵੈਲਪਮੈਂਟਸ ਹੋ ਰਹੀਆਂ ਨੇ, ਜਿਵੇਂ ਹਿੰਦੂਤਵਾ ਔਨ ਦਾ ਰਾਈਜ਼ ਹੈ,
ਪਿਛਲੇ 2014 ਤੋਂ ਜਦੋਂ ਦੀ ਨਰਿੰਦਰ ਮੋਦੀ ਦੀ ਸਰਕਾਰ ਹੋਂਦ ਦੇ ਵਿੱਚ ਆਈ ਹੈ, ਕਿਵੇਂ ਉਹਨਾਂ ਨੇ ਜਿਹੜੀਆਂ ਸਟੇਟ ਅਸੈਂਬਲੀਜ਼ ਨੇ ਹੌਲੀ ਹੌਲੀ ਵਨ ਬਾਏ ਵਨ ਕਰਕੇ ਉਹਨਾਂ 'ਤੇ ਵੀ ਜਿਹੜਾ ਆਪਣਾ ਕਬਜ਼ਾ ਕੀਤਾ। ਰੀਸੈਂਟਲੀ ਹੁਣ ਗੁਜਰਾਤ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਹਕੂਮਤ ਹੈ ਉਹ ਵਾਪਸ ਬਣੀ ਹੈ। ਸੋ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਸੂਬਿਆਂ ਦੀ ਗੱਲ ਕਰਦੇ ਹਾਂ ਤਾਂ 19 ਸੂਬੇ ਹੈਗੇ ਆ ਭਾਰਤ ਦੇ ਵਿੱਚ ਜਿੱਥੇ ਹੁਣ ਬੀਜੇਪੀ ਡਾਇਰੈਕਟਲੀ ਪਾਵਰ ਦੇ ਵਿੱਚ ਹੈ, ਭਾਵੇਂ ਉਹ ਭਾਈਵਾਲ ਹੈ, ਭਾਵੇਂ ਉਹਨਾਂ ਦੀ ਜਿਹੜੀ ਹੈ ਉਹ ਮੈਜੋਰਿਟੀ ਦੇ ਵਿੱਚ ਉਹਨਾਂ ਦੀ ਪਾਵਰ ਹੈਗੀ ਹੈ। ਈਵਨ ਕਾਂਗਰਸ ਕੋਲ ਵੀ ਕਿਤੇ ਨਾ ਕਿਤੇ ਇੰਦਰਾ ਗਾਂਧੀ ਦੀ ਸਟੇਜ ਦੇ ਉੱਪਰ 18 ਸੂਬਿਆਂ ਦੇ ਵਿੱਚ ਉਹਨਾਂ ਦੀ ਸਰਕਾਰ ਸੀ। ਸੋ ਅੱਜ ਜਿਸ ਹਿਸਾਬ ਦਾ ਉਹਨਾਂ ਦਾ ਉੱਥੇ ਐਡਮਿਨਿਸਟ੍ਰੇਸ਼ਨ ਦੇ ਉੱਪਰ ਲੈਜਿਸਲੇਟਿਵ ਲੈਵਲ ਦੇ ਉੱਤੇ ਉਹਨਾਂ ਦਾ ਗਲਬਾ ਹੈਗਾ, ਉਹ ਕਿੰਨਾ ਕੁ ਸਟਰੋਂਗ ਹੈ, ਉਹ ਸਾਨੂੰ ਇੱਥੋਂ ਅੰਦਾਜ਼ਾ ਹੋ ਜਾਣਾ ਚਾਹੀਦਾ। ਇੱਥੇ ਜਦੋਂ ਅਸੀਂ ਫਿਊਚਰ ਦੀ ਗੱਲ ਕਰਦੇ ਹਾਂ ਘੱਟ ਗਿਣਤੀਆਂ ਦੇ ਹਵਾਲੇ ਦੇ ਨਾਲ, ਭਾਰਤ ਦੇ ਵਿੱਚ ਜਿਹੜੀ ਉਹਨਾਂ ਦੀ ਭਾਜਪਾ ਦੀ RSS ਦੀ ਪੋਲਰਾਈਜੇਸ਼ਨ ਦੀ ਨੀਤੀ ਹੈ, ਨਫ਼ਰਤ ਦੀ ਨੀਤੀ ਹੈ, ਉਹ ਕਿਸ ਹਿਸਾਬ ਨਾਲ ਉਹ ਅੱਗੇ ਤੋਰ ਰਹੇ ਨੇ, ਆਉਣ ਵਾਲਾ ਸਮਾਂ ਤੁਹਾਨੂੰ ਕਿੱਦਾਂ ਦਾ ਨਜ਼ਰ ਆ ਰਿਹਾ ਉੱਥੇ ਖਾਸ ਤੌਰ 'ਤੇ, ਅਤੇ ਉਸ ਐਂਗਲ ਨੂੰ ਦੇਖਦਿਆਂ ਹੋਇਆਂ ਅੱਜ ਦੀ ਜੋ ਸਾਡੀ ਡਿਸਕਸ਼ਨ ਹੈਗੀ ਹੈ ਸਿੱਖ ਮੀਡੀਏ ਦੀ ਇੰਪੋਰਟੈਂਸ ਦੇ ਬਾਰੇ, ਉਹਦੇ ਨਾਲ ਰਿਲੇਟ ਕਰਕੇ ਤੁਸੀਂ ਇਸ ਸਿਚੁਏਸ਼ਨ ਨੂੰ ਕਿਵੇਂ ਐਨਾਲਾਈਜ਼ ਕਰਦੇ ਹੋ? ਦੇਖੋ, ਬੜੀ ਸਪਸ਼ਟ ਗੱਲ ਹੈ ਕਿ ਵੀ ਜਿਵੇਂ ਜੇ ਹੁਣ ਗੁਜਰਾਤ ਚੋਣਾਂ ਹੋਈਆਂ ਨੇ ਅਤੇ ਰਾਹੁਲ ਗਾਂਧੀ 15 ਤੋਂ ਜ਼ਿਆਦਾ ਮੰਦਰਾਂ ਦੇ ਵਿੱਚ ਗਿਆ, ਘੰਟੀਆਂ ਵੀ ਵਜਾਈਆਂ, ਜਨੇਊਧਾਰੀ ਹੋਣਾ ਵੀ ਐਲਾਨਿਆ ਗਿਆ, ਸ਼ਿਵ ਭਗਤ ਹੋਣਾ ਵੀ ਐਲਾਨਿਆ ਗਿਆ, ਪ੍ਰਣਾਬ ਮੁਖਰਜੀ ਨੇ ਕਾਂਗਰਸ ਪ੍ਰਧਾਨਗੀ ਦੇ ਪੇਪਰ ਭਰਨ ਲੱਗਿਆ ਮੱਥੇ 'ਤੇ ਤਿਲਕ ਵੀ ਲਾਇਆ। ਸੋ ਕੁੱਲ ਮਿਲਾ ਕੇ ਮੈਂ ਤਾਂ ਇਹ ਦੇਖਦਾ ਕਿ ਵੀ ਘੱਟ ਗਿਣਤੀਆਂ ਨੂੰ ਇਨ ਜਨਰਲ ਸਿੱਖਾਂ ਨੂੰ ਇਨ ਪਰਟੀਕੁਲਰ ਇਹ ਦੇਖਣਾ ਪਏਗਾ ਕਿ ਹੁਣ ਜੋ ਇਹਨਾਂ ਨੇ 3 ਸਾਲ 3.5 ਸਾਲ 'ਚ ਏਜੰਡਾ ਸੈੱਟ ਕਰ ਦਿੱਤਾ ਹੈ ਔਰ ਆਪਣੀ ਰਿਮੇਨਿੰਗ ਟਰਮ 'ਚ ਵੀ ਕਰ ਦਿੱਤਾ 2019 'ਚ, ਅੱਬਲ ਤਾਂ ਜਿਵੇਂ ਇਹਨਾਂ ਨੇ ਐਗਰੈਸਿਵਲੀ ਗੁਜਰਾਤ ਔਰ ਹਿਮਾਚਲ ਕਾਬੂ ਕੀਤਾ, ਕੋਈ ਇਸ ਗੱਲ ਦਾ ਚਾਂਸ ਨਹੀਂ ਹੈ ਕਿ ਆਉਣ ਵਾਲੇ ਪੀਰੀਅਡ 'ਚ ਇਹਨਾਂ ਦੇ ਹੱਥੋਂ ਪਾਵਰ ਖਿਸਕੇ, ਕਿਉਂਕਿ ਜਿਵੇਂ 19 ਸਟੇਟਾਂ ਦੀ ਤੁਸੀਂ ਗੱਲ ਵੀ ਕੀਤੀ ਹੈ, ਜੇ ਖਿਸਕ ਵੀ ਜਾਂਦੀ ਹੈ ਤਾਂ ਜਿਹੜੇ ਆਉਣਗੇ ਉਹ ਇਹਨਾਂ ਤੋਂ ਕੋਈ ਬਹੁਤੇ ਫਰਕ ਨਹੀਂ ਹੋਏਗਾ, ਕਿਉਂਕਿ ਆਲਰੇਡੀ ਕਾਂਗਰਸ ਨੇ ਵੀ ਆਪਣਾ ਸਾਫਟ ਹਿੰਦੂਤਵਾ ਦਾ ਜਿਹੜਾ ਚੋਗਾ ਸੀ ਉਹ ਸ਼ੈੱਡ ਕਰ ਦਿੱਤਾ, ਉਹ ਲਾ ਦਿੱਤਾ ਔਰ ਉਹ ਖੁੱਲ੍ਹ ਕੇ ਜਿਹੜੇ ਨੇ ਉਹ ਸ਼ਿਵ ਭਗਤ ਜਨੇਊਧਾਰੀ ਤਿਲਕਧਾਰੀ ਰੂਪ ਵਾਲਾ ਜਿਹੜਾ ਰਾਹੁਲ ਗਾਂਧੀ ਹੈ ਨਵਾਂ ਅਵਤਾਰ ਜਿਹੜਾ ਉਹ ਕਾਂਗਰਸ ਨੇ ਜਮਾਇਆ ਔਰ ਉਹਨੂੰ ਉਹਨਾਂ ਨੇ ਪ੍ਰਧਾਨਗੀ ਸੌਂਪੀ ਹੈ। ਸੋ ਮੈਂ ਸਮਝਦਾ ਵੀ ਇਸ ਪਾਰਟ ਨੂੰ ਹੁਣ ਜਿਵੇਂ ਅਸੀਂ ਸਾਡੇ ਉੱਥੇ ਬੈਠੇ ਲੋਕ ਬਹੁਤ ਵਾਰ ਅਮਰੀਕਨ ਸਿਸਟਮ ਕਿਵੇਂ ਚੱਲਦਾ ਹੈ ਉਹਨਾਂ ਨੂੰ ਲੱਗੇਗਾ ਜੀ ਇਹ ਹੋ ਰਿਹਾ ਫਲਾਣਾ ਕਿਉਂ ਨਹੀਂ ਕੁਛ, ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਇੱਥੇ ਸਿਸਟਮ ਕਿਵੇਂ ਹੈ, ਕਾਂਗਰਸ ਕਿਵੇਂ ਐਕਟ ਕਰਦੀ ਹੈ, ਸੈਨੇਟ ਕਿਵੇਂ ਐਕਟ ਕਰਦੀ ਹੈ, ਲੋਕ ਕੀ ਨੇ, ਬਿਹਾਈਂਡ ਪਾਵਰ ਕੀ ਹੈ, ਥਿੰਕ ਟੈਂਕਸ ਕੀ ਨੇ, ਜਾਂ ਦੂਜਾ ਇੱਥੋਂ ਵਾਲੇ ਵੀ ਜਿਹਨਾਂ ਦੇ ਵਿੱਚ ਈਵਨ ਇੱਥੋਂ ਦੇ ਪੋਲਿਸੀ ਮੇਕਰ ਵੀ ਨੇ, ਅੰਗਰੇਜ਼ ਚੰਗੀ ਤਰ੍ਹਾਂ ਸਮਝਦੇ ਨੇ ਇੰਗਲੈਂਡ ਦੇ, ਕਿਉਂਕਿ ਉਹਨਾਂ 200 ਸਾਲ ਉੱਥੇ ਰਾਜ ਕੀਤਾ ਹੋਇਆ ਵੀ ਉਹਨਾਂ ਦਾ ਸਿਸਟਮ ਕਿਵੇਂ ਕੰਮ ਕਰਦਾ, ਇਸ ਲਈ ਉਹ ਉਹਨਾਂ ਨੂੰ ਚੰਗੀ ਤਰ੍ਹਾਂ ਵਰਤਦੇ ਵੀ ਨੇ, ਉਹ ਵੀ ਇਹਨਾਂ ਦੇ ਹੱਥਾਂ 'ਚ ਵਰਤੇ ਜਾਂਦੇ ਨੇ। ਅਮਰੀਕਨ ਨਾਈਵ ਨੇ ਬਹੁਤ ਵਾਰੀ ਜਦੋਂ ਮੈਟਰਸ ਸਾਊਥ ਏਸ਼ੀਅਨ ਦੀ ਗੱਲ ਹੁੰਦੀ ਹੈ, ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਸਮਝਦੇ ਕਿਉਂਕਿ ਉਸ ਸਿਸਟਮ 'ਚੋਂ ਅਸੀਂ ਆਏ ਹਾਂ, ਇਹਨਾਂ ਦੇ ਨਾਲ ਵਾਹ ਹੈ, ਇਹਨਾਂ ਦੇ ਹੱਥਾਂ 'ਚ ਅਸੀਂ ਸਫ਼ਰ ਕਰ ਰਹੇ। ਸੋ ਇਹ ਸਾਡੇ ਜ਼ਿੰਮੇ ਹੈ ਕਿ ਵੀ ਅਸੀਂ ਕਿਵੇਂ ਜਿਹੜਾ ਉਹਨਾਂ ਦਾ ਪਾਜ ਮਲੰਮਾ ਲਾਉਣੇ, ਉਹਨਾਂ ਦਾ ਜਿਹੜਾ ਚੋਗਾ ਉਹਨਾਂ ਨੇ ਸੈਕੂਲਰਿਜ਼ਮ ਦਾ ਪਾਇਆ ਹੋਇਆ, ਟਰੂ ਹਿੰਦੂਤਵਾ ਹਿੰਦੂਇਜ਼ਮ ਵਰਣ ਆਸ਼ਰਮ ਇਹਨਾਂ ਦਾ ਮਾਇੰਡ ਸੈੱਟ ਇਹਨਾਂ ਦਾ ਕੀ ਹੈ, ਇਹ ਸਾਡੇ ਜ਼ਿੰਮੇ ਹੈ ਵੀ ਅਸੀਂ ਇਹਨਾਂ ਨੂੰ ਐਕਸਪੋਜ਼ ਕਰਨਾ। ਸੋ ਉਹਦੇ 'ਚ ਮੈਂ ਸਮਝਦਾ ਵੀ ਹੁਣ ਤੱਕ ਤਾਂ ਅਸੀਂ TV 84 ਸਾਡਾ ਬਹੁਤ ਵਾਰ ਆਪਣੇ ਲੋਕਾਂ ਤੱਕ, ਔਰ ਜਿਵੇਂ ਤੁਸੀਂ ਵੀ ਕਿਹਾ ਕਿ ਸਾਡੀ ਇੱਕ ਸਕਸੈਸ ਹੈ ਵੀ ਅਸੀਂ ਆਊਟਰੀਚ ਕੀਤਾ ਆਪਣੇ ਪਾਕਿਸਤਾਨੀ ਭਰਾਵਾਂ ਭੈਣਾਂ ਨਾਲ, ਔਰ ਜਿਹੜੀ ਇੱਕ ਵੱਡੀ ਪ੍ਰਾਪਤੀ ਸੀ ਸਾਡੀ ਇਸ 5 ਸਾਲ ਦੀ ਜੇ ਕਹਿਣਾ ਹੋਏ, ਉਸ ਦਿਨ ਦੇ ਸਮਾਗਮ 'ਚ ਵੀ ਝਲਕਦੀ ਸੀ ਕਿ ਕਿਵੇਂ ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਭੈਣ ਭਰਾ ਜਿਨ੍ਹਾਂ 'ਚ ਇੰਟੈਲੈਕਚੁਅਲ ਪੱਤਰਕਾਰ ਔਰ ਕਾਮਯਾਬ ਸ਼ੋਭਿਆਂ ਦੇ ਲੋਕ, ਉਸ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਟੂ ਦਾ ਐਂਡ, ਔਰ ਉਹਨਾਂ ਨੇ ਪੂਰਾ ਸਾਨੂੰ ਉਤਸ਼ਾਹ ਵੀ ਦਿੱਤਾ, ਔਰ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਅਸੀਂ 5.5 ਸਦੀਆਂ ਦੀ ਹਿਸਟਰੀ ਨੂੰ ਵੀ ਐਨਾਲਾਈਜ਼ ਰੀਐਨਾਲਾਈਜ਼ ਕਰ ਰਹੇ ਹਾਂ ਕਿ ਕੌਣ ਕੌਣ ਕਿੱਥੇ ਕਿੱਥੇ ਗਲਤ ਸੀ ਔਰ ਕਿਵੇਂ ਅਸੀਂ ਜਿਹੜਾ ਉਹ ਭਵਿੱਖ ਦੇ ਵਿੱਚ ਇਸ ਕਿਸਮ ਦੀ ਕਿਸੇ ਵੀ ਮਿਸਅੰਡਰਸਟੈਂਡਿੰਗ ਨੂੰ ਅਵੋਇਡ ਕਰਨਾ। ਸੋ ਇੱਕ ਪਾਸੇ ਸਾਡਾ ਇਹ ਇੰਪੋਰਟੈਂਟ ਪਾਰਟ ਹੈ, ਮੈਂ ਸਮਝਦਾ ਵੀ ਅਸੀਂ ਹਰ ਜ਼ਬਾਨ ਦੇ ਵਿੱਚ, ਇੰਗਲਿਸ਼ ਅੱਜ ਦੀ ਜ਼ਬਾਨ ਹੈ ਔਰ ਉਰਦੂ ਦੇ ਵਿੱਚ ਵੀ ਜੇ ਸਾਨੂੰ ਲੋੜ ਪੈਂਦੀ ਹੈ ਆਪਣੀ ਗੱਲ ਕਹਿਣ ਦਾ, ਸਾਡੇ ਕੋਲ ਪੂਰਾ ਜਿਹੜਾ ਉਹ ਹੋਣਾ ਚਾਹੀਦਾ ਪਲੇਟਫਾਰਮ, ਔਰ ਇਸੇ ਤਰ੍ਹਾਂ ਬਾਕੀ ਜ਼ਬਾਨਾਂ ਦੇ ਵਿੱਚ ਵੀ।
ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਪੀਰੀਅਡ 'ਚ ਇਹ ਜਿਹੜੀ ਕਮਿਊਨੀਕੇਸ਼ਨ ਹੈ ਉਹਦੇ ਲਈ ਇਲੈਕਟ੍ਰੋਨਿਕ ਮੀਡੀਆ ਇਸ ਦਾ ਰੋਲ ਜਿਹੜਾ ਹੋਰ ਵੀ ਅਹਿਮੀਅਤ ਵਾਲਾ ਰੋਲ ਹੈ। ਜੀ ਡਾਕਟਰ ਸਾਹਿਬ ਬਿਲਕੁਲ, ਜਿੱਥੇ ਅੱਜ ਅਸੀਂ ਇਸੇ ਪਾਰਟ ਨੂੰ ਸਟ੍ਰੈਸ ਕਰ ਰਹੇ ਹਾਂ ਇੰਪੋਰਟੈਂਸ ਆਫ ਸਿੱਖ ਮੀਡੀਆ ਦੀ, ਉੱਥੇ ਮੈਂ ਦਰਸ਼ਕਾਂ ਨੂੰ ਇੱਕ ਵਾਰ ਫਿਰ ਰਿਮਾਈਂਡ ਕਰਾ ਦਿਆਂ ਵੀ ਜੇ ਤੁਸੀਂ ਇਸ ਡਿਸਕਸ਼ਨ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਜਾਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਫੇਸਬੁੱਕ 'ਤੇ ਜਾ ਕੇ ਜਿਹੜਾ ਸਾਡਾ ਲਾਈਵ ਇੱਥੇ ਬਾਕੀ ਗੈਜਟਸ ਦੇ ਨਾਲ ਨਾਲ ਫੇਸਬੁੱਕ 'ਤੇ ਵੀ ਸਾਡੇ TV84 ਦੇ ਪੇਜ 'ਤੇ ਲਾਈਵ ਚੱਲ ਰਿਹਾ, ਉੱਥੇ ਜਾ ਕੇ ਕਮੈਂਟਸ ਦੇ ਵਿੱਚ ਤੁਸੀਂ ਆਪਣਾ ਜਿਹੜਾ ਸਵਾਲ ਹੈ ਉਹ ਸਾਨੂੰ ਪੁੱਛ ਸਕਦੇ ਹੋ, ਅਸੀਂ ਪ੍ਰੋਗਰਾਮ ਦੇ ਐਂਡ ਦੇ ਵਿੱਚ ਜ਼ਰੂਰ ਉਹ ਸ਼ਾਮਲ ਕਰਾਂਗੇ। ਡਾਕਟਰ ਸਾਹਿਬ, ਇੱਕ ਹੋਰ ਜਿਹੜੀ ਇੱਕ ਇਤਿਹਾਸਕ ਡਿਵੈਲਪਮੈਂਟ ਹੋਈ ਹੈ ਉਹਦੇ 'ਤੇ ਵੀ ਮੈਂ ਤੁਹਾਡੇ ਵਿਚਾਰ ਜਾਣਨਾ ਚਾਹੂੰਗਾ, ਹਾਲਾਂਕਿ ਪਹਿਲਾਂ ਵੀ ਅਸੀਂ ਇਹ ਡਿਸਕਸ਼ਨ ਦਾ ਪਾਰਟ ਬਣਾਇਆ, ਪਰ ਇਹ ਇਤਿਹਾਸਕ ਜਿਹੜੀ ਡਿਵੈਲਪਮੈਂਟ ਹੈ ਇਹਨੂੰ ਮੈਂ ਬਹੁਤ ਇੰਪੋਰਟੈਂਟ ਸਮਝਦਾ ਕਿ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਫੇਥ ਫੋਰ ਰਾਈਟਸ ਦੀ ਡੈਕਲਰੇਸ਼ਨ ਹੈ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਕੋਟਸ ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ। ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ, ਯੂਨਾਈਟਿਡ ਨੇਸ਼ਨਸ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਉਹਨਾਂ ਨੇ ਆਪਣੀ ਕਿਸੇ ਡੈਕਲਰੇਸ਼ਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਕੋਟਸ ਨੇ ਉਹ ਸ਼ਾਮਲ ਕੀਤੇ ਨੇ। ਇਹਦੇ 'ਤੇ ਅਸੀਂ ਜਿਹੜੇ UK ਤੋਂ ਸਕਾਲਰ ਨੇ ਅਤੇ ਯੂਨਾਈਟਿਡ ਨੇਸ਼ਨਸ ਦੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਨੇ ਡਾਕਟਰ ਇਕਤਦਾਰ ਕਰਾਮਤ ਚੀਮਾ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਦੇ ਐਫਰਟਸ ਨਾਲ ਹੀ ਜਿਹੜੀ ਇਹ ਡਿਵੈਲਪਮੈਂਟ ਹੈ ਉਹ ਸੰਭਵ ਹੋ ਸਕੀ ਹੈ। ਅਤੇ ਜਿਹੜਾ ਗਾਲਾ TV84 ਦਾ ਫੰਡਰੇਜ਼ਿੰਗ ਗਾਲਾ 5 ਸਾਲਾਂ ਦੀ ਐਨੀਵਰਸਰੀ ਦਾ ਹੋਇਆ, ਉੱਥੇ ਉਹਨਾਂ ਨੇ ਤੁਹਾਨੂੰ ਇਹ ਪ੍ਰੈਜੈਂਟ ਵੀ ਕੀਤੀ ਹੈ ਜਿਹੜੀ ਡੈਕਲਰੇਸ਼ਨ ਹੈ। ਸੋ ਜਿੱਥੇ ਉਹਨਾਂ ਵੱਲੋਂ ਇਹ ਇੱਕ ਮਾਣ ਦਿੱਤਾ ਗਿਆ ਉੱਥੇ ਮੈਂ ਚਾਹੂੰਗਾ ਤੁਸੀਂ ਉਹਦੀਆਂ ਡਿਟੇਲਸ, ਉਹਦੀ ਇੰਪੋਰਟੈਂਸ ਅਤੇ ਜਿਹੜਾ ਉਹਦਾ ਐਗਜੈਕਟ ਟੈਕਸਟ ਹੈਗਾ, ਕਿਹੜੀਆਂ ਕੋਟਸ ਸ਼ਾਮਲ ਕੀਤੀਆਂ ਗਈਆਂ ਨੇ, ਉਹ ਵੀ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਸਕੋ। ਦੇਖੋ ਤੁਸੀਂ, ਹਾਲਾਂਕਿ ਅਸੀਂ ਇਸ ਪ੍ਰੋਗਰਾਮ ਬਾਰੇ ਡਿਸਕਸ ਕੀਤਾ, ਪਰ ਇਹ ਜਿਹੜੀ ਖਾਸ ਤੌਰ 'ਤੇ ਫੇਥ ਫਾਰ ਰਾਈਟਸ ਇਹ ਡੈਕਲਰੇਸ਼ਨ ਜਿਹੜੀ ਕਿ ਮਾਰਚ 2017 ਦੇ ਵਿੱਚ UN ਦੇ ਇਨੀਸ਼ੀਏਟਿਵ ਦੇ ਨਾਲ, ਕਿਉਂਕਿ ਜਦੋਂ ਅਸੀਂ UN ਚਾਰਟਰ ਆਫ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ 10 ਦਸੰਬਰ 1948 ਨੂੰ ਆਇਆ ਜੀ, ਵਕਤ ਪਾ ਕੇ ਮਹਿਸੂਸ ਕੀਤਾ ਗਿਆ ਕਿ ਦੁਨੀਆਂ 'ਚ ਅੱਜ 7.5 ਬਿਲੀਅਨ ਲੋਕ ਜਿਹੜੇ ਨੇ ਉਹਨਾਂ ਦਾ ਟਕਰਾਅ ਭਾਵੇਂ ਕਈ ਥਾਂ 'ਤੇ ਆਰਥਿਕ ਜਾਂ ਦੂਜਾ, ਲੇਕਿਨ ਜਿਹੜੇ ਮਜ਼ਹਬੀ ਲੀਡਰ ਨੇ ਉਹਨਾਂ ਦਾ ਇੱਕ ਵੱਡਾ ਰੋਲ ਹੈ ਇਸ ਸਾਰੇ ਦੇ ਵਿੱਚ। ਜੇ ਟਕਰਾਅ 'ਚ ਹੈ, ਜੇ ਅੱਜ ਅਸੀਂ ਡੋਨਲਡ ਟਰੰਪ ਦੇਖਦੇ ਹਾਂ, ਇਹ ਉਸ ਬਾਈਬਲ ਬੈਲਟ 'ਚੋਂ ਐਕਸਟ੍ਰੀਮ ਰਾਈਟ ਵਿੰਗਰ ਜਿਹੜੀ ਲਾਈਨ 'ਚੋਂ ਥਰੋ ਹੋਇਆ, ਅਤੇ ਉਹਦੇ ਪਿੱਛੇ ਵੀ ਉਹਨਾਂ ਦੀ ਜਿਹੜੀ ਹੈ ਉਹ ਧਾਰਮਿਕ ਲੋਕਾਂ ਦੀ ਪਾਵਰ ਹੈ। ਔਰ ਜੇ ਇੰਡੀਆ ਦੇ ਵਿੱਚ 1.3 ਬਿਲੀਅਨ ਲੋਕਾਂ ਦੀ ਨੁਮਾਇੰਦਗੀ ਕਰਦੀ ਸਰਕਾਰ ਮੋਦੀ, ਉਹ ਵੀ ਇੱਕ ਹਿੰਦੂਤਵਾਦੀ ਵਿਚਾਰਧਾਰਾ ਦੇ ਥੱਲੇ ਅੱਗੇ ਆਇਆ। ਪਰ ਇਸੇ ਤਰ੍ਹਾਂ ਯੂਰਪ ਦੇ ਵਿੱਚ ਅੱਜ ਰਿਵਾਈਵਲ ਭਾਵੇਂ ਨੈਸ਼ਨਲਿਜ਼ਮ ਦੇ ਨਾਂ ਥੱਲੇ ਹੈ, ਪਰ ਜਦੋਂ ਇਹ ਯੂਰਪੀਅਨ ਨੈਸ਼ਨਲਿਜ਼ਮ ਜਾਂ ਵੈਸਟਰਨ ਨੈਸ਼ਨਲਿਜ਼ਮ ਹੁੰਦਾ ਅਤੇ ਇਹ ਲੈ ਦੇ ਕੇ ਗੱਲ ਜਿਹੜੀ ਹੈ ਅਲਟੀਮੇਟਲੀ ਕ੍ਰਿਸਚੈਨਿਟੀ ਦੇ ਨਾਲ ਜੁੜ ਕੇ ਹੀ ਹੁੰਦੀ। ਸੋ ਇਸ ਗੱਲ ਦੇ ਮੱਦੇਨਜ਼ਰ ਯੂਨਾਈਟਿਡ ਨੇਸ਼ਨਜ਼ ਨੇ ਇਸ ਸਾਰੇ ਪਾਰਟ ਨੂੰ ਸਾਹਮਣੇ ਲਿਆਂਦਾ, ਔਰ ਇਹ ਜਿਹੜੀ ਡੈਕਲਾਰੇਸ਼ਨ ਦਾ ਬੇਸ, ਔਰ ਜਿਸ ਨੂੰ ਕਿਉਂਕਿ ਡਾਕਟਰ ਚੀਮਾ ਇਹਨਾਂ ਦੀ ਐਡਵਾਈਜ਼ਰੀ ਕਮੇਟੀ 'ਚ ਨੇ UN ਦੀ, ਔਰ ਉਸ ਨੂੰ ਇਹ ਹੈੱਡ ਕਰਦੇ ਸੀ ਜਿਹੜੀ ਫੇਥ ਫਾਰ ਰਾਈਟਸ ਦੀ ਡੈਕਲਾਰੇਸ਼ਨ ਸੀ। ਔਰ ਇਸ ਦਾ ਸਮਾਗਮ ਪਿਛਲੇ ਦਿਨਾਂ 'ਚ ਬੈਰੂਤ ਲੈਬਨਾਨ ਦੇ ਵਿੱਚ ਹੋਇਆ, ਜਿੱਥੇ ਕਿ ਫਾਈਨਲ ਡੈਕਲਾਰੇਸ਼ਨ ਕੀਤੀ ਗਈ ਜੀ। ਔਰ ਉਸ ਕਮੇਟੀ ਦੇ ਚੇਅਰਪਰਸਨ ਹੁੰਦਿਆਂ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਿੱਥੇ ਜੂਡੀਜ਼ਮ, ਕ੍ਰਿਸਚੈਨਿਟੀ, ਇਸਲਾਮ ਔਰ ਦੂਸਰੇ ਧਰਮਾਂ ਦੀਆਂ ਕੋਰਟਸ, ਕਿਉਂਕਿ ਇਹ ਆਲਮੋਸਟ ਜਿਹੜੀ ਹੈ 18 ਕਮਿਟਮੈਂਟਸ, 18 ਉਸ ਦੇ ਡਿਫਰੈਂਟ ਕਲੋਜ਼ਿਸ ਨੇ ਜਿਹਨਾਂ ਦੇ ਵਿੱਚ ਦਿੱਤਾ ਗਿਆ, ਉਹਦੇ 'ਚ ਉਹਨਾਂ ਨੇ ਯਕੀਨੀ ਬਣਾਇਆ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਕੋਰਟਸ ਵੀ ਜਿਹੜੀ ਕਿ ਸਿੱਖਾਂ ਦੇ ਜਾਗਰ ਜੋਤ ਗੁਰੂ ਨੇ, ਇਸ ਡੈਕਲਾਰੇਸ਼ਨ ਦੇ ਵਿੱਚ ਹੋਣ। ਔਰ ਇਸ ਨੂੰ ਔਰ 3 ਕੋਰਟਸ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਜਿਹਨਾਂ ਦਾ ਫਿਰ ਯੂਨਾਈਟਿਡ ਨੇਸ਼ਨਜ਼ ਵੱਲੋਂ ਇੰਗਲਿਸ਼ ਦੇ ਵਿੱਚ, ਫਰੈਂਚ ਦੇ ਵਿੱਚ ਔਰ ਅਰੇਬਿਕ ਦੇ ਵਿੱਚ ਵੀ, ਇਕੱਲਾ ਇਹ ਨਹੀਂ ਵੀ ਇਹਨਾਂ ਕੋਰਟਸ ਦਾ ਟਰਾਂਸਲੇਸ਼ਨ ਕੀਤਾ, ਜਿਹੜਾ ਸਾਰਾ ਹੀ 18 ਪੁਆਇੰਟਸ ਵਾਲੀ ਉਹਨਾਂ ਦੀ ਡੈਕਲਾਰੇਸ਼ਨ ਹੈ ਫੇਥ ਫਾਰ ਰਾਈਟਸ ਦੀ, ਉਸ ਦਾ ਟਰਾਂਸਲੇਸ਼ਨ ਇਹਨਾਂ ਜ਼ਬਾਨਾਂ ਦੇ ਵਿੱਚ ਹੋਇਆ। ਔਰ ਇਹ ਉਹਨਾਂ ਨੇ ਡਾਕਟਰ ਚੀਮਾ ਨੇ ਫਰੇਮ ਕਰਕੇ ਜਿਹੜਾ ਉਸ ਨੂੰ ਇਸ ਗਾਲਾ ਦੇ ਮੌਕੇ ਦੇ ਉੱਤੇ ਸਿੱਖ ਸੰਗਤ ਦੇ ਸਮਰਪਿਤ ਕੀਤਾ ਉਹਨਾਂ ਨੇ। ਔਰ ਜ਼ਾਹਰ ਹੈ ਵੀ ਉਹਨਾਂ ਦੀ ਚਾਹਨਾ ਦੇ ਮੁਤਾਬਕ ਮੈਂ ਹੀ ਬਾਕੀ ਸਾਰੇ ਜਿੱਥੇ ਨੁਮਾਇੰਦੇ ਖੜੇ ਸਨ ਜਥੇਬੰਦੀਆਂ ਦੇ,
ਉਹਨਾਂ ਦੇ ਨਾਲ ਖਲੋ ਕੇ ਇਸ ਨੂੰ ਰਿਸੀਵ ਕੀਤਾ। ਸੋ ਇਸ ਨੂੰ ਅਸੀਂ ਜ਼ਰੂਰ ਕੁਇਕਲੀ ਸਾਂਝਾ ਕਰਾਂਗੇ ਔਰ ਇਸ ਦਾ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਆਫਿਸ ਆਫ ਦਾ ਹਾਈ ਕਮਿਸ਼ਨਰ ਦਰਸ਼ਕ ਸਕਰੀਨ 'ਤੇ ਦੇਖ ਸਕਦੇ ਨੇ ਕਿ ਇਸ ਡੈਕਲਰੇਸ਼ਨ ਦਾ ਐਗਜੈਕਟ ਕੀ ਹੈ ਔਰ ਇਹਦੀ ਜਿਹੜਾ ਬੈਕਗਰਾਊਂਡ ਦਿੱਤੀ ਗਈ ਹੈ ਕਿ ਇਨ ਮਾਰਚ 2017 ਦਾ ਆਫਿਸ ਆਫ ਯੂ ਐਨ ਹਾਈ ਕਮਿਸ਼ਨਰ ਫਾਰ ਹਿਊਮਨ ਰਾਈਟਸ ਲਾਂਚਡ ਇਟਸ ਇਨੀਸ਼ੀਏਟਿਵ ਔਨ ਫੇਥ ਫਾਰ ਰਾਈਟਸ ਦਿਸ ਇਨੀਸ਼ੀਏਟਿਵ ਪ੍ਰੋਵਾਈਡਿਡ ਸਪੇਸ ਫਾਰ ਏ ਕ੍ਰਾਸ ਡਿਸਿਪਲਿਨਰੀ ਰਿਫਲੈਕਸ਼ਨ ਔਨ ਦਾ ਡੀਪ ਐਂਡ ਮਿਊਚੁਅਲੀ ਐਨਰਿਚਿੰਗ ਕਨੈਕਸ਼ਨ ਬਿਟਵੀਨ ਰੈਲੀਜਨਸ ਐਂਡ ਹਿਊਮਨ ਰਾਈਟਸ ਡਿਊ ਟੂ ਐਫਰਟਸ ਆਫ ਯੂ ਐਨ ਐਡਵਾਈਜ਼ਰੀ ਕਮੇਟੀ ਮੈਂਬਰ ਡਾਕਟਰ ਇਕਦਾਰ ਚੀਮਾ ਦ 18 ਕਮਿਟਮੈਂਟਸ ਆਫ ਦ ਫੇਥ ਫਾਰ ਰਾਈਟਸ ਡੈਕਲਰੇਸ਼ਨ ਮੈਂਸ਼ਨ ਫੋਲੋਇੰਗ ਪਾਰਟਸ ਆਫ ਗੁਰੂ ਗ੍ਰੰਥ ਸਾਹਿਬ ਐਂਡ ਬਿਕੇਮ ਦ ਫਸਟ ਯੂ ਐਨ ਆਫੀਸ਼ੀਅਲ ਡਾਕੂਮੈਂਟ ਟੂ ਮੈਂਸ਼ਨ ਗੁਰੂ ਗ੍ਰੰਥ ਸਾਹਿਬ ਦ ਹਿਮਸ ਵਰ ਆਲਸੋ ਟਰਾਂਸਲੇਟਡ ਬਾਈ ਯੂ ਐਨ ਇਨ ਟੂ ਇੰਗਲਿਸ਼ ਫਰੈਂਚ ਐਂਡ ਅਰੇਬਿਕ ਲੈਂਗੁਏਜ ਵਿਚ ਆਰ ਪ੍ਰੋਡਿਊਸਡ ਹੀਅਰ ਸੋ ਇਹ ਮੈਂ ਆਲਰੇਡੀ ਐਕਸਪਲੇਨ ਕੀਤਾ ਹੈ ਸੋ ਇਹ ਡਾਕਟਰ ਚੀਮਾ ਦੀ ਯੂਨੀਕ ਮੈਂ ਸਮਝਦਾ ਵੀ ਹਿਸਟੋਰੀਕਲ ਕੰਟਰੀਬਿਊਸ਼ਨ ਹੈ ਕਿ ਪਹਿਲੀ ਵਾਰ ਕਿਸੇ ਯੂ ਐਨ ਵੱਲੋਂ ਜਿਹੜਾ ਡੈਕਲਾਰੇਸ਼ਨ ਹੈ ਉਹਦੇ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ ਸੋ 3 ਕੋਟ ਜਿਹੜੇ ਕਿ ਕੁੱਲ ਮਨੁੱਖਤਾ ਦਾ ਜਿਹੜਾ ਭਲਾ ਮੰਗਣ ਵਾਲੇ ਇਸ ਸਿੱਖ ਧਰਮ ਦੀਆਂ 3 ਬੁਨਿਆਦਾਂ ਮੈਂ ਕਹਿ ਸਕਦਾ ਇੱਕ ਜਿਹੜਾ ਕਿ ਆਈਡੀਅਲ ਸਟੇਟ ਕੀ ਹੋਏ ਕਿਸ ਕਿਸਮ ਦਾ ਸਿਸਟਮ ਇਸ ਦੁਨੀਆਂ ਦੇ ਵਿੱਚ ਕਿਸ ਕਿਸਮ ਦਾ ਰਾਜ ਹੋਏ ਫਿਰ ਦੂਸਰਾ ਔਰਤਾਂ ਦਾ ਸਟੇਟਸ ਜਦੋਂ ਅਸੀਂ ਲਗਭਗ ਅੱਧੀ ਪਾਪੂਲੇਸ਼ਨ ਵਿਮੈਨ ਹੈ ਵਿਮੈਨ ਐਮਪਾਵਰਮੈਂਟ ਜਿਹੜੀ ਹੈ ਉਹਦੀ ਗੱਲ ਹੁੰਦੀ ਹੈ ਅਤੇ ਗੁਰੂ ਨਾਨਕ ਸਾਹਿਬ ਦਾ ਇਸ ਦੇ ਉੱਤੇ ਕੀ ਨਜ਼ਰੀਆ ਔਰ ਤੀਸਰਾ ਜਿਹੜੇ ਲੋਕ ਅੱਜ ਮਜ਼ਹਬ ਦੇ ਨਾਂ 'ਤੇ ਨਫ਼ਰਤ ਫੈਲਾਉਂਦੇ ਨੇ ਜਿਹੜਾ ਸੱਚਮੁੱਚ ਰੱਬ ਦਾ ਹੋ ਜਾਂਦਾ ਜਿਹੜਾ ਸੱਚਮੁੱਚ ਕਿਸੇ 'ਚ ਫੇਥ ਰੱਖਦਾ ਉਹ ਤਾਂ ਹਰ ਇੱਕ ਤੋਂ ਉੱਪਰ ਹੁੰਦਾ ਬਿਨਾਂ ਨਫ਼ਰਤ ਤੋਂ ਬਿਨਾਂ ਭੇਦਭਾਵ ਤੋਂ ਜਿਵੇਂ ਮੈਂ ਜਦੋਂ ਕੋਟ ਗੁਰਬਾਣੀ ਦੀ ਪੜ੍ਹਾਂਗਾ ਅਤੇ ਇਹ ਤਿੰਨੋਂ ਹੀ ਖੂਬਸੂਰਤ ਕੋਟਸ ਜਿਹੜੀਆਂ ਨੇ ਸਿੱਖੀ ਨੁਕਤੇ ਤੋਂ ਇਨਸਾਨੀ ਪੀਸ ਸਟੇਬਿਲਿਟੀ ਔਰ ਖੁਸ਼ਹਾਲੀ ਇਹਨਾਂ ਤਿੰਨਾਂ ਨੂੰ ਹੀ ਰਿਪ੍ਰੈਜੈਂਟ ਕਰਦੀਆਂ ਨੇ ਔਰ ਪਹਿਲੇ ਹੀ ਗੁਰੂ ਅਰਜਨ ਸਾਹਿਬ ਦਾ ਇਹ ਕੋਟ ਹੈ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਏ ਨਾ ਕਿਸੇ ਰੰਝਾਣ ਦਾ ਸਭ ਸੁਖਾਲੀ ਉੱਠੀਆ ਇਹ ਹੋਆ ਹਲੇਮੀ ਰਾਜ ਜੀਓ ਔਰ ਇਸ ਦੀ ਅੰਗਰੇਜ਼ੀ ਟਰਾਂਸਲੇਸ਼ਨ ਹੈ ਨੋ ਵਨ ਸ਼ੈਲ ਕੋਇਟਸ ਐਨ ਅਦਰ ਨੋ ਵਨ ਸ਼ੈਲ ਐਕਸਪਲੋਇਟ ਐਨ ਅਦਰ ਐਵਰੀ ਵਨ ਈਚ ਇੰਡੀਵਿਜੁਅਲ ਹੈਜ਼ ਦਾ ਇਨਐਲੀਨੇਬਲ ਬਰਥ ਰਾਈਟ ਟੂ ਸੀਕ ਐਂਡ ਪਰਸਿਊ ਹੈਪੀਨੈਸ ਐਂਡ ਸੈਲਫ ਫੁਲਫਿਲਮੈਂਟ ਲਵ ਐਂਡ ਪਰਸੂਏਸ਼ਨ ਇਜ਼ ਦਾ ਓਨਲੀ ਲਾਅ ਆਫ ਸੋਸ਼ਲ ਕੋਹਰੈਂਸ ਬਿਊਟੀਫੁਲ ਟਰਾਂਸਲੇਸ਼ਨ ਵੀ ਖੂਬਸੂਰਤ ਜ਼ਾਹਰ ਹੈ ਕਿ ਬਾਣੀ ਦਾ ਕਿ ਭਾਈ ਉਹ ਸਿਸਟਮ ਜਿੱਥੇ ਕੋਈ ਕਿਸੇ ਨੂੰ ਰੰਝਾਏ ਨਾ ਤੰਗ ਨਾ ਕਰੇ ਕਿਸੇ ਦੇ ਹਿਊਮਨ ਰਾਈਟ ਵਾਇਲੇਟ ਨਾ ਹੋਣ ਸਾਰੇ ਸੁਖੀ ਵਸਣ ਇਹੀ ਹਲੇਮੀ ਰਾਜ ਹੈ ਔਰ ਦੂਸਰਾ ਜਿਹੜਾ ਕਿ ਅਸੀਂ ਰੋਜ਼ਾਨਾ ਆਸਾ ਦੀ ਵਾਰ 'ਚ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਭੰਡ ਜੰਮੀ ਹੈ ਭੰਡ ਨਿੰਮੀ ਹੈ ਭੰਡ ਮੰਗਣ ਵਿਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ ਭੰਡ ਮੂਆ ਭੰਡ ਭਾਲੀਐ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ ਨਾਨਕ ਭੰਡੈ ਬਾਹਰਾ ਇੱਕੋ ਸੱਚਾ ਸੋਇਰ ਦੀ ਇੰਗਲਿਸ਼ ਟਰਾਂਸਲੇਸ਼ਨ ਦਿੱਤੀ ਹੈ ਇਟ ਇਜ਼ ਏ ਵੋਮੈਨ ਹੂ ਇਜ਼ ਏ ਫਰੈਂਡ ਐਂਡ ਪਾਰਟਨਰ ਫਾਰ ਲਾਈਫ ਇਟ ਇਜ਼ ਵੋਮੈਨ ਹੂ ਕੀਪਸ ਦਾ ਰੇਸ ਗੋਇੰਗ ਹਾਊ ਮੇ ਵੀ ਥਿੰਕ ਲੋ ਆਫ ਹਰ ਆਫ ਹੂਮ ਆਰ ਬੋਰਨ ਦਾ ਗ੍ਰੇਟੈਸਟ ਫਰੋਮ ਏ ਵੋਮੈਨ ਇਜ਼ ਬੋਰਨ ਨਨ ਮੇ ਐਗਜ਼ਿਸਟ ਵਿਦਆਊਟ ਏ ਵੋਮੈਨ ਜ਼ਾਹਰ ਹੈ ਕਿ ਵੀ ਇਹ ਸਾਰੀ ਕ੍ਰੀਏਸ਼ਨ ਨਾਨਕ ਭੰਡਾ ਬਾਹਰ ਹੈ ਇੱਕੋ ਸੱਚਾ ਸੋਇ ਕਿ ਸਿਰਫ ਪੁਰਾਤਨ ਪੰਜਾਬ ਵਿੱਚ ਭੰਡ ਸ਼ਬਦ ਇਸਤਰੀ ਲਈ ਸੀ ਔਰ ਤੀਸਰੀ ਕੋਟ ਜਿਹੜੀ ਇਹ ਦੱਸਦੀ ਹੈ ਕਿ ਰੱਬ 'ਚ ਯਕੀਨ ਰੱਖਣ ਵਾਲੇ ਨਫ਼ਰਤ ਭੇਦਭਾਵ ਉਹ ਭਾਵੇਂ ਜ਼ਾਤ 'ਤੇ ਹੋਏ ਰੰਗ ਨਸਲ ਧਰਮ ਜੈਂਡਰ ਦੇ ਉਸ ਦਾ ਹਿੱਸਾ ਨਹੀਂ ਹੋ ਸਕਦੇ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੌ ਸੋਖ ਬ੍ਰਹਮ ਗਿਆਨੀ ਕੈ ਦੁਸ਼ਟ ਸਮਾਨ ਜੈਸੇ ਰਾਜ ਰੰਗ ਕੌ ਲਾਗੈ ਤੁਲ ਪਵਾਨ ਦ ਗੋਡ ਕੋਨਸ਼ੀਅਸ ਬੀਂਗ ਇਜ਼ ਆਲਵੇਜ਼ ਅਨਸਟੇਨਡ ਲਾਈਕ ਦ ਸਨ ਵਿਚ ਗਿਵਜ਼ ਇਟਸ ਕੰਫਰਟ ਐਂਡ ਵਾਰਮਥ ਟੂ ਆਲ ਦ ਗੋਡ ਕੋਨਸ਼ੀਅਸ ਬੀਂਗ ਲੁਕਸ ਅਪੋਨ ਆਲ ਅਲਾਈਕ ਲਾਈਕ ਦ ਵਿੰਡ ਵਿਚ ਬਲੋਜ਼ ਇਕੁਅਲੀ
upon the king and the poor beggar. ਜਿਹੜਾ ਰੱਬ ਨਾਲ ਜੁੜਿਆ ਬੰਦਾ ਉਹ ਸੂਰਜ ਵਾਂਗ ਜਿਹੜਾ ਸਭ ਨੂੰ ਤਪਸ਼ ਔਰ ਗਰਮੀ ਦਿੰਦਾ ਉਸ ਰੱਬ ਨੂੰ ਯਕੀਨ ਰੱਖਣ ਵਾਲੇ ਦੀ ਨਿਗਾਹ ਹਰ ਇੱਕ ਦੇ ਲਈ ਬਰਾਬਰ ਹੁੰਦੀ ਹੈ ਜਿਵੇਂ ਹਵਾ ਜਿਹੜੀ ਹੈ ਉਹ ਰਾਜਾ ਅਤੇ ਰੰਕ ਸਾਰਿਆਂ ਨੂੰ ਜਿਹੜੀ ਹੈ ਉਸ ਦੇ ਉੱਤੇ ਇੱਕੋ ਜਿਹਾ ਬਲੋ ਇਕੁਅਲੀ ਇਵੇਂ ਹੀ ਰੱਬ ਦਾ ਬੰਦਾ ਭੇਦਭਾਵ ਯਕੀਨ ਨਹੀਂ ਰੱਖਦਾ ਸੋ ਜ਼ਾਹਰ ਹੈ ਕਿ ਵੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਗੱਲ ਹੈ ਕਿ ਯੂਨਾਈਟਿਡ ਨੇਸ਼ਨਸ ਦਾ ਇਹ ਫੇਥ ਫਾਰ ਰਾਈਟਸ ਡਾਕੂਮੈਂਟ ਅੱਜ ਸਾਡੇ ਜਾਗਤ ਜੋਤ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਫਰਮਾਨਾਂ ਦੀ ਅਮੀਰੀ ਦੇ ਨਾਲ ਵੀ ਜਿਹੜਾ ਉਹ ਸਰਸ਼ਾਰ ਹੈ ਜੀ ਡਾਕਟਰ ਸਾਹਿਬ ਬਿਲਕੁਲ ਇਹ ਇੱਕ ਹਿਸਟੋਰੀਕਲ ਡਿਵੈਲਪਮੈਂਟ ਹੈਗੀ ਆ ਅਤੇ ਸ਼ੋਅ ਦੇ ਅੰਤ ਦੇ ਵਿੱਚ ਜਿਹੜੇ ਥੋੜ੍ਹੇ ਜਿਹੇ ਫੇਸਬੁੱਕ ਕਮੈਂਟਸ ਆਏ ਆ ਮੈਂ ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਅਤੇ ਤੁਹਾਡੇ ਨਾਲ ਸਾਂਝੇ ਕਰਨੇ ਚਾਹੂੰਗਾ ਮਨਜੀਤ ਕੰਗ ਜੀ ਲਿਖਦੇ ਆ ਗੁੱਡ ਵਰਕ ਅਮਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਿੰਦਰ ਸਿੰਘ ਜੰਗਰਾ ਵਾਹਿਗੁਰੂ ਜੀ ਗੁਰਬਾਜ ਸਿੰਘ ਲਿਖਦੇ ਆ ਉਨੇ ਚਿਰ ਸਿੱਖੀ ਸੇਫ ਨਹੀਂ ਜਿੰਨੇ ਚਿਰ ਆਪਣਾ ਖਿੱਤਾ ਨਹੀਂ ਬਣਦਾ ਬਿਲਕੁਲ ਵੀ ਸ਼ੁੱਡ ਮੂਵ ਵਿਦ ਰੈਫਰੈਂਡਮ 2020 ਕੈਂਪੇਨ ਰਾਜਾ ਦਾਨਿਆਲ ਸ਼ਬੀਰ ਜੰਜੂਆ ਲਿਖਦੇ ਆ ਗੁੱਡ ਜੋਬ ਡਾਕਟਰ ਸਾਹਿਬ ਸ਼ੁਕਰੀਆ ਨਰਿੰਦਰ ਸਿੰਘ ਪੰਗਲੀਆ ਲਿਖਦੇ ਆ ਡਾਕਟਰ ਸਾਹਿਬ ਆਈ ਰੈਡ ਅ ਕਮੈਂਟ ਟੂਡੇ ਰਿਲੇਟਡ ਟੂ ਰਿਪਬਲਿਕਨ ਟੈਕਸ ਬਿੱਲ ਫੈਲਟ ਲਾਈਕ ਸ਼ੇਅਰਿੰਗ ਐਜ਼ ਇਟ ਕੁੱਡ ਅਪਲਾਈ ਟੂ ਇੰਡੀਅਨ ਪੋਲੀਟਿਕਸ ਟੂ ਇਟਸ ਮੱਚ ਈਜ਼ੀਅਰ ਟੂ ਫੂਲ ਪੀਪਲ ਦੈਨ ਟੂ ਐਕਸਪਲੇਨ ਦੈਮ ਦੈਟ ਦੇ ਹੈਵ ਫੂਲਡ ਰਮਜ਼ਾਨ ਕਮਲ ਜੀ ਲਿਖਦੇ ਆ ਗੁੱਡ ਜੋਬ ਹਰਜਾਪ ਸਿੰਘ ਜਾਫੀ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਵੀਰ ਜੀਓ ਲੱਕੀ ਗਿੱਧਾ ਲਿਖਦੇ ਆ ਵੈਰੀ ਗੁੱਡ ਬਾਕੀ ਕੁਝ ਹੋਰ ਸੰਦੀਪ ਸਿੰਘ ਖਾਲਿਸਤਾਨੀ ਅਮਰਜੀਤ ਸਿੰਘ ਖਾਲਿਸਤਾਨੀ ਅਤੇ ਹੋਰ ਜਿਹੜੇ ਸੱਜਣ ਵੀਰ ਭੈਣ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਹਨਾਂ ਕਮੈਂਟਸ ਬਾਰੇ ਅਤੇ ਜਿਹੜਾ ਤੁਹਾਡਾ ਕੰਕਲੂਡਿੰਗ ਕਮੈਂਟ ਆ ਅੱਜ ਦੀ ਡਿਸਕਸ਼ਨ ਬਾਰੇ ਦੇਖੋ ਮੋਸਟ ਵੈਲਕਮ ਕਮੈਂਟ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜਾ ਟੈਕਸ ਬਿੱਲ ਅੱਜ ਸੈਨੇਟ ਨੇ ਸਟ੍ਰਿਕਟਲੀ ਪਾਰਟੀ ਲਾਈਨ ਦੇ ਉੱਤੇ ਵੋਟਿੰਗ ਹੋਈ ਔਰ ਇੱਕ ਜਿਹੜੇ ਜੌਨ ਮੈਕੇਨ ਉਹ ਤਾਂ ਬਿਮਾਰੀ ਦਾ ਬਹਾਨਾ ਬਣਾ ਕੇ ਨਹੀਂ ਆਇਆ ਕਿਉਂਕਿ ਉਹਨਾਂ ਨੇ ਸਪੋਰਟ ਵੀ ਨਹੀਂ ਸੀ ਕਰਨਾ ਪਰ ਕਿਉਂਕਿ ਸਿੰਪਲ ਮੈਜੋਰਿਟੀ ਹੈ ਸੈਨੇਟ 'ਚ ਪਾਸ ਹੋਇਆ ਹਾਊਸ ਪਹਿਲਾਂ ਹੀ ਕਰ ਚੁੱਕਾ ਹਾਲਾਂਕਿ ਕੁਛ ਉਹਦੇ 'ਚ ਟੈਕਨੀਕਲ ਲੈਂਗੁਏਜ ਦੀ ਹਿੱਚ ਹੈ ਉਹ ਕਮੇਟੀ ਦੇ ਹਵਾਲੇ ਕੀਤਾ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਲਟੀਮੇਟਲੀ ਜਿਵੇਂ ਅਸੀਂ ਕਿਹਾ ਵੀ ਇਟਸ ਆਲਵੇਜ਼ ਏ ਸੈਲਰਸ ਮਾਰਕੀਟ ਇਸੇ ਤਰ੍ਹਾਂ ਅੱਜ ਵੀ ਜਿਹੜਾ ਦੁਨੀਆ ਦੇ ਵਿੱਚ ਡਿਸੀਜਨ ਮੇਕਿੰਗ ਹੈ ਉਹ ਧਨਾਡਾਂ ਦੇ ਕੋਲ ਹੈ ਉਹ ਆਪਣੇ ਇੰਟਰਸਟ ਸੇਫਗਾਰਡ ਕਰਦੇ ਨੇ ਔਰ ਇਹ ਜਿਹਨੂੰ ਟੈਕਸ ਰਿਫੋਰਮ ਕਿਹਾ ਜਾ ਰਿਹਾ ਇਹ ਅਲਟੀਮੇਟਲੀ ਵੱਡੀ ਬ੍ਰੈਕਟ ਵਾਲਿਆਂ ਨੂੰ ਬਹੁਤ ਜਿਹੜੇ ਵੱਡੀ ਆਮਦਨ ਵਾਲੇ ਨੇ ਵੱਡੀ ਰਿਲੀਫ ਦਿੰਦਾ ਔਰ ਜਿਹੜੀ ਲੋਅਰ ਮਿਡਲ ਕਲਾਸ ਹੈ ਮਿਡਲ ਕਲਾਸ ਹੈ ਜਾਂ ਉਹਨਾਂ ਦੇ ਉੱਤੇ ਆਉਣ ਵਾਲੇ ਇਮੀਡੀਏਟ ਇਫੈਕਟ ਤਾਂ ਬਹੁਤ ਥੋੜ੍ਹਾ ਹੋਏਗਾ ਦੋਨੋਂ ਪਾਸਿਆਂ 'ਚ ਪਰ ਅਗਲੇ 10-15 ਸਾਲਾਂ 'ਚ ਇਸ ਦਾ ਇਫੈਕਟ ਮਹਿਸੂਸ ਕੀਤਾ ਜਾਏਗਾ ਔਰ ਮੈਂ ਸਮਝਦਾ ਹਾਂ ਵੀ ਜੇ ਡੈਮੋਕਰੈਟਸ ਇਸ ਨੂੰ ਪ੍ਰੋਪਰ ਤਰੀਕੇ ਨਾਲ ਕਾਊਂਟਰ ਕਰਨਗੇ ਤਾਂ ਆਉਂਦੀਆਂ ਚੋਣਾਂ ਤੱਕ ਹੋ ਸਕਦਾ 2-3 ਸੈਨੇਟ ਸੀਟਾਂ ਵੀ ਰਿਪਬਲਿਕਨ ਲੂਜ਼ ਕਰਨ ਔਰ ਇਹ ਜਿਹੜਾ ਫਿਰ ਉਹ ਬੈਲੈਂਸ ਬਦਲ ਸਕਦਾ ਪਰ ਕੁੱਲ ਮਿਲਾ ਕੇ ਜਿਹੜੀ ਇਹਨਾਂ ਦਾ ਔਰ ਜਿਵੇਂ ਜਿਹਨਾਂ ਵੀਰਾਂ ਨੇ ਕਿਹਾ ਭਾਈ ਖਿੱਤੇ ਬਿਨਾਂ ਗੱਲ ਨਹੀਂ ਬਣਦੀ ਔਰ ਇਹ ਸਾਰਾ ਸਾਡਾ ਅਲਟੀਮੇਟਲੀ ਆਪਣੇ ਘਰ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਔਰ ਮੈਂ ਇਹ ਸਮਝਦਾ ਵੀ ਅੱਜ ਇੱਕ ਯੂਜ਼ਫੁੱਲ ਬੇਸ਼ੱਕ ਬੀਬੀ ਨੀਲਮ ਕੌਰ ਉਹਨਾਂ ਦੀ ਐਬਸੈਂਸ ਨੇ ਮੌਕਾ ਦਿੱਤਾ ਹੈ ਤੁਹਾਨੂੰ ਵੀ ਲੇਕਿਨ ਇਹ ਸਾਰੇ ਦਾ ਇੱਕ ਮੀਡੀਆ ਦਾ ਜਿਹੜਾ ਰੋਲ ਹੈ ਮੈਂ ਸਮਝਦਾ ਵੀ ਇਸ ਮੁੱਦੇ 'ਤੇ ਤਾਂ ਜਿੰਨੀ ਵਾਰ ਵੀ ਗੱਲ ਹੋਏ ਜਿੰਨੇ ਪਲੇਟਫਾਰਮਸ ਤੋਂ ਵੀ ਗੱਲ ਹੋਏ ਕਿਉਂਕਿ ਜਦੋਂ ਤੱਕ ਅਸੀਂ ਇਹ ਨਹੀਂ ਸਮਝਦੇ ਕਿ ਭਾਈ ਇੰਪੋਰਟੈਂਟ ਨੇ ਸਾਡੇ ਗੁਰਦੁਆਰੇ ਸੋਹਣੇ ਹੋਣੇ ਚਾਹੀਦੇ ਨੇ ਸੋਨੇ ਦੇ ਕਲਸ਼ ਵੀ ਜਿਹੜੇ ਨੇ ਉਹ ਬੜੇ ਅਸੀਂ ਲਾਉਣ 'ਚ ਯਕੀਨ ਰੱਖਦੇ ਹਾਂ ਪਰ ਇਹ ਸਾਰਾ ਕੁਝ ਸੰਭਵ ਉਦੋਂ ਹੀ ਹੋਇਆ ਸੀ ਜਦੋਂ ਸਾਡੇ ਕੋਲ ਪੋਲੀਟੀਕਲ ਪਾਵਰ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਜਾਂ ਉਸ ਤੋਂ ਪਹਿਲਾਂ ਸਿੱਖ ਮਿਸਲਾਂ ਜਾਂ ਦੂਜਾ ਔਰ ਜਦੋਂ ਤੁਹਾਡੀ ਪਾਵਰ ਨਹੀਂ ਰਹੀ ਅਤੇ ਉਹਨਾਂ ਨੇ ਤੁਹਾਡਾ ਦਰਬਾਰ ਅਕਾਲ ਤਖ਼ਤ ਟੈਂਕਾਂ ਤੋਪਾਂ ਦੇ ਨਾਲ ਢਾਇਆ ਉਹ ਜੋ ਸੀ ਉਹ ਵੀ ਲੁੱਟ ਕੇ ਲੈ ਗਏ ਅੱਗੋਂ ਜਿਹੜੇ ਨੇ ਅੱਜ ਤੁਹਾਡਾ ਉਹ GST ਜਿਹੜੀ ਹੈ ਤੁਹਾਡੇ ਲੰਗਰ ਦੇ ਉੱਤੇ ਵੀ ਅਪਲਾਈ ਹੁੰਦੀ ਹੈ ਉਸ ਨੂੰ ਵੀ ਤੁਸੀਂ ਇਹ ਗੁਲਾਮ ਕੌਮਾਂ ਦੀ ਗੱਲ ਹੁੰਦੀ ਹੈ ਔਰ ਗੈਰਤ ਜਿਵੇਂ ਡਾਕਟਰ ਚੀਮਾ ਨੇ ਆਪਣੀ ਸਪੀਚ 'ਚ ਬੜੀ ਕੀਮਤੀ ਗੱਲ ਕਹੀ ਸੀ ਕਿ ਇਹ ਜਦੋਂ ਅਸੀਂ ਫਾਦਰਲੈਂਡ ਜਾਂ ਦੇਸ਼ ਦੀ ਗੱਲ ਕਰਦੇ ਹਾਂ ਸਿਰਫ ਕੋਈ ਮਿੱਟੀ ਦਾ ਢੇਲਾ ਨਹੀਂ ਹੁੰਦਾ ਇਹ ਕੌਮਾਂ ਦੀ ਗੈਰਤ ਹੁੰਦੀ
ਜੀ ਔਰ ਜੇ ਤੁਸੀਂ ਗੈਰਤ ਨਾਲ ਜਿਉਣਾ ਤੇ ਫਿਰ ਤੁਹਾਡੇ ਲਈ ਆਪਣਾ ਨੇਸ਼ਨ ਹੋਣਾ ਭਾਵੇਂ ਛੋਟਾ ਹੋਏ ਜਾਂ ਜਿਵੇਂ ਕਾਇਦੇ ਆਜ਼ਮ ਨੇ ਰੁਮਾਲ ਜੇਬ ਚੋਂ ਕੱਢ ਕੇ ਕਿਹਾ ਸੀ ਕਿ ਮੈਂ ਇਸ ਰੁਮਾਲ ਜਿੰਨਾ ਵੀ ਪਾਕਿਸਤਾਨ ਮਿਲੇ ਤੇ ਲੈ ਲਵਾਂਗਾ ਸੋ ਜ਼ਾਹਰ ਹੈ ਕਿ ਇਹ ਕੌਮੀ ਗੈਰਤ ਦੀ ਗੱਲ ਹੈ ਅੱਜ ਅਸੀਂ ਥਾਂ ਥਾਂ ਸਾਡੀਆਂ ਕਿੰਨੀਆਂ ਆਰਗੇਨਾਈਜੇਸ਼ਨਾਂ ਹੇਟ ਕ੍ਰਾਈਮ ਇੱਧਰ ਉੱਧਰ ਰੋਕਣ ਔਰ ਇਹ ਸਾਰੇ ਤੇ ਲੱਗੀਆਂ ਨੇ ਪਰ ਇਹੀ ਕੁਛ ਜਦੋਂ ਮੁਲਕਾਂ ਦੇ ਨਾਲ ਵਾਪਰਦਾ ਮੁਲਕ ਜਦੋਂ ਇਨਵੋਲਵ ਹੁੰਦੇ ਨੇ ਫਿਰ ਉਹਦੀ ਤਾਕਤ ਜਿਹੜੀ ਹੈ ਉਹ ਸਾਹਮਣੇ ਦੇਖੀ ਜਾਂਦੀ ਹੈ ਜਿਵੇਂ ਅਸੀਂ ਅੱਜ ਦੇ ਕੰਟੈਕਸਟ ਦੇਖ ਰਹੇ ਕਿ ਕਿਵੇਂ ਤੁਸੀਂ ਤਾਕਤ ਦੇ ਨਾਲ ਸੱਚ ਨੂੰ ਵੀ ਉਸ ਹਕੂਮਤੀ ਨਿਜ਼ਾਮ ਤੁਹਾਡੇ ਸਾਧਨ ਸੱਚ ਨੂੰ ਤੁਸੀਂ ਝੂਠ ਬਣਾ ਰਹੇ ਹੋ ਝੂਠ ਨੂੰ ਸੱਚ ਬਣਾ ਕੇ ਵੇਚ ਰਹੇ ਹੋ ਸੋ ਅੱਜ ਦੇ ਜ਼ਮਾਨੇ ਦਾ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ ਸਭ ਤੋਂ ਪਾਵਰਫੁਲ ਹਥਿਆਰ ਨਿਊਕਲੀਅਰ ਨਹੀਂ ਹੈ ਜੌਹਰੀ ਹਥਿਆਰ ਨਹੀਂ ਨੇ ਸਭ ਤੋਂ ਪਾਵਰਫੁਲ ਹਥਿਆਰ ਮੀਡੀਆ ਹੈ ਔਰ ਇਹਦੇ 'ਚ ਅਸੀਂ ਬਹੁਤ ਪਛੜੇ ਹੋਏ ਹਾਂ ਜਿਹੜੇ ਵੀ ਵੀਰ ਭੈਣਾਂ ਉਹ ਭਾਵੇਂ ਪ੍ਰਿੰਟ ਮੀਡੀਆ ਹੈ ਰੇਡੀਓ ਹੈ ਟੀ ਵੀ ਹੈ ਜਿੱਥੇ ਜਿੱਥੇ ਜੋ ਜੋ ਵੀ ਕੁਛ ਕਰ ਰਿਹਾ ਉਹਨਾਂ ਦੇ ਹੱਥ ਮਜ਼ਬੂਤ ਕਰੋ ਗੁਰਦੁਆਰਾ ਕਮੇਟੀਆਂ ਔਰ ਦੂਸਰਾ ਉਹਨਾਂ ਨੇ ਜਿਵੇਂ ਡਾਕਟਰ ਚੀਮਾ ਨੇ ਕਿਹਾ ਸੀ ਉਹਨੇ ਕਿਹਾ ਤੁਹਾਡੀਆਂ ਗੋਲਕਾਂ ਭਰੀਆਂ ਕੀ ਕਰਨਗੀਆਂ ਜੇ ਤੁਹਾਡਾ ਇਵੇਂ ਹੀ ਤੁਹਾਡੀ ਬੇਹੁਰਮਤੀ ਹੁੰਦੀ ਰਹੀ ਤੁਹਾਡੇ ਗੁਰਦੁਆਰਿਆਂ ਦੀ ਤੁਹਾਡੀਆਂ ਬੀਬੀਆਂ ਦੀ ਉਹਨਾਂ ਨੇ ਵਿਡੋ ਕਾਲੋਨੀ ਦੀ ਗੱਲ ਕਰਦੇ ਹਾਂ ਕਿਹਾ ਸੀ ਕਿ ਭਾਈ ਜਿਹਨਾਂ ਜ਼ੁਲਮ ਕੀਤੇ ਜੇ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੇ ਭਾਂਡੇ ਮਾਂਜਣੇ ਨੇ ਅਤੇ ਤੁਹਾਡੀ ਕਿੱਥੇ ਹੈ ਗੈਰਤ ਔਰ ਤੁਹਾਡੇ ਗੋਲਕਾਂ ਤੁਸੀਂ ਭਰੀਆਂ ਨੇ ਤੁਸੀਂ ਸੰਗਮਰਮਰ ਲਾਓ ਤੁਸੀਂ ਕੋਈ ਹੋਰ ਕਰੋ ਉਹਦਾ ਕੋਈ ਅਰਥ ਨਹੀਂ ਹੈ ਸੋ ਜੇ ਅਸੀਂ ਦਹਿਸ਼ਤਗਰਦ ਅਤੇ ਅੱਤਵਾਦੀ ਔਰ ਹਰ ਗੱਲ ਉਹੀ ਉਹਨਾਂ ਦੇ ਪ੍ਰਚਾਰ ਦੇ ਥੱਲੇ ਫਿਰ ਅਸੀਂ ਇੱਥੇ ਕੰਪੇਨ ਕਰਨੇ ਨੇ ਇੰਨੇ ਮਿਲੀਅਨ ਡਾਲਰ ਲਿਆਓ ਜੀ ਅਸੀਂ ਕੰਪੇਨ ਕਰ ਰਹੇ ਹਾਂ ਦੱਸਣ ਲਈ ਹੂ ਆਰ ਸਿੱਖਸ ਜੇ ਤੁਹਾਡਾ ਮੁਲਕ ਹੋਏ ਤੁਹਾਨੂੰ ਕੰਪੇਨ ਕਰਨ ਦੀ ਲੋੜ ਨਹੀਂ ਹੈਗੀ ਔਰ ਮੁਲਕ ਬਣਾਉਣ ਦੇ ਲਈ ਵੀ ਔਰ ਮੁਲਕ ਨੂੰ ਸਸਟੇਨ ਕਰਨ ਦੇ ਤੁਹਾਡਾ ਆਪਣਾ ਵਰਜਨ ਕਿੰਨੀ ਕੁ ਦੇਰ ਤੁਸੀਂ ਕਿਰਾਏ ਦੇ ਸਪੋਟ ਪੰਜ ਪੰਜ ਦਸ ਦਸ ਮਿੰਟ ਦੇ ਲੈ ਕੇ ਜਾਂ ਸੈਕਿੰਡਸ ਦੇ ਲੈ ਕੇ ਐਡ ਕੰਪੇਨ ਰਨ ਕਰਕੇ ਸਿੱਖੀ ਦੀ ਗੱਲ ਕਰੋਗੇ ਉਹਦੇ ਲਈ ਤੁਹਾਡਾ ਆਪਣਾ ਮੀਡੀਆ ਜਿੱਥੇ ਕਿ ਔਰ ਕੱਲਾ ਮੈਂ ਜਿਵੇਂ ਕਿਹਾ ਵੀ ਅਸੀਂ ਇੱਕ ਛੋਟਾ ਜਿਹਾ ਯਤਨ ਹੈ ਇੱਕ ਦੀਵਾ ਬਾਲਿਆ ਜੀ ਹਨੇਰੇ ਦੇ ਵਿੱਚ ਕੋਸ਼ਿਸ਼ ਹੈ ਕਿ ਭਾਈ ਅੱਗੇ ਤੁਰੇ ਬਹੁਤ ਵੱਡੇ ਲੈਵਲ 'ਤੇ ਸਾਨੂੰ ਕੰਮ ਕਰਨ ਦੀ ਲੋੜ ਹੈ ਜੀ ਡਾਕਟਰ ਸਾਹਿਬ ਬਿਲਕੁਲ ਸੋ ਮੈਂ ਦਰਸ਼ਕਾਂ ਦੇ ਸਰੋਤਿਆਂ ਦੇ ਚਰਨਾਂ ਦੇ ਵਿੱਚ ਅੰਤ ਦੇ ਵਿੱਚ ਬੇਨਤੀ ਵੀ ਕਰਨਾ ਚਾਹੂੰਗਾ ਕਿ ਜੇ ਅੱਜ ਦੀ ਡਿਸਕਸ਼ਨ ਦੇ ਵਿੱਚੋਂ ਤੁਹਾਨੂੰ ਇਸ TV84 ਦੇ ਪਲੈਟਫਾਰਮ ਨੂੰ ਅੱਗੇ ਤੋਰਨ ਦੀ ਅੱਗੇ ਵਧਾਉਣ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਹੈ ਕਿ TV84 ਨੂੰ ਡੋਨੇਟ ਤੁਸੀਂ ਜ਼ਰੂਰ ਕਰੋ ਦਸਵੰਧ ਦੇ ਵਿੱਚੋਂ ਬਣਦਾ ਸਰਦਾ ਜੋ ਵੀ ਯੋਗਦਾਨ ਤੁਸੀਂ ਪਾ ਸਕਦੇ ਹੋ ਮੰਥਲੀ ਸਾਨੂੰ ਤੁਸੀਂ ਪਲੈਜ ਕਰੋ ਆਪਣੇ ਦਸਵੰਧ ਦੇ ਵਿੱਚੋਂ ਜਿੰਨਾ ਵੀ ਯੋਗਦਾਨ ਪਾ ਸਕਦੇ ਹੋ TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ 3601 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv ਇਸੇ ਦੇ ਨਾਲ ਡਾਕਟਰ ਸਾਹਿਬ ਤੁਹਾਡੇ ਕੋਲੋਂ ਵੀ ਇਜਾਜ਼ਤ ਚਾਹਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਸਮਾਂ ਕੱਢਿਆ ਅਤੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਦਰਸ਼ਕਾਂ ਦੇ ਨਾਲ ਪਾਈ ਹੈ ਅਤੇ ਸਾਡੇ ਦਰਸ਼ਕਾਂ ਕੋਲੋਂ ਸਰੋਤਿਆਂ ਕੋਲੋਂ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਫਤਿਹ ਦੀ ਸਾਂਝ ਪਾਈਏ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।